and innocence. Innocence to Punjabi which he gave him. Innocence is a very important gun. Innocence of a Punjabi which kita keh sakde ha ke ਪੋਲਾਪਨ ਪੋਲਾਪਨ ਪਿਕਾ ਜਿਹੜਾ ਬੰਦਾ ਭਗਤ ਬਣਨਾ ਚਾਹੁੰਦਾ ਆ ਉਹਨੂੰ ਚਲਾਕੀ ਤੋਂ ਦੂਰ ਹੋਣਾ ਪੈਣਾ ਤਾਂ ਜਿੱਦਾਂ ਜਿੱਦਾਂ ਆਪਾਂ ਵੱਡੇ ਹੁੰਦੇ ਹਾਂ ਉੱਦਾਂ ਆਪਾਂ ਜ਼ਿਆਦਾ ਚਲਾਕ ਹੋਈ ਜਾਂਦੇ ਹਾਂ ਸੋ ਇਨੋਸੈਂਸ ਇਜ਼ ਵੈਰੀ ਇੰਪੋਰਟੈਂਟ ਗੋਨ ਅਤੇ ਉਹ ਛੇਤੀ ਆਪਾਂ ਗਵਾ ਲੈਂਦੇ ਹਾਂ ਐਂਡ ਦਿਸ ਇਜ਼ ਅ ਥਿੰਗ ਸਿਰਫ ਆਪਾਂ ਨਹੀਂ ਗਵਾਉਂਦੇ ਅਸੀਂ ਆਪਣੇ ਬੱਚਿਆਂ 'ਚ ਵੀ ਗਵਾ ਦਿੰਦੇ ਹਾਂ ਬਿਕੋਜ਼ ਉਹ ਆਪਣਾ ਬਿਹੇਵੀਅਰ ਦੇਖਦੇ ਰਹਿੰਦੇ ਆ ਬਿਕੋਜ਼ ਅਲਟੀਮੇਟਲੀ ਅਸੀਂ ਉਹਨਾਂ ਦੇ ਗਾਈਡੈਂਸ ਅਸੀਂ ਕਰ ਰਹੇ ਹਾਂ ਨਾਲੇ ਅਸੀਂ ਬੱਚਿਆਂ ਨੂੰ ਬਹੁਤ ਸਾਰੇ ਮਿਕਸਡ ਮੈਸੇਜ ਬਹੁਤ ਭੇਜਦੇ ਹਾਂ ਜਦੋਂ ਅਸੀਂ ਕੋਈ ਕੰਮ ਕਰਨਾ ਆ ਅਸੀਂ ਬੱਚਿਆਂ ਨੂੰ ਕਹਿੰਦੇ ਟੈਲੀਵਿਜ਼ਨ ਸਾਹਮਣੇ ਬੈਠੋ ਐਕਸਬਾਕਸ ਦੇ ਸਾਹਮਣੇ ਬੈਠੋ ਫਿਰ ਬਾਅਦ 'ਚ ਅਸੀਂ ਕਹਿੰਦੇ ਹੁੰਦੇ ਬੱਚਿਆਂ ਨੂੰ ਕਿ ਤੁਸੀਂ ਸਾਰਾ ਟਾਈਮ ਐਕਸਬਾਕਸ ਦੇ ਸਾਹਮਣੇ ਬੈਠੇ ਰਹਿੰਦੇ ਹਾਂ ਟੈਲੀ ਦੇਖਦੇ ਰਹਿੰਦੇ ਹਾਂ ਕੰਮ ਕਰਦੇ ਨਹੀਂ ਹੈਗੇ ਸੋ ਵੇਅਰ ਵਾਂਸ ਆਰ ਸੈਂਡਿੰਗ ਅ ਮਿਕਸਡ ਮੈਸੇਜਸ ਅਸੀਂ ਬੱਚਿਆਂ ਨੂੰ ਕਨਫਿਊਜ਼ ਕਰ ਦਿੰਦੇ ਹਾਂ ਕਿ ਉਹਨਾਂ ਨੂੰ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਸੋ We need to strike the balance of allowing them to discover the world. As you know, if our children are not able to do that, they will not be able to do it. They need to be capable, confident to discover the world. And at the same time, they need to operate effectively to become visionaries of the future. If they are able to make the future of their country, their country, this is very, very important to us. And we need at the same time, to be able to do it. Because ਨਹੀਂ ਤਾਂ ਐਜੂਕੇਸ਼ਨ ਦਾ ਫਾਇਦਾ ਨਹੀਂ ਹੈਗਾ ਬਿਕੋਜ਼ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਆ ਉਹ ਵੀ ਦੁਖੀ ਆ ਬਹੁਤ ਸਾਰੇ ਸਕਸੈਸਫੁਲ ਲੋਕ ਆ ਉਹ ਵੀ ਦੁਖੀ ਆ ਬਟ ਯੂ ਟੂ ਫਾਈਂਡ ਦੈਟ ਬੈਲੈਂਸ ਇਨ ਲਾਈਫ ਆਪਾਂ ਨੂੰ ਉਹ ਵੀ ਅਸੀਂ ਗੁਰਸਿੱਖ ਚਾਹੀਦੇ ਆ ਦੇ ਨੀਡ ਟੂ ਹੈਵ ਸਿਮਰਨ ਇਨ ਦੇਅਰ ਲਾਈਫਸ ਐਂਡ ਜਿਹੜੇ ਆਪਣੇ ਇੱਕ ਦਾ ਨਾਮ ਜਪਦੇ ਆ ਉਹਨਾਂ ਨੂੰ ਪਤਾ ਆ ਕਿ ਸਾਰੇ ਬੱਚੇ ਸਾਡੇ ਬੱਚੇ ਆ ਇੱਕ ਵੱਡਾ ਪਰਿਵਾਰ ਬਣ ਜਾਂਦਾ ਹੈ ਹੁਣ ਅਸੀਂ ਉੱਥੇ ਇੰਗਲੈਂਡ 'ਚ ਆ ਭਾਵੇਂ ਸਾਡਾ ਬ੍ਰੈਡਫੋਰਡ ਹੋਵੇ ਕੋਮਟਰੀ ਹੋਵੇ ਡਰਬੀ ਹੋਵੇ ਸਲੋ ਹੋਵੇ ਜਿੱਥੇ ਵੱਧ ਤੋਂ ਵੱਧ ਨੌਜਵਾਨ ਆਪਣੇ ਗੁਰਸਿੱਖ ਪ੍ਰਚਾਰ ਕਰਦੇ ਆ ਸਾਰੀ ਸੰਗਤ ਸਾਡਾ ਪਰਿਵਾਰ ਆ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਸਾਰੇ ਇੱਕ ਦੂਜੇ ਦੇ ਬੱਚਿਆਂ ਦਾ ਖਿਆਲ ਰੱਖਦੇ ਆ ਇਹ ਨਾ ਸੋਚੋ ਕਿ ਗੁਆਂਢੀ ਦਾ ਘਰ ਅੱਗ ਲੱਗੀ ਆ ਅਤੇ ਤੁਸੀਂ ਖੁਸ਼ ਹੋ ਗਏ ਬਿਕੋਜ਼ ਇੱਕ ਦਿਨ ਉਹ ਅੱਗ ਤੁਹਾਡੇ ਘਰ 'ਚ ਵੀ ਆਉਣੀ ਹੈ ਸਾਰੇ ਸ਼ਹਿਰ ਦੇ ਬੱਚੇ ਇੱਕ ਦੂਜੇ ਨੂੰ ਜਾਣਦੇ ਆ ਜੇ ਹੋਰ ਕਿਸੇ ਦਾ ਬੱਚਾ ਡਰੱਗ ਡੀਲਰ ਆ ਉਹਦਾ ਇਨਫਲੂਐਂਸ ਤੁਹਾਡੇ ਬੱਚਿਆਂ 'ਤੇ ਹੋਣਾ ਬਿਕੋਜ਼ ਉਹਨੇ ਡਰੱਗ ਵੇਚਣੇ ਕਿਹਨੂੰ ਆ ਹੁਣ ਜਿਹਨਾਂ ਨੇ ਉਹਦੇ ਸਰਕਲ ਵਿੱਚ ਆ ਉਹਨਾਂ ਨੂੰ ਵੇਚਣੇ ਸੋ ਯੂ ਨੀਡ ਟੂ ਲੁੱਕ ਐਟ ਸਾਰੇ ਬੱਚਿਆਂ ਦਾ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਸਾਰੇ ਬੱਚਿਆਂ ਨੂੰ ਪਤਾ ਹੋਵੇ ਕਿ ਇੱਥੇ ਇੰਨੇ ਮੇਰੇ ਨੂੰ ਸੰਭਾਲਣ ਵਾਲੇ ਹੈਗੇ ਆ ਸਮਾਂ ਕਰਕੇ ਸਮਾਂ ਛੋਟਾ ਆ ਫਿਰ ਮੈਂ ਸਾਰਾ ਲੈਕਚਰ ਨਹੀਂ ਕਰਨਾ ਮੈਂ ਪਿੱਛੇ ਪਿੱਛੇ ਕਈ ਚੀਜ਼ਾਂ ਕਰ ਮੂਵ ਆਨ ਹੋਈ ਜਾਂਦੀ ਸੋ ਅਸੀਂ ਜਦੋਂ ਬੱਚਿਆਂ ਨੂੰ ਦੇਖਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਬੱਚੇ ਨੋਟੀ ਆ ਸਾਨੂੰ ਇਹ ਹੁਣ ਦੇਖਣਾ ਚਾਹੀਦਾ ਆ ਕਿ ਉਹਨਾਂ ਦੇ ਵਿੱਚ ਗੁਰਸਿੱਖੀ ਦੇ ਵਰਚੂਜ਼ ਵੀ ਹੈਗੇ ਆ ਗੁਣ ਵੀ ਹੈਗੇ ਆ ਐਟ ਦ ਸੇਮ ਟਾਈਮ ਆਪਾਂ ਨੂੰ ਫਿਰ ਸੋਚਣਾ ਚਾਹੀਦਾ ਆ ਕਿ ਅਸੀਂ ਉਹਨਾਂ ਦੇ ਅਰਾਊਂਡ ਐਕਟ ਕਿੱਦਾਂ ਕਰਦੇ ਹਾਂ ਸਾਡਾ ਬਿਹੇਵੀਅਰ ਕਿੱਦਾਂ ਹੈ ਬਿਕੋਜ਼ ਜਦੋਂ ਬੱਚਾ ਇਸ ਸੰਸਾਰ ਦੇ ਵਿੱਚ ਆਉਂਦਾ ਆ ਉਹ ਨਿਰਮਲ ਰੂਹ ਆ ਇਟਸ ਅ ਵੈਰੀ ਪਿਓਰ ਸੋਲ ਫਿਰ ਉਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੌਣ ਸਿਖਾਉਂਦਾ ਹੈ ਉਹਨੂੰ ਕੌਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਖਾਉਂਦਾ ਹੈ ਦੁਨੀਆ 'ਚ ਪਰ ਸਭ ਤੋਂ ਜ਼ਿਆਦਾ ਫੈਮਿਲੀ ਪੇਰੈਂਟਸ ਐਂਡ ਆਪਾਂ ਇਹ ਨੋਟਿਸ ਨਹੀਂ ਕਰਦੇ ਬਿਕੋਜ਼ ਆਪਾਂ ਆਪਣੇ ਬਿਹੇਵੀਅਰ 'ਚ ਇੰਨੇ ਹੰਢੇ ਹੋਏ ਹਾਂ ਕਿ ਅਸੀਂ ਬਸ ਐਵਰੀ ਡੇ ਉੱਦਾਂ ਹੀ ਬਿਹੇਵੀਅਰ ਦੇਖਦੇ ਹਾਂ ਅਸੀਂ ਇਹ ਨਹੀਂ ਦੇਖਦੇ ਕਿ ਉਹ ਬਿਹੇਵੀਅਰ ਦਾ ਅਸਰ ਕੀ ਹੁੰਦਾ ਆ ਸਾਡੇ ਬੱਚਿਆਂ ਦੇ ਉੱਤੇ ਦਿਸ ਇਜ਼ ਵਾਟ ਵੀ ਨੀਡ ਸਟਾਰਟ ਥਿੰਕਿੰਗ ਔਨ ਕਿ ਅਸੀਂ ਕਿੱਦਾਂ ਦੇ ਰੋਲ ਮਾਡਲ ਹਾਂ ਕਿ ਅਸੀਂ ਇੱਕ ਗੁਰਮੁਖ ਰੋਲ ਮਾਡਲ ਹਾਂ ਜਾਂ ਨਹੀਂ ਐਂਡ ਅਸੀਂ ਉਹ ਬੱਚਿਆਂ ਨੂੰ ਕਿੱਦਾਂ ਆਪਣੇ ਪ੍ਰੈਜੀਸ ਕਿੱਦਾਂ ਸਿਖਾ ਲਈ ਜਾਂਦੇ ਹਾਂ ਜੋ ਸਾਡੇ ਮਨ ਦੇ ਭੁਲੇਖੇ ਆ ਜੋ ਸਾਡੇ ਵਿਤਕਰੇ ਆ ਜੋ ਜੋ ਵੀ ਸਾਡੇ ਘਰਾਂ 'ਚ ਪ੍ਰੋਬਲਮ ਆ ਉਹ ਕਿੱਦਾਂ ਅਸੀਂ ਇਨਫਿਊਜ਼ ਕਰ ਰਹੇ ਆਪਣੇ ਬੱਚਿਆਂ ਦੇ ਵਿੱਚ ਸੋ ਦਿਸ ਇਜ਼ ਥਿੰਗ ਅਬਾਊਟ ਆਰ ਹਿਪੋਕ੍ਰੀਸੀਜ਼ ਵੀ ਆਰ ਦਾ ਵਨਸ ਦੈਟ ਪਲਾਂਟ ਆਰ ਹਿਪੋਕ੍ਰੀਸੀਜ਼ ਇਨ ਆਰ ਚਿਲਡਰਨ ਅਸੀਂ ਆਪਣੀ ਹਿਪੋਕ੍ਰੀਸੀਜ਼ ਆਪਣੇ ਬੱਚਿਆਂ ਦੇ ਵਿੱਚ ਪਾ ਰਹੇ ਹਾਂ ਔਰ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਅਸੀਂ ਇੰਗਲੈਂਡ ਦੇ ਵਿੱਚ ਸਿਸਟਮ ਚੇਂਜ ਕਰਨਾ ਚਾਹੁੰਦੇ ਹਾਂ ਇਸ ਟਾਈਮ 'ਤੇ ਸ਼ਾਇਦ ਤੁਹਾਡੇ ਮੈਲਬਰਨ ਵੀ ਸੇਮ ਚੀਜ਼ ਹੋਵੇ ਜਦੋਂ ਬੱਚਾ ਛੋਟਾ ਹੁੰਦਾ ਆ ਉਹ ਅਲਤਾ ਕਰਦਾ ਐਵਰੀਬਾਡੀ ਅਗਰੀਡ ਜਦੋਂ ਵੱਡਾ ਹੋ ਜਾਂਦਾ ਹੈ ਟੀਨੇਜਰ ਹੋ ਜਾਂਦਾ ਹੈ ਉਹ ਮੌਜ ਮਸਤੀ ਕਰਨ ਲੱਗ ਪੈਂਦਾ ਹੈ ਯਾ ਜਦੋਂ ਮਿਡਲ ਏਜ ਦਾ ਹੋ ਜਾਂਦਾ ਆ 30-40 ਇਅਰਸ ਉਹਨੂੰ ਜ਼ਿੰਮੇਵਾਰੀਆਂ ਦਾ ਭਾਰ ਉਹਦੇ ਮੋਢਿਆਂ 'ਤੇ ਆ ਗਿਆ ਉਹਨੇ ਹੁਣ ਕਿਸ ਦੇਣੀ ਆ ਮਾਪੇ ਦਾ ਖਿਆਲ ਰੱਖਣਾ ਆ ਬੱਚੇ ਵੀ ਹੈਗੇ ਆ ਜ਼ਿੰਮੇਵਾਰੀਆਂ ਦਾ ਭਾਰ ਮੋਢਿਆਂ 'ਤੇ ਆ ਗਿਆ
ਜਦੇ ਉਹ 50-60 ਇਅਰਸ ਦਾ ਹੁੰਦਾ ਆ ਉਹ ਸੋਚਦਾ ਆ ਹੁਣ ਉਹਦਾ ਤਾਂ ਗੰਜ ਪੈਣ ਲੱਗਾ ਆ ਚਲੋ ਦਸਤਾਰ ਹੀ ਸਜਾ ਲੈਂਦੇ ਹਾਂ ਉਹ ਕਹਿੰਦਾ ਹੁਣ ਤਾਂ ਚਲੋ ਗੁਰਦੁਆਰੇ ਜਾ ਕੇ ਰੱਬ ਨੂੰ ਲੱਭਦੇ ਅਤੇ ਫਿਰ ਗੁਰਦੁਆਰੇ ਉਹ ਨੱਪਦੇ ਬਾਕੀ ਸਾਰੀ ਦੁਨੀਆਦਾਰੀ ਕਰਕੇ ਫਿਨਿਸ਼ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਸਿਸਟਮ ਚੇਂਜ ਕਰ ਲਈਏ ਸਿਸਟਮ ਇਹ ਹੋਣਾ ਚਾਹੀਦਾ ਆ ਕਿ ਜਦੋਂ ਬੱਚਾ ਛੋਟਾ ਆ ਉਹ ਅਲਤਾ ਵੀ ਕਰੇ ਪਰ ਨਾਲ ਦੀ ਨਾਲ ਸਿਮਰਨ ਕਰੇ ਜਿੱਦਾਂ ਸ਼ੇਖ ਫਰੀਦ ਜੀ ਸਿਮਰਨ ਕਰਦਾ ਹੈ ਫਿਰ ਜਦੋਂ ਉਹ 15-16 ਈਅਰਸ ਦਾ ਹੁੰਦਾ ਆ ਉਹ ਇਹ ਨਹੀਂ ਹੁੰਦਾ ਕਿ ਮੌਜ ਮਸਤੀ ਕਰਨੀ ਉਹ ਇਹ ਨਹੀਂ ਹੁੰਦਾ ਕਿ ਮੈਂ ਪੱਬਾਂ ਕਲੱਬਾਂ ਨੂੰ ਜਾਣਾ ਆ ਜਾਂ ਮੈਂ ਹੋਰ ਕਿਤੇ ਜਾਣਾ ਆ ਉਹਨੂੰ ਪਤਾ ਆ ਕਿ ਮੇਰੇ ਹੁਣ ਮੇਰੇ ਵਿੱਚ 15-16-17 ਸਾਲਾਂ ਦਾ ਸਿਮਰਨ ਹੋ ਗਿਆ ਉਹ ਫਿਰ ਕਹਿੰਦਾ ਮੈਂ ਰਹਿਤ ਜ਼ਿਆਦਾ ਰੱਖਣੀ ਆ ਉਹ ਕਹਿੰਦਾ ਮੈਂ ਪੜ੍ਹਨਾ ਜ਼ਿਆਦਾ ਆ ਬਿਕੋਜ਼ ਅਸੀਂ ਸਾਇੰਟੀਫਿਕਲੀ ਦੇਖਿਆ ਆ ਜਿਹੜੇ ਬੱਚੇ ਸਾਡੇ ਨਾਲ 20 ਸਾਲ ਪਹਿਲਾਂ 5 ਸਾਲਾਂ ਦੇ ਸੀਗੇ ਦੇ ਨਾਲ 25 ਈਅਰਸ ਆਊਟ ਜਿਹੜੇ ਬੱਚੇ ਸਿਮਰਨ ਕਰਦੇ ਰਹੇ ਆ ਦੇ ਆਰ ਮੋਰ ਇੰਟੈਲੀਜੈਂਟ ਉਹ ਜ਼ਿਆਦਾ ਪੜ੍ਹਾਈ ਦੇ ਵਿੱਚ ਮੋਰੇ ਆਉਂਦੇ ਆ ਬਿਕੋਜ਼ ਸਿਮਰਨ ਟੀਚਸ ਯੂ ਟੂ ਫੋਕਸ ਇਟ ਟੀਚਸ ਯੂ ਟੂ ਫੋਕਸ ਯੂਰ ਮਾਈਂਡ ਇਟ ਮੇਕਸ ਯੂ ਮੋਰ ਇੰਟੈਲੀਜੈਂਟ ਉਹ ਜ਼ਿਆਦਾ ਤਰੱਕੀ ਕਰਦੇ ਆ ਉਹ ਸਾਰੇ ਬੱਚੇ ਹੁਣ ਜਾਂ ਫਾਰਮਾਸਿਸਟ ਆ ਜਾਂ ਡਾਕਟਰ ਆ ਜਾਂ ਲੋਇਰ ਆ ਬੈਰਿਸਟਰ ਆ ਸੋ ਦੇ ਡੂਇੰਗ ਵੈਰੀ ਵੈਰੀ ਵੈਲ ਬੀਬੀਆਂ ਵੀ ਸਿੰਘ ਵੀ ਆ ਸੋ ਬਾਏ ਦ ਟਾਈਮ ਦੇ ਟੀਨੇਜਰਸ ਉਹ ਮੌਜ ਮਸਤੀ ਨਹੀਂ ਕਰਦੇ ਦੇ ਆਰ ਪ੍ਰੋਗਰੈਸਿੰਗ ਦੇ ਡੂਇੰਗ ਜ਼ਿਆਦਾ ਆਪਣੇ ਸਕਸੈਸਫੁਲ ਆ ਵੈਨ ਇਟ ਕਮਸ ਟੂ ਮਿਡਲ ਏਜ ਉਹਨਾਂ ਨੇ ਵੀ ਗ੍ਰਸਤ ਕਰਨਾ ਆ ਗ੍ਰਸਤ ਆਪਣਾ ਚਾਹੀਦਾ ਵੀ ਜ਼ਿੰਦਗੀ ਦੇ ਵਿੱਚ ਪਰ ਜਿਹੜੀ ਜ਼ਿੰਮੇਵਾਰੀਆਂ ਦਾ ਭਾਰ ਆ ਉਹ ਜਿਹੜਾ ਸਟ੍ਰੈਸ ਆ ਉਹ ਉਨਾ ਉਹਨਾਂ 'ਤੇ ਅਸਰ ਨਹੀਂ ਕਰਦਾ ਕਿਉਂ ਬਿਕੋਜ਼ ਸਵੇਰ ਨੂੰ ਨਿਤਨੇਮ ਕਰਦੇ ਆ ਸ਼ਾਮ ਨੂੰ ਰਹਿ ਰਸ ਕਰਦੇ ਆ ਸੌਂ ਤੋਂ ਪਹਿਲਾਂ ਸੋਲੇ ਦਾ ਪਾਠ ਕਰਦੇ ਆ ਅਤੇ ਉਹਨਾਂ ਦੇ ਮਾਇੰਡ ਨੂੰ ਬ੍ਰੇਕ ਮਿਲ ਜਾਂਦੀ ਆ ਜਿਹੜਾ ਦੁਨੀਆ ਤੇਜ਼ ਤੇਜ਼ ਘੁੰਮੀ ਜਾਂਦੀ ਆ ਦੇ ਮਾਇੰਡਸ ਗੈਟ ਅ ਬ੍ਰੇਕ ਹੈ ਨਾ ਫਿਰ ਮੈਂਟਲ ਪ੍ਰੈਸ਼ਰ ਇੰਨਾ ਨਹੀਂ ਹੁੰਦਾ ਉਹਨਾਂ ਨੂੰ ਇਹ ਨਹੀਂ ਫਿਕਰ ਹੈਗਾ ਕਿ ਮੇਰੇ ਘਰ ਵਾਲੇ ਆ ਕੇ ਸ਼ਰਾਬ ਪੀ ਕੇ ਮੈਨੂੰ ਕੁੱਟਣਾ ਆ ਬਿਕੋਜ਼ ਉਹਦਾ ਘਰ ਵਾਲਾ ਕੁਰਸ ਸਿੱਖਿਆ ਘਰ ਵਾਲੇ ਨੂੰ ਇਹ ਨਹੀਂ ਹੈਗਾ ਕਿ ਪਤਾ ਨਹੀਂ ਮੇਰੀ ਵਾਈਫ ਕੀ ਕਰਦੀ ਆ ਕਿੱਦਾਂ ਬੋਲਣ ਦਾ ਤਰੀਕਾ ਹੈ ਜੋ ਵੀ ਹੈਗਾ ਬਿਕੋਜ਼ ਉਹ ਵੀ ਕੁਰਸ ਸਿੱਖਿਆ ਦੋ ਇਕੱਠੇ ਨਾਮ ਅਭਿਆਸ ਕਰਦੇ ਆ ਸੋ ਉਹਨਾਂ ਨੇ ਆਪਣਾ ਬੈਲੈਂਸ ਲੱਭ ਲਿਆ ਐਂਡ ਜਿਹੜੇ ਉਹ 30 ਸਾਲਾਂ ਦਾ ਅਭਿਆਸ ਆ ਉਹਨਾਂ ਨੇ ਇੱਕ ਚੰਗਾ ਉਹਨਾਂ ਦੇ ਘਰ ਦੇ ਵਿੱਚ ਸਿਚੁਏਸ਼ਨ ਬਣਾਤੀ ਜਦੋਂ ਉਹ 60 ਈਅਰਸ ਦੇ ਆਉਂਦੇ ਆ ਇਹ ਨਹੀਂ ਹੁੰਦਾ ਕਿ ਉਹ ਕਹਿੰਦੇ ਆ ਕਿ ਹੁਣ ਅਸੀਂ ਗੁਰਦੁਆਰੇ ਜਾ ਕੇ ਰੱਬ ਨੂੰ ਲੱਭਣਾ ਉਹਨਾਂ ਤਾਂ ਗੁਰਦੁਆਰੇ ਜਾ ਕੇ ਉਹਨਾਂ ਨੇ ਰੱਬ ਨੂੰ ਤਾਂ ਲੱਭ ਲਿਆ ਉਹਨਾਂ ਕੋਲ 50-60 ਈਅਰਸ ਦਾ ਸਿਮਰਨ ਉਹਨਾਂ ਦੇ ਵਿੱਚ ਆ ਭਗਤੀ ਉਹਨਾਂ ਦੇ ਵਿੱਚ ਆ ਉਹ ਫਿਰ ਉਹਨਾਂ ਨੇ ਰੱਬ ਨੂੰ ਲੱਭ ਲਿਆ ਐਂਡ ਦਿਸ ਇਜ਼ ਅ ਥਿੰਗ ਇਹ ਸਿਸਟਮ ਬੈਟਰ ਨਹੀਂ ਹੈਗਾ ਪਹਿਲੇ ਸਿਸਟਮ ਨਾਲ ਡੂ ਯੂ ਅਗਰੀ ਔਰ ਨਾ ਐਂਡ ਇਹ ਸਿਸਟਮ ਤੁਸੀਂ ਇੰਪਲੀਮੈਂਟ ਕਰ ਸਕਦੇ ਆ ਬਿਕੋਜ਼ ਅਸੀਂ ਪਿਛਲੇ 20 ਸਾਲਾਂ ਤੋਂ ਕਰ ਰਹੇ ਆ ਇਨ ਦ ਯੂਕੇ ਐਂਡ ਉਹਦੇ ਇਫੈਕਟ ਸਾਨੂੰ ਹੁਣ ਦੱਸਦੇ ਆ ਬਿਕੋਜ਼ ਬੱਚੇ ਸਿਮਰਨ ਵਾਲੇ ਆ ਬੱਚੇ ਆ ਕਮਿਊਨਿਟੀ ਪ੍ਰੋਫੈਸ਼ਨਲਾਈਜ਼ ਹੋ ਗਈ ਪਿੰਡੂ ਪੋਨਾ ਸਾਡੇ ਵਿੱਚੋਂ ਨਿਕਲ ਗਿਆ ਪਰ ਹੁਣ ਹੋਰ ਚੀਜ਼ਾਂ ਦੇ ਵਿੱਚ ਅਸੀਂ ਜ਼ਿਆਦਾ ਤਰੱਕੀ ਕਰੀ ਜਾਂਦੇ ਹਾਂ ਸਾਡੇ ਬੱਚੇ ਜ਼ਿਆਦਾ ਖੁਸ਼ ਆ ਦੇ ਪ੍ਰੋਫੈਸ਼ਨਲਸ ਪਰ ਉਹਨਾਂ ਕੋਲ ਲਾਈਫ ਦਾ ਬੈਲੈਂਸ ਆ ਗਾਂ ਦਾ ਜਿਹੜਾ ਜਨਰੇਸ਼ਨ ਜ਼ਿਆਦਾ ਅਭਿਆਸੀ ਆ ਜਿਹੜੇ ਸਿਆਣੇ ਆ ਉਹ ਖੁਸ਼ ਆ ਇਹ ਨਹੀਂ ਹੈਗਾ ਕਿ ਆਮ ਤੌਰ 'ਤੇ ਅਸੀਂ ਪੰਜਾਬੀ ਕਮਿਊਨਿਟੀ 'ਚ ਦੇਖਦੇ ਹਾਂ ਲੋਕ ਅਮੀਰ ਆ ਪਰ ਅੰਦਰੋਂ ਉਹੀ ਚੀਜ਼ ਆ ਕਿਹੜੀ ਚੀਜ਼ ਆ ਨਾਨਕ ਦੁਖੀਆ ਸਭ ਸੰਸਾਰ ਉਸ ਚੀਜ਼ 'ਚ ਉਹ ਗੇਰ 'ਚੋਂ ਨਿਕਲ ਰਹੇ ਆ ਸੋ ਵੀ ਨੀਡ ਟੂ ਲੁੱਕ ਐਟ ਦਿਸ ਅਸੀਂ ਕਿੱਦਾਂ ਆਪਣੀ ਕਮਿਊਨਿਟੀ 'ਚ ਰਹਿ ਰਹੇ ਹਾਂ ਕਿਹੜੀ ਚੀਜ਼ ਆਪਣੇ ਵਿਜ਼ਨ ਆਪਣੇ ਬੱਚਿਆਂ ਨੂੰ ਪਾ ਰਹੇ ਹਾਂ ਬਿਕਾਜ਼ ਜਦੋਂ ਬੱਚਾ ਦੁਨੀਆ 'ਚ ਆਉਂਦਾ ਆ ਉਹ ਭਗਵਾਨ ਦਾ ਰੂਪ ਆ ਭਗਵਾਨ ਦਾ ਰੂਪ ਆ ਦੁਨੀਆ ਦੇ ਵਿੱਚ ਵਿਚਰ ਕੇ ਉਹ ਹੌਲੀ ਹੌਲੀ ਸ਼ੈਤਾਨ ਬਣ ਜਾਂਦਾ ਆ ਜੇ ਉਹਦੇ ਕੋਲ ਚੰਗੇ ਕਰਮ ਆ ਉਹ ਹੌਲੀ ਹੌਲੀ ਉਸ ਚੀਜ਼ 'ਚ ਨਿਕਲ ਜਾਂਦਾ ਆ ਫਿਰ ਹੌਲੀ ਹੌਲੀ ਸੋਚਦਾ ਆ ਕਿ ਮੈਂ ਇੱਕ ਚੰਗਾ ਇਨਸਾਨ ਤਾਂ ਬਣਾਂ ਅਤੇ ਜਿਹਨਾਂ ਦੇ ਚੰਗੇ ਕਰਮ ਆ ਉਹ ਇਨਸਾਨ ਬਣਦੇ ਬਣਦੇ ਹੌਲੀ ਹੌਲੀ ਫਿਰ ਭਗਵਾਨ ਦਾ ਰੂਪ ਬਣ ਜਾਂਦੇ ਇੱਕ ਸਾਈਕਲ ਆ ਲਾਈਫ ਦਾ ਡਸ ਐਵਰੀਬਾਡੀ ਐਗਰੀ ਫਿਰ ਇਹ ਤੋਂ ਬੈਟਰ ਨਹੀਂ ਹੈਗਾ ਕਿ ਬੱਚਾ ਜੋ ਦੁਨੀਆ 'ਚ ਆਉਂਦਾ ਆ ਉਹ ਭਗਵਾਨ ਦਾ ਰੂਪ ਆ ਜਿੱਦਾਂ ਜਿੱਦਾਂ ਉਹ ਸੰਗਤ 'ਚ ਵਿਚਰਦਾ ਆ ਉਹ ਕਦੀ ਸ਼ੈਤਾਨ ਬਣੇ ਨਾ ਉਹ ਸਿੱਧਾ ਜਾ ਕੇ ਇਨਸਾਨ ਬਣੇ ਅਤੇ ਜਿੱਦਾਂ ਜਿੱਦਾਂ ਉਹ ਇਨਸਾਨ ਬਣਦਾ ਆ ਮਾਜ ਕਿਰਪਾ ਨਾਲ ਉਹਨੇ ਆਪ ਹੀ ਹੌਲੀ ਹੌਲੀ ਭਗਵਾਨ ਦਾ ਰੂਪ ਬਣ ਜਾਂਦਾ ਦੱਸ ਬੈਟਰ ਸਾਈਕਲ ਹੈ ਅਤੇ ਤੁਸੀਂ ਇਹ ਚੀਜ਼ ਆਪਣੇ ਬੱਚਿਆਂ ਨਾਲ ਕਰ ਸਕਦੇ ਆ ਅਤੇ ਇੰਨੀ ਡਿਫੀਕਲਟ ਨਹੀਂ ਹੈਗੀ ਉਹ ਸਿਸਟਮ ਬਣਾਉਣੇ ਪੈਂਦੇ ਆ ਉਹ ਸਿਸਟਮ ਕਿਹੜੇ ਬਣਾਉਣੇ ਪੈਂਦੇ ਆ ਯੰਗ ਏਜ ਨੂੰ ਬੱਚਿਆਂ ਨਾਲ ਸਿਮਰਨ ਨਾਲ ਜੋੜੋ ਉਹਨਾਂ ਨੂੰ ਸਿਮਰਨ ਦੀ ਆਦਤ ਪਾਓ ਹੁਣ ਤੁਹਾਡੇ ਕੋਲ ਛੁੱਟੀਆਂ ਆ ਹੈ ਨਾ ਬੱਚਿਆਂ ਨੂੰ ਛੁੱਟੀਆਂ ਆ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਬੱਚਿਆਂ ਦੇ ਵਿੱਚ ਐਨਰਜੀ ਬਹੁਤ ਹੁੰਦੀ ਆ ਬਿਕੋਜ਼ ਜਦੋਂ ਸਕੂਲੇ ਜਾਂਦੇ ਆ ਉਹਨਾਂ ਨੂੰ ਪਤਾ ਆ ਕਿ 40 ਮਿੰਟ ਇਹਨਾਂ ਦਾ ਟੈਂਸ਼ਨ ਸਪੈਨ ਆ 40 ਮਿੰਟ ਤੋਂ ਬਾਅਦ ਇਹਨਾਂ ਦੀ ਕਲਾਸ ਬਦਲੋ ਹੋਰ ਕਲਾਸ ਦੇ ਵਿੱਚ ਜਾਂਦੇ ਆ ਜਾਂ ਬਾਹਰ ਜਾ ਕੇ ਪਲੇ ਗਰਾਊਂਡ 'ਚ ਖੇਡ ਲੈਂਦੇ ਆ ਐਨਰਜੀ ਕੱਢ ਲੈਂਦੇ ਫਿਰ ਵਾਪਸ ਆ ਕੇ ਸਿੱਖਦੇ ਆ ਪਰ ਜਦੋਂ ਘਰ ਹੁੰਦੇ ਆ ਘਰ ਦੇ ਵਿੱਚ ਤਾਂ ਫਸੇ ਆ
ਤੇ ਉਹਨਾਂ ਦੀ એનર્ਜੀ ਵੱਧ ਜਾਂਦੀ ਆ ਤੇ ਤੁਸੀਂ ਕਹਿੰਦੇ ਬੱਚਿਆਂ ਨੂੰ ਚੁੱਪ ਕਰਕੇ ਬੈਠੋ ਫੇਰ ਬੱਚਿਆਂ ਦੀ એનર્ਜੀ ਵੱਧ ਜਾਂਦੀ ਆ ਫੇਰ ਤੁਸੀਂ ਫੇਰ ਕਹਿੰਦੇ ਬੱਚਿਆਂ ਨੂੰ ਚੁੱਪ ਕਰਕੇ ਬੈਠੋ ਫੇਰ ਬੱਚਿਆਂ ਦੀ એનર્ਜੀ ਵੱਧ ਕੇ ਦਿੰਦੇ ਆ ਫੇਰ ਕਹਿੰਦੇ ਚੁੱਪ ਕਰਦੇ ਆ ਜਾਂ ਨਹੀਂ ਫੇਰ ਬੱਚਿਆਂ ਦੀ એનર્ਜੀ ਵੱਧ ਗਏ ਫੇਰ ਕਹਿੰਦੇ ਛੇਤੀ ਸਕੂਲ ਖੋਲ ਜਾਣ ਤੁਹਾਨੂੰ ਛੇਤੀ ਵਾਪਸ ਸਕੂਲ ਭੇਜ ਗਏ ਇਹ ਤੁਹਾਨੂੰ ਇਹ ਰਿਲੇਸ਼ਨਸ਼ਿਪ ਬਣ ਜਾਂਦਾ ਬੱਚਿਆਂ ਦੇ ਨਾਲ ਐਂਡ ਦਿਸ ਇਜ਼ ਦ ਥਿੰਗ ਅਸੀਂ ਕਿੱਦਾਂ ਬੱਚਿਆਂ ਨਾਲ ਗੱਲ ਕਰਦੇ ਹਾਂ ਬੈਟਰ ਇਹ ਕਹਿਣ ਨਾਲੋਂ ਕਿ ਚੁੱਪ ਕਰਕੇ ਬੈਠੋ ਚੁੱਪ ਕਰਕੇ ਬੈਠੋ ਬੈਟਰ ਇਹ ਆ ਕਿ ਸਵੇਰ ਨੂੰ ਬੱਚਿਆਂ ਨੂੰ ਨੌ ਜਦੋਂ ਉੱਠਦੇ ਆ ਉਹਨਾਂ ਨਾਲ 5 ਮਿੰਟ ਸਿਮਰਨ ਕਰਿਆ ਕਰੋ 12 ਵਜੇ ਫਿਰ 5 ਮਿੰਟ ਸਿਮਰਨ ਕਰਿਆ ਕਰੋ 3 ਵਜੇ ਫਿਰ ਬੱਚਿਆਂ ਨਾਲ 5 ਮਿੰਟ ਸਿਮਰਨ ਕਰਿਆ ਕਰੋ 7 ਵਜੇ ਫਿਰ ਬੱਚਿਆਂ ਨਾਲ ਸਿਮਰਨ ਕਰਿਆ ਕਰੋ ਸੌਣ ਤੋਂ ਪਹਿਲਾਂ ਫਿਰ ਬੱਚਿਆਂ ਨਾਲ 5 ਮਿੰਟ ਸਿਮਰਨ ਕਰਿਆ ਕਰੋ ਇਸ ਚੀਜ਼ ਨੂੰ ਟਰਾਈ ਕਰੋ ਟਰਾਇਲ ਇਟ ਫੋਰ 3 ਵੀਕਸ 4 ਵੀਕਸ ਤੁਸੀਂ ਟਰਾਈ ਕਰਿਓ ਤੁਸੀਂ ਦੇਖਿਓ ਤੁਹਾਡਾ ਰਿਲੇਸ਼ਨਸ਼ਿਪ ਬੱਚਿਆਂ ਨਾਲ ਚੇਂਜ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਹੌਲੀ ਹੌਲੀ ਆਪ ਪਤਾ ਲੱਗ ਜਾਂਦਾ ਆ ਕਿ ਉਹਨਾਂ ਨੇ ਮੈਨੂੰ ਝਰਕਾ ਨਹੀਂ ਮਾਰਨਾ ਪਰ ਜੇ ਮੈਂ ਨੋਟੀ ਆ ਉਹਨਾਂ ਨੇ ਕਹਿਣਾ ਕਿ 5 ਮਿੰਟ ਸਿਮਰਨ ਕਰਨਾ ਆ ਉਹ ਆਪ ਹੀ ਬੈਠ ਕੇ ਸਿਮਰਨ ਕਰਨਾ ਪੈਂਦਾ ਹੈ ਜਦੋਂ ਤੁਸੀਂ ਵੀ ਝਰਕਾ ਮਾਰਦੇ ਆ ਬੱਚੇ ਤੁਹਾਨੂੰ ਵੀ ਕਹਿਣ ਕਿ ਨਹੀਂ ਹੁਣ 5 ਮਿੰਟ ਸਿਮਰਨ ਕਰਨਾ ਹੈ ਤੁਹਾਡੀ ਸਾਂਝ ਹੋ ਜਾਂਦੀ ਹੈ ਸਿਮਰਨ ਦੀ ਜਦੋਂ ਤੁਹਾਨੂੰ ਗੁੱਸਾ ਚੜਿਆ ਬੱਚੇ ਤੁਹਾਨੂੰ ਕਹਿੰਦੇ ਨਹੀਂ ਹੁਣ 5 ਮਿੰਟ ਸਿਮਰਨ ਕਰਨਾ ਹੈ ਬੱਚਿਆਂ ਨੂੰ ਫਿਰ ਸਿਖਾਉਣਾ ਕਿ ਜੇ ਤੁਸੀਂ ਡਰਦੇ ਕਿਸੇ ਚੀਜ਼ ਤੋਂ 5 ਮਿੰਟ ਸਿਮਰਨ ਕਰਨਾ ਹੈ ਜੇ ਤੁਹਾਨੂੰ ਗੁੱਸਾ ਆਉਂਦਾ ਹੈ ਭੈਣ ਭਰਾ ਬ੍ਰਦਰ ਨਿਆਣੇ ਇੱਕ ਦੂਜੇ ਨਾਲ ਲੜਦੇ ਆ 5 ਮਿੰਟ ਸਿਮਰਨ ਕਰਨਾ ਹੈ ਜੇ ਤੁਹਾਨੂੰ ਕਿਸੇ ਚੀਜ਼ ਦਾ ਸਟ੍ਰੈਸ ਆ ਗੁੱਸਾ ਆ 5 ਮਿੰਟ ਸਿਮਰਨ ਕਰਨਾ ਹੈ ਵੀ ਘਰ ਦੇ ਵਿੱਚ ਕੀ ਹੋ ਜਾਂਦੀ ਕਈ ਵਾਰੀ ਦਿਨ 'ਚ ਆਦਤ ਹੋ ਜਾਂਦੀ ਆ ਕਿ ਸਾਰਿਆਂ ਨੇ ਸਿਮਰਨ ਕਰਨਾ ਹੈ ਬੱਚਾ ਸਾਈਕੋਲੋਜੀਕਲੀ ਕੀ ਸੋਚਦਾ ਆ ਮੇਰੇ ਡੈਡੀ ਨੂੰ ਵੀ ਸਿਮਰਨ ਕਰਨ ਦੀ ਲੋੜ ਹੁੰਦੀ ਕਦੀ ਵਾਰੀ ਬੱਚਾ ਕੀ ਸੋਚਦਾ ਹੈ ਕਦੀ ਕਦੀ ਮੇਰੀ ਮੰਮੀ ਨੂੰ ਵੀ ਸਿਮਰਨ ਕਰਨ ਦੀ ਲੋੜ ਹੁੰਦੀ ਆ ਕਿ ਸ਼ਾਇਦ ਕੋਈ ਸਿਮਰਨ ਇਹ ਕੋਈ ਚੰਗੀ ਚੀਜ਼ ਆ ਬੱਚੇ ਨੂੰ ਸਿਮਰਨ ਕਰਨ ਦੀ ਆਦਤ ਪੈ ਜਾਂਦੀ ਆ ਵਾਪਸ ਬੋਲਣ ਦੀ ਆਦਤ ਨਹੀਂ ਪੈਂਦੀ ਉਹਨੂੰ ਸਿਮਰਨ ਕਰਨ ਦੀ ਆਦਤ ਪੈ ਜਾਂਦੀ ਆ ਅਤੇ ਜਿਹੜੇ ਘਰਾਣੇ ਪਿਛੇ 15-20 ਸਾਲਾਂ ਦੇ ਕਰਦੇ ਰਹੇ ਆ ਇਨ ਇੰਗਲੈਂਡ ਉਹਨਾਂ ਦਾ ਹੁਣ ਉਹ ਟੋਟਲ ਉਹ ਸਾਹਮਣੇ ਤੁਹਾਨੂੰ ਦੱਸਦਾ ਆ ਕਿ ਕਿੱਦਾਂ ਦੇ ਪਰਿਵਾਰ ਬਣ ਗਏ ਕਿੱਦਾਂ ਦੇ ਉਹਨੇ ਫੈਮਿਲੀ ਸਟਰਕਚਰ ਦਿਆ ਕਿੱਦਾਂ ਦੇ ਉਹ ਸਕਸੈਸਫੁਲ ਬੱਚੇ ਬਣ ਗਏ ਬਿਕਾਜ਼ ਦੇ ਬੋਥ ਸਿਮਰਨ ਪ੍ਰੈਕਟੀਕਲੀ ਗੱਲਾਂ ਨਹੀਂ ਕੀਤੀਆਂ ਪ੍ਰੈਕਟੀਕਲੀ ਸਿਮਰਨ ਘਰ 'ਚ ਲਿਆਉਂਦਾ ਆ ਐਂਡ ਦਿਸ ਇਜ਼ ਵੈਰੀ ਵੈਰੀ ਪੋਸੀਬਲ ਸੋ ਵੀ ਨੀਡ ਟੂ ਲੁੱਕ ਐਟ ਆਰ ਸਾਈਕਲ ਆਫ ਇਨਫਲੂਐਂਸ ਦ ਸਾਈਕਲ ਆਫ ਇਨਫਲੂਐਂਸ ਕਿਉਂਕਿ ਬੱਚਾ ਤੁਹਾਡੇ ਵੱਲ ਦੇਖਦਾ ਕਿੱਦਾਂ ਆ ਅੱਜ ਜਿਹੜੇ ਬੱਚੇ ਆ ਫਰੋਮ ਦੀ ਏਜ ਆਫ 0 to 2 ਐਂਡ ਦਿਸ ਇਜ਼ ਫਰੋਮ ਦ ਬ੍ਰਿਟਿਸ਼ ਮੈਡੀਕਲ ਜਰਨਲ ਹੈਨਾ ਦ ਬ੍ਰਿਟਿਸ਼ ਮੈਡੀਕਲ ਜਰਨਲ ਜਿਹੜੇ ਸਾਰੇ ਡਾਕਟਰਾਂ ਦੀ ਸਟੱਡੀ ਆ ਉਹ ਕਹਿੰਦੇ ਫਰੋਮ ਦੀ ਏਜ ਆਫ 0 to 2 ਬੱਚੇ ਦੀ ਜਿਹੜੀ ਸਾਈਕੋਲੋਜੀ ਇਹ ਆ ਕਿ ਬੱਚੇ ਨੇ ਫਰੋਮ ਦਾ ਏਜ ਹਮੇਸ਼ਾ ਮਾਂ ਦੇਖਣਾ ਹੈ ਮਾਂ ਇਜ਼ ਐਵਰੀਥਿੰਗ ਟੂ ਦਾ ਬੱਚਾ ਮਾਂ ਥੋੜ੍ਹੀ ਜਿਹੀ ਰੂਮ 'ਚ ਨਿਕਲ ਜਾਵੇ ਬੱਚੇ ਨੇ ਰੋਣ ਨਾ ਪੈਣਾ ਹੈ ਪਰ ਜਦੋਂ 2 ਸਾਲਾਂ ਦਾ ਹੋ ਜਾਂਦਾ ਬੱਚਾ ਉਹ ਮਾਂ ਨਾਲ ਬੋਰ ਹੋ ਜਾਂਦਾ ਹੈ ਮਾਂ ਇੰਪੋਰਟੈਂਟ ਹੁੰਦੀ ਆ ਪਰ ਉਹਨੂੰ ਹੋਰ ਕੋਈ ਚੀਜ਼ ਚਾਹੀਦੀ ਆ ਐਂਡ ਫਰੋਮ ਦੀ ਏਜ ਆਫ 2 to 5 2 to 5 ਫਿਰ ਫਾਦਰ ਇੰਪੋਰਟੈਂਟ ਹੋ ਜਾਂਦਾ ਹੈ ਕਦੀ ਕਦੀ ਫਾਦਰ ਘਰ ਹੁੰਦਾ ਆ ਦੱਸਦਾ ਆ ਆਮ ਤੌਰ 'ਤੇ ਕੰਮ 'ਤੇ ਹੁੰਦੇ ਆ ਉਹ ਹਮੇਸ਼ਾ ਫਾਦਰ ਨੂੰ ਐਨਾਲਾਈਜ਼ ਕਰਨਾ ਬੱਚੇ ਨੇ ਕਹਿਣੀ ਕੋਈ ਚੀਜ਼ ਨਹੀਂ ਹੈਗੀ ਪਰ ਉਹਨੇ ਦੇਖਣਾ ਮੇਰਾ ਫਾਦਰ ਕੱਪੜੇ ਕਿੱਦਾਂ ਪਾਉਂਦਾ ਆ ਮੇਰਾ ਫਾਦਰ ਬੋਲਦਾ ਕਿੱਦਾਂ ਆ ਉਹ ਖਾਣਾ ਕਿੱਦਾਂ ਖਾਂਦਾ ਆ ਉਹਦੀ ਮੈਨਰਿਜ਼ਮਸ ਕੀ ਆ ਅਤੇ ਬੱਚੇ ਨੇ ਉਸ ਚਾਰੇ ਚੀਜ਼ਾਂ ਦੀ ਨਕਲ ਕਰਨੀ ਆ ਉਹਨੇ ਕਹਿਣਾ ਨਹੀਂ ਕੋਈ ਚੀਜ਼ ਪਰ ਸੋਚੀ ਜਾਣਾ ਸੋਚੀ ਜਾਣਾ ਸੋਚੀ ਜਾਣਾ ਐਂਡ ਦੈਨ ਫਰੋਮ ਦੀ ਏਜ ਆਫ 5 to 13 ਬੱਚੇ ਦੀ ਜਿਹੜੀ ਸਾਈਕੋਲੋਜੀ ਇਹ ਆ ਕਿ ਉਹ ਮਦਰ ਫਾਦਰ ਨਾਲ ਨਹੀਂ ਦੇਖਣਾ ਐਂਡ ਦੈਟਸ ਵੈਨ ਯੂ ਆਰ ਨੋ ਲੋਂਗਰ ਇਨਫਲੂਐਂਸ਼ੀਅਲ ਫਰੋਮ ਦੀ ਏਜ ਆਫ 5 to 13 ਉਹਨੇ ਆਪਣੇ ਫਰੈਂਡਾਂ ਨਾਲ ਦੇਖਣਾ ਸਕੂਲ ਦੇ ਵਿੱਚ ਉਹਨਾਂ ਦੀ ਲੈਂਗੁਏਜ ਕੀ ਆ ਉਹਨਾਂ ਦੇ ਕੱਪੜੇ ਕਿੱਦਾਂ ਦੇ ਆ ਉਹਨਾਂ ਦਾ ਖਾਣਾ ਕਿੱਦਾਂ ਦਾ ਆ ਉਹ ਡਾਇਰੈਕਟਲੀ ਉਹਨਾਂ ਨੂੰ ਫਿਰ ਇਨਫਲੂਐਂਸ ਕਰਦਾ ਹੈ ਐਂਡ ਦੈਨ ਫਰੋਮ ਦੀ ਏਜ ਆਫ 13 ਅਪਵਰਡਸ ਉਹ ਇੰਡੀਪੈਂਡੈਂਟ ਮਾਈਂਡਡ ਹੋ ਜਾਂਦਾ ਹੈ ਉਦੋਂ ਕਿਸੇ ਦਾ ਉਹਦੇ ਕੋਈ ਕੰਟਰੋਲ ਨਹੀਂ ਹੁੰਦਾ ਜਿੰਨਾ ਮਰਜ਼ੀ ਤੁਸੀਂ ਸੋਚੀ ਜਾਓ ਕਿ ਤੁਹਾਡਾ ਕੰਟਰੋਲ ਉਹਨਾਂ 'ਤੇ ਹੈਗਾ ਹੈ ਤੁਹਾਡਾ ਕੋਈ ਕੰਟਰੋਲ ਨਹੀਂ ਹੈਗਾ ਉਹ ਬੱਚਾ ਇੰਡੀਪੈਂਡੈਂਟ ਮਾਈਂਡਡ ਆ ਜਿਹੜਾ ਵੈਸਟਰਨ ਸਾਈਕੋਲੋਜੀ ਦਾ ਬੱਚਾ ਹੈ ਸਾਡੇ ਵਰਗਾ ਕਿਸ ਮੇਰਾ ਵੀ ਜਨਮ ਇੰਗਲੈਂਡ ਦਾ ਹੈ ਵੀ ਆਰ ਅ ਨਿਊ ਜਨਰੇਸ਼ਨ ਹੈਨਾ ਵੀ ਆਰ ਬੇਸਿਕਲੀ ਟੋਟਲੀ ਇੰਪਲੀਮੈਂਟਡ ਇੰਡੀਪੈਂਡੈਂਟ ਗੱਲ ਇਹ ਆ ਕਿ ਸਾਨੂੰ ਇੰਸਪਾਇਰ ਕੌਣ ਕਰਦਾ ਹੈ ਜੇ ਪੇਰੈਂਟ ਜ਼ਿਆਦਾ ਇੰਸਪਾਇਰ ਕਰਦਾ ਆ ਉਹਨਾਂ ਨੇ ਪੇਰੈਂਟ ਦੇ ਮਗਰ ਲੱਗਣਾ ਜੇ ਜੈਜ਼ੀ ਬੀ ਉਹਨੂੰ ਜ਼ਿਆਦਾ ਇੰਸਪਾਇਰ ਕਰਦਾ ਉਹਨਾਂ ਨੇ ਜੈਜ਼ੀ ਬੀ ਦੇ ਮਗਰ ਲੱਗਣਾ ਆ ਜੇ ਉਹਦੇ ਫਰੈਂਡ ਜ਼ਿਆਦਾ ਉਹਨੂੰ ਇੰਸਪਾਇਰ ਕਰਦੇ ਆ ਉਹਨਾਂ ਨੇ ਆਪਣੇ ਫਰੈਂਡਾਂ ਦੇ ਮਗਰ ਲੱਗਣਾ ਹੂ ਇੰਸਪਾਇਰਸ ਇਨ ਦ ਮੋਸਟ ਦੈਟਸ ਵਾਟਸ ਇੰਪੋਰਟੈਂਟ ਨਾਓ ਆਮ ਗੋਇੰਗ ਟੂ ਸ਼ੋਅ ਯੂ ਅ ਵੀਡੀਓ ਪਲੀਜ਼ ਵਾਚ ਥਿਸ ਵੀਡੀਓ ਇਹਦਾ ਸਾਊਂਡ ਨਹੀਂ ਹੈਗਾ ਬਿਕਾਜ਼ ਤੁਹਾਡਾ ਜਿਹੜਾ ਪ੍ਰੋਜੈਕਟਰ ਸਿਸਟਮ ਇਜ਼ ਟੂ ਫਾਰ ਬੈਕ ਬਟ ਡਸਨਟ ਮੈਟਰ ਯੂ ਕੈਨ ਸਟਿਲ ਵਾਚ ਦ ਵੀਡੀਓ
speaker back. I'm going to watch this video again. Play. A banda telephone te gal karda hai, pichhe ohdi daughter hai, oh sochdi hai ki main vi telephone te gal karni hai. A bibi cigarette peendi hai, oh pichhe ohdi daughter sochdi hai main vi vaddi ho ke ida cigarette piya karni hai. A banda dabba thalle setda hai, ohda pott kehnda main vi vadda ho ke ida dabba thalle setya karna hai. A bibi sharab pi ke ulti kardi hai, ohde bachcha eh vi sochda hai. A gaala kaddi hai gaddi chalaundi, ohdi daughter pichhe gaala kaddi jaandi hai. ਆ ਬੰਦਾ ਰੇਸਿਸਟ ਬਣ ਰਿਹਾ, ਉਹਦੇ ਨਾਲ ਬੱਚਾ ਵੀ ਰੇਸਿਸਟ ਬਣਦਾ ਹੈ. ਆ ਗੁੱਸੇ ਨਾਲ ਫੋਨ ਭੰਨਦੀ ਹੈ, ਉਹਦੇ ਵਾਈਫ ਡਾਟਰ ਵੀ ਕਰਦੀ ਹੈ. ਆ ਕੁੱਤੇ ਨੂੰ ਰੋਰੇ ਮਾਰਦਾ ਹੈ, ਬੱਚਾ ਵੀ ਮਾਰਦਾ ਹੈ. ਆ ਬੱਚਾ ਰੋ ਰਿਹਾ ਆ, ਮਾਂ ਕਹਿੰਦੀ ਚੁੱਪ ਕਰ ਜਾ ਚੁੱਪ ਕਰ ਜਾ, ਨਾਲ ਉਹ ਬੱਚਾ ਵੀ ਕਰਦਾ. ਆਪਣੀ ਘਰ ਵਾਲੀ ਨੂੰ ਕੁੱਟ ਰਿਹਾ ਆ, ਬੱਚਾ ਵੀ ਨਾਲ ਉਹਨੂੰ ਕੁੱਟ. ਸੋਚਦਾ ਮੈਂ ਵੱਡਾ ਹੋ ਕੇ ਮੈਂ ਵੀ ਆਪਣੀ ਘਰ ਵਾਲੀ ਨੂੰ ਇੱਦਾਂ ਕੁੱਟਣਾ ਹੈ. ਦੈਨ ਇਟ ਸੇਜ਼ ਚਿਲਡਰਨ ਸੀ ਚਿਲਡਰਨ ਡੂ. ਆ ਕਿਸੇ ਦੇ ਬੈਗ ਟੁੱਟ ਗਿਆ, ਉਹਦਾ ਡੈਡੀ ਹੈਲਪ ਕਰਦਾ ਹੈ, ਬੱਚਾ ਨਾਲ ਹੈਲਪ ਕਰਨ ਆਉਂਦਾ. ਡੂ ਯੂ ਅੰਡਰਸਟੈਂਡ? ਚਿਲਡਰਨ ਸੀ ਚਿਲਡਰਨ ਡੂ. ਬੱਚੇ ਨੇ ਕਹਿਣਾ ਨਹੀਂ ਹੈਗਾ, ਪਰ ਜਿਹੜੀ ਚੀਜ਼ ਉਹ ਦੇਖਦਾ ਆ, ਦੇ ਕੈਨ ਡੂ ਇਟ, ਦੇ ਕੈਨ ਡੂ ਇਟ. ਐਂਡ ਦੈਨ ਇਟ ਸੇਜ਼ ਮੇਕ ਯੂ ਇਨਫਲੂਐਂਸ ਪੋਜ਼ਿਟਿਵ, ਕਿ ਜੋ ਤੁਹਾਡਾ ਇਨਫਲੂਐਂਸ ਆ ਤੁਹਾਡੇ ਬੱਚਿਆਂ 'ਤੇ, ਉਹ ਹਮੇਸ਼ਾ ਪੋਜ਼ਿਟਿਵ ਰੱਖੋ, ਇੱਦਾਂ ਨੈਗੇਟਿਵ ਨਾ ਰੱਖਿਆ ਕਰੋ. ਤਾਂ ਫਿਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇੱਦਾਂ ਦੇ ਹੋਣ, ਫਿਰ ਸਾਨੂੰ ਵੀ ਸੋਚਣਾ ਪੈਣਾ ਆ ਅਸੀਂ ਕਿੱਦਾਂ ਉਹਨਾਂ ਨੂੰ ਇੰਸਪੀਰੇਸ਼ਨ ਦੇ ਰਹੇ ਹਾਂ ਕਿ ਅਸੀਂ ਵੀ ਇੱਦਾਂ ਦੇ ਹੈਗੇ ਹਾਂ ਜਾਂ ਨਹੀਂ. ਆਪਣਾ ਇਨਫਲੂਐਂਸ ਕੀ ਆ ਆਪਣੇ ਬੱਚਿਆਂ 'ਤੇ, ਕਿ ਉਹ ਪੋਜ਼ਿਟਿਵ ਆ ਜਾਂ ਨੈਗੇਟਿਵ ਆ, ਅਸੀਂ ਕਿੱਦਾਂ ਉਹਨਾਂ ਨਾਲ ਵਿਚਰਦੇ ਹਾਂ. ਦਿਸ ਵੀਡੀਓ ਸ਼ੋਜ਼, ਇਹ ਵੀਡੀਓ ਦਿਖਾਉਂਦਾ ਆ ਕਿ ਕਿੰਨੀ ਛੇਤੀ ਤੁਹਾਡੇ ਬੱਚੇ ਤੁਹਾਡਾ ਬਿਹੇਵੀਅਰ ਕਾਪੀ ਕਰਨਾ ਪੈਂਦੇ ਆ, ਉਹ ਮਿਮਿਕ ਕਰਦੇ ਆ. ਤਾਂ ਫਿਰ ਜੇ ਤੁਸੀਂ ਨਾਲ ਕਿੰਨੀ ਛੇਤੀ ਤੁਹਾਡੇ ਜਿਹੜੇ ਬੈਡ ਹੈਬਿਟਸ ਆ, ਉਹ ਕਿੰਨੀ ਛੇਤੀ ਉਹਨਾਂ ਦੇ ਲਾਈਫ 'ਚ ਆ ਜਾਂਦੇ ਆ. ਸੋ ਜੇ ਤੁਸੀਂ ਗਾਲ ਕੱਢਦੇ ਆ, ਉਹ ਗਾਲ ਕੱਢਦੇ ਆ. ਜੇ ਤੁਸੀਂ ਬੱਚੇ ਨੂੰ ਕਹੀ ਜਾਂਦੇ ਆ ਬਾਂਦਰ ਜਿਹਾ ਬਾਂਦਰ ਜਿਹਾ ਬਾਂਦਰ ਜਿਹਾ, ਉਹਨੇ ਇੱਕ ਦਿਨ ਵਾਪਸ ਤੁਹਾਨੂੰ ਕਹਿ ਦੇਣਾ ਬਾਂਦਰ ਜਿਹਾ. ਬੱਚਾ ਕਰਦਾ ਹੈ, ਤੁਹਾਨੂੰ ਪਤਾ ਨਹੀਂ ਹੈਗਾ. ਇਸ ਕਰਕੇ ਜੋ ਸਿੱਖਦੇ ਆ, ਜੋ ਇਨਪੁਟ ਆ, ਉਹੀ ਆਉਟਪੁੱਟ ਹੋਣੀ ਆ. ਤਾਂ ਜੇ ਤੁਸੀਂ ਗਾਲਾਂ ਕੱਢਦੇ ਆ, ਬੱਚੇ ਨੂੰ ਤੁਹਾਨੂੰ ਗਾਲਾਂ ਕੱਢਣੀਆਂ. ਜੇ ਤੁਸੀਂ ਝੂਠ ਬੋਲਦੇ ਆ ਬੱਚਿਆਂ ਦੇ ਸਾਹਮਣੇ, ਬੱਚਿਆਂ ਨੂੰ ਸਿੱਖਣਾ ਆ ਕਿ ਝੂਠ ਕਿੱਦਾਂ ਬੋਲਣਾ ਹੈ. ਜੇ ਤੁਸੀਂ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਂਦੇ ਆ, ਸਮੋਕ ਕਰਦੇ ਆ, ਬੱਚਿਆਂ ਨੇ ਸੋਚਣਾ ਮੈਂ ਵੀ ਵੱਡਾ ਹੋ ਕੇ ਮੈਂ ਵੀ ਇੱਦਾਂ ਕਰਿਆ ਕਰਨਾ ਹੈ. ਜੇ ਤੁਸੀਂ ਬੱਚਿਆਂ ਦੇ ਸਾਹਮਣੇ ਗੁੱਸੇ ਨਾਲ ਬੋਲਦੇ ਆ, ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਗੁੱਸਾ ਕੀ ਚੀਜ਼ ਹੈ. ਜੇ ਤੁਸੀਂ ਆਪਣੀ ਇਨਸੈਂਸ ਗਵਾ ਲਈ, ਫਿਰ ਉਹਨਾਂ ਦੀ ਕਾਹਤੇ ਡਰੇਨ ਕਰ ਰਹੇ ਹਾਂ. ਇਹੀ ਚੀਜ਼ ਤਾਂ ਆਪਾਂ ਸ਼ੁਰੂ ਕੀਤੀ ਸੀ ਇਨ ਟਰਮਸ ਆਫ ਇਨਸੈਂਸ, ਕਿ ਇਨਸੈਂਸ ਕਿੰਨੀ ਇੰਪੋਰਟੈਂਟ ਚੀਜ਼ ਹੈ ਲਾਈਫ ਦੇ ਵਿੱਚ, ਹੈ ਨਾ? ਬਿਕੋਜ਼ ਚਲਾਕ ਬਣਨਾ ਤਾਂ ਸਾਰਿਆਂ ਨੂੰ ਆਉਂਦਾ ਹੈ, ਐਂਡ ਇਟਸ ਅਬਾਊਟ ਮੇਨਟੇਨਿੰਗ ਦਾ ਇਨਸੈਂਸ. ਸੋ ਲੈਟਸ ਸਟਾਰਟ ਐਨਾਲਾਈਜ਼ਿੰਗ ਰਿਲੇਸ਼ਨਸ਼ਿਪਸ, ਬਿਕੋਜ਼ ਆਪਾਂ ਜਦੋਂ ਗੁਰੂ ਗੋਬਿੰਦ ਸਿੰਘ ਵੱਲ ਦੇਖਦੇ ਹਾਂ, ਆਪਾਂ ਹਮੇਸ਼ਾ ਦੇਖਦੇ ਹਾਂ ਸਾਡੇ ਕੌਮ ਦਾ ਫਾਦਰ ਆ. ਅਸੀਂ ਇਹ ਨਹੀਂ ਦੇਖਦੇ ਕਿ ਉਹ ਚਾਰ ਬੱਚਿਆਂ ਦਾ ਵੀ ਫਾਦਰ ਸੀਗਾ. ਹੀ ਵਾਜ਼ ਅ ਫਾਦਰ, ਮਾਤਾ ਸਾਹਿਬ ਕੋਲ ਇੱਕ ਮਦਰ ਸੀਗੀ. ਸੋ ਇਫ ਯੂ ਵਾਂਟ ਟੂ ਰੋਲ ਮਾਡਲ ਕਿ ਇੱਕ ਚੰਗਾ ਫਾਦਰ ਕਿੱਦਾਂ ਬਣਨਾ ਆ, ਤਾਂ ਫਿਰ ਗੁਰੂ ਗੋਬਿੰਦ ਸਿੰਘ ਵੱਲ ਦੇਖੋ. ਇਫ ਯੂ ਵਾਂਟ ਟੂ ਰੋਲ ਮਾਡਲ ਕਿ ਇੱਕ ਚੰਗੀ ਮਦਰ ਕਿੱਦਾਂ ਬਣਨਾ ਆ, ਮਾਤਾ ਸਾਹਿਬ ਕੋਲ ਵੱਲ ਦੇਖੋ. ਇਫ ਯੂ ਵਾਂਟ ਟੂ ਰੋਲ ਮਾਡਲ ਕਿ ਇੱਕ ਚੰਗਾ ਗ੍ਰੈਂਡਫਾਦਰ ਕਿੱਦਾਂ ਬਣਨਾ ਆ, ਤਾਂ ਗੁਰੂ ਤੇਗ ਬਹਾਦਰ ਜੀ ਵੱਲ ਦੇਖੋ. ਇਫ ਯੂ ਵਾਂਟ ਟੂ ਰੋਲ ਮਾਡਲ ਕਿ ਚੰਗਾ ਗ੍ਰੈਂਡ ਮਦਰ ਕਿੱਦਾਂ ਬਣਨਾ ਆ, ਤਾਂ ਮਾਤਾ ਗੁਜਰੀ ਵੱਲ ਦੇਖੋ. ਮਾਤਾ ਗੁਜਰੀ ਕਦੀ ਇਹ ਨਹੀਂ ਕਰਦੀ ਸੀ ਕਿ ਆਪ ਸਟਾਰ ਟੀਵੀ ਦੇ ਨਾਟਕ ਦੇਖੀ ਜਾਂਦੀ ਸੀ, ਬੱਚਿਆਂ ਨੂੰ ਕਹਿੰਦੀ ਸੀ ਜਾ ਕੇ ਕੰਪਿਊਟਰਾਂ 'ਤੇ ਖੇਡੋ ਜਾਂ ਬਾਹਰ ਖੇਡੋ. ਮਾਤਾ ਗੁਜਰੀ ਆਪ ਬੱਚਿਆਂ ਨੂੰ ਨਾਲ ਰੱਖਦੀ ਹੁੰਦੀ ਸੀ, ਉਹਨਾਂ ਨਾਲ ਆਪ ਭਗਤੀ ਕਰਦੀ ਹੁੰਦੀ ਸੀ, ਤਾਂ ਹੀ ਉਹਨਾਂ ਦੇ ਬੱਚੇ ਇੱਦਾਂ ਦੇ ਬਣ ਗਏ. ਜੇ ਤੁਸੀਂ ਇੱਦਾਂ ਦੇ ਰੋਲ ਮਾਡਲਸ ਆ, ਲਾਈਕ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ, ਨੈਚੁਰਲ ਕੌਨਸੀਕੁਐਂਸ ਕੀ ਆ, ਤੁਹਾਡੇ ਬੱਚੇ ਛੋਟੇ ਸਾਹਿਬਜ਼ਾਦੇ ਵਾਂਗਰ ਬਣ ਜਾਣੇ. ਇਟਸ ਅ ਨੈਚੁਰਲ ਕੌਨਸੀਕੁਐਂਸ. ਪਰ ਜੇ ਤੁਸੀਂ ਇੱਦਾਂ ਦੇ ਪੇਰੈਂਟਸ ਆ, ਜਿਹੜੇ ਕਦੀ ਝੂਠ ਬੋਲੀ ਜਾਣਾ, ਨਿੰਦਾ ਚੁਗਲੀ ਵੀ ਕਰੀ ਜਾਣੀ ਆ, ਹੋਰ ਚੀਜ਼ਾਂ ਲੋਕਾਂ ਨੂੰ ਖਰਾਬ ਵੀ ਕਰੀ ਜਾਣਾ ਆ, ਫਿਰ ਬੱਚਿਆਂ ਨੇ ਤੁਹਾਡੇ ਵੱਲ ਦੇਖ ਕੇ ਲੈਕਿਨ ਸਾਈ ਯੂ ਗਾਇਜ਼ ਆ ਹਿਪੋਕ੍ਰਿਟਸ, ਭਾਵੇਂ ਤੁਹਾਡੇ ਸਿਰਾਂ 'ਤੇ ਦਸਤਾਰਾਂ ਆ ਜਾਂ ਨਹੀਂ, ਲੇਕਿਨ ਸਾਈ ਇਹ ਸਾਰੇ ਹਿਪੋਕ੍ਰਿਟਸ ਆ, ਚਲਾਕੀਆਂ ਕਰਦੇ, ਝੂਠ ਬੋਲਦੇ ਆ. ਬਿਕੋਜ਼ ਬੱਚੇ ਸੀ ਇਹ, ਉਹਨਾਂ ਨੂੰ ਕਹਿਣਾ ਨਹੀਂ ਹੈਗਾ, ਦੇ ਥਿੰਕ ਇਟ. ਸੋ ਲੈਟਸ ਨਾਓ ਕੰਸੀਡਰ ਆਰ ਰਿਲੇਸ਼ਨਸ਼ਿਪਸ.
ਤੁਹਾਡਾ ਰਿਲੇਸ਼ਨਸ਼ਿਪ ਕੀ ਆ ਤੁਹਾਡੇ ਚਿਲਡਰਨ ਨਾਲ, ਤੁਹਾਡੇ ਗ੍ਰੈਂਡ ਚਿਲਡਰਨ ਨਾਲ? ਬਿਕੋਜ਼ ਦਿਸ ਥਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ, ਹੈ ਨਾ? ਤੁਹਾਡਾ ਕੀ ਰਿਲੇਸ਼ਨਸ਼ਿਪ ਹੈ? ਔਰ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਦਾਸ ਨੂੰ ਕਦੋਂ ਉੱਥੇ ਕੈਲੀਫੋਰਨੀਆ ਬੁਲਾਇਆ ਗਿਆ? ਬਿਕੋਜ਼ ਅਸੀਂ ਸਾਰੇ ਗ੍ਰਸਤੀ ਹਾਂ, ਭਾਈ ਸਾਹਿਬ ਬੈਂਕ ਮੈਨੇਜਰ ਆ, ਦਾਸ ਆਪ ਆਮ ਸੀਈਓ ਆਫ ਅ ਕੰਪਨੀ, ਮੇਰੀ ਆਪ ਦੀ ਕੰਪਨੀ ਆਪ ਦਾ 52 ਇੰਪਲੋਈਜ਼, ਮੇਰਾ ਆਪ ਦਾ ਹੋਸਪਿਟਲ ਆ, ਅਸੀਂ ਹੋਸਪਿਟਲ ਚਲਾਉਣੇ, ਹੈ ਨਾ? ਐਂਡ ਆਪ ਕੋ ਲੋ ਡਿਗਰੀ, ਸਾਡਾ ਇਹ ਆ ਕਿ ਜਦੋਂ ਸਾਡੇ ਕੋਲ ਵਿਹਲਾ ਟਾਈਮ ਹੁੰਦਾ ਆ, ਫਰੀ ਟਾਈਮ, ਅਸੀਂ ਬਾਹਰ ਜਾਂਦੇ ਹਾਂ, ਕੈਂਪ ਲਾਉਂਦੇ ਹਾਂ, ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜੀਦਾ, ਨੈਕਸਟ ਜਨਰੇਸ਼ਨ ਨੂੰ ਐਜੂਕੇਟ ਕਰੀਦਾ ਸਿੱਖੀ ਬਾਰੇ, ਸਾਰੇ ਥਾਂ ਸਾਨੂੰ ਬੁਲਾਉਂਦੇ ਰਹਿੰਦੇ ਆ। ਐਂਡ ਸ਼ੀ ਕੈਨ ਟੈਲ ਬਾਏ ਮੇਰੀ ਪੰਜਾਬੀ, ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਯੂਕੇ ਦਾ ਬੋਰਨ ਹਾਂ, ਮੇਰੀ ਪੰਜਾਬੀ ਦਾ ਲੈਵਲ ਇੱਦਾਂ ਹੀ ਆ। ਸਰ, ਜਦੋਂ ਮੈਨੂੰ ਯੂਨੀਵਰਸਿਟੀ ਬੁਲਾਇਆ ਗਿਆ, ਉੱਥੇ ਅਸੀਂ 400 ਬੱਚਿਆਂ ਦਾ ਕੈਂਪ ਲਾਇਆ, ਅਤੇ ਅਮੈਰੀਕਾ 'ਚ ਕੈਲੀਫੋਰਨੀਆ 'ਚ ਇੱਕ ਚੀਜ਼ ਅਸੀਂ ਨੋਟਿਸ ਕੀਤੀ ਸੀਗੀ ਕਿ ਜਿਹੜੇ ਪੇਰੈਂਟ ਆ ਉਹ ਵੱਧ ਤੋਂ ਵੱਧ ਓਵਰਟਾਈਮ ਕਰੀ ਜਾਂਦੇ ਆ, ਪਰ ਜਦੋਂ ਬੱਚਾ 16 ਈਅਰਸ ਦਾ ਹੁੰਦਾ ਆ, ਜਦੋਂ ਉਹਨੇ ਗੱਡੀ ਪਾਸ ਕਰ ਲਈ, ਉਹਨਾਂ ਨੇ ਪਹਿਲਾਂ, ਸਭ ਤੋਂ ਪਹਿਲਾਂ ਉਹਨਾਂ ਨੂੰ ਨਵੀਂ ਗੱਡੀ ਖਰੀਦ ਕੇ ਦੇਣੀ ਆ। ਅਤੇ ਮੈਂ ਚੀਜ਼ ਨੋਟਿਸ ਕੀਤੀ ਸੀ, ਮੈਂ ਜਦੋਂ ਆਪਣਾ ਲੈਕਚਰ ਕਰਦਾ ਸੀ, ਮੈਂ ਕਹਿਤਾ ਸਟੇਜ 'ਤੇ, ਮੈਂ ਕਿਹਾ ਕੰਪਲੀਟ ਓਪੋਜ਼ਿਟ ਟੂ ਯੂਕੇ ਆ। ਅਸੀਂ ਸਾਰੀ ਲਾਈਫ ਅਸੀਂ ਆਪਣੇ ਪੇਰੈਂਟਾਂ ਨੂੰ ਦੇਖਿਆ ਹਾਰਡ ਕੰਮ ਕਰਦੇ, ਅਤੇ ਸਾਡਾ ਇਹ ਸੀਗਾ, ਮੇਰਾ ਨਾਲ ਮੇਰਾ ਬ੍ਰਦਰ ਦਾ ਇਹ ਸੀਗਾ ਕਿ ਸਭ ਤੋਂ ਪਹਿਲਾਂ ਅਸੀਂ ਜੋਬ ਲੈ ਕੇ ਆਪਣੇ ਮਦਰ ਫਾਦਰ ਨੂੰ ਰਿਟਾਇਰ ਕਰਨਾ ਹੈ, ਉਹਨਾਂ ਨੂੰ ਰਿਟਾਇਰ ਕਰਨਾ ਆ, ਤਾਂ ਹੀ ਅਸੀਂ ਬੈਠ ਕੇ ਥੋੜ੍ਹਾ ਜਿਹਾ ਸੁਖੀ ਬਹਿਣਾ ਹੈ। ਇਟ ਵਾਸ ਵੈਰੀ ਇੰਪੋਰਟੈਂਟ ਟੂ ਅਸ, ਸਾਡੀ ਸਾਈਕੋਲੋਜੀ ਦੇ ਵਿੱਚ। ਮੈਂ ਕਿਹਾ ਅਮੈਰੀਕਾ 'ਚ ਤੁਸੀਂ ਪਹਿਲਾਂ ਉਹਨਾਂ ਨੂੰ ਗੱਡੀ ਖਰੀਦ ਦਿੰਦੇ ਆ, ਫਿਰ ਬੱਚਿਆਂ ਨੂੰ ਕੀ ਸਿਖਾ ਰਹੇ ਆ ਕਿ ਪੁੱਤ ਤੂੰ ਨਿਕੰਮਾ ਤੋਂ ਨਿਕੰਮਾ ਬਣ ਜਾ, ਕੋਈ ਗੱਲ ਨਹੀਂ, ਮੈਂ ਫਿਰ ਵੀ ਓਵਰਟਾਈਮ ਕਰੀ ਜਾਊਂਗੀ, ਮੈਂ ਫਿਰ ਵੀ ਓਵਰਟਾਈਮ ਕਰੀ ਜਾਊਂਗਾ, ਮੈਂ ਫਿਰ ਵੀ ਤੁਹਾਨੂੰ ਗੱਡੀਆਂ ਖਰੀਦ ਕੇ ਦਊਂਗਾ, ਮੈਂ ਫਿਰ ਵੀ ਤੁਹਾਨੂੰ ਇੱਦਾਂ ਸਾਰਾ ਪੈਸਾ ਦੇ ਜਾਊਂਗਾ। ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਨਿਕੰਮੇ ਬਣਾਈ ਜਾਂਦੇ ਹਾਂ, ਉਹਨਾਂ ਦੇ ਵਿੱਚ ਕੋਈ ਚੀਜ਼ ਨਹੀਂ ਦੱਸ ਰਿਹਾ ਕਿ ਆਹ ਚੀਜ਼ਾਂ ਅਰਨ ਕਰਨੀਆਂ ਪੈਂਦੀਆਂ ਆ, ਤੁਹਾਡਾ ਤੁਹਾਡਾ ਸੋਸ਼ਲ ਸਟਰਕਚਰ ਕੀ ਆ। ਬਿਕੋਜ਼ ਆਪਾਂ ਕੀ ਕਰਦੇ ਹਾਂ, ਆਪਾਂ ਪੈਸੇ ਨੂੰ ਪਿਆਰ ਬਣਾ ਤਾ। ਕਿਸੇ ਘਰ ਦੇ ਵਿੱਚ ਕੋਈ ਬੱਚਾ ਹੁੰਦਾ ਆ, ਇੱਥੇ ਹੁਣ ਤੁਹਾਡੇ ਇੱਥੇ ਮੈਲਬੋਰਨ ਦੇ ਵਿੱਚ ਕਿਸੇ ਘਰ ਦੇ ਵਿੱਚ ਕੋਈ ਬੱਚਾ ਹੁੰਦਾ ਆ, ਤੁਸੀਂ ਉਹਨਾਂ ਦੇ ਘਰ ਜਾਂਦੇ ਆ, ਘਰ ਜਾਣ ਤੋਂ ਬਾਅਦ ਜਦੋਂ ਤੁਸੀਂ ਵਾਪਸ ਆ ਰਹੇ ਆ, ਤੁਸੀਂ ਜਾਣ ਤੋਂ ਪਹਿਲਾਂ ਕੀ ਕਰਦੇ ਆ ਕਿ ਤੁਸੀਂ ਉਹਨਾਂ ਨੂੰ $20 ਜਾਂ $50 ਕੱਢ ਕੇ ਦਿੰਦੇ ਆ ਜਾਂ ਨਹੀਂ ਦਿੰਦੇ ਆ ਜਾਂ ਨਹੀਂ ਬੋਲੋ ਸਾਰੇ ਕਰਦੇ ਆ ਨਾ। ਫਿਰ ਪੈਸਾ ਫਿਰ ਬਾਅਦ 'ਚ ਕੀ ਕਹਿੰਦੇ ਆ, ਲੈ ਲਓ ਇਹ ਪਿਆਰ ਆ, ਇੱਦਾਂ ਨਹੀਂ ਕਹਿੰਦੇ। ਫਿਰ ਮੈਨੂੰ ਦੱਸੋ, ਪੈਸਾ ਪਿਆਰ ਕਦੋਂ ਬਣ ਗਿਆ, ਕਦੋਂ ਪੈਸਾ ਪਿਆਰ ਬਣਿਆ? ਵੈਰੀ ਬੈਡ ਟ੍ਰੈਂਡ ਆਪਣੀ ਕਮਿਊਨਿਟੀ ਦੇ ਵਿੱਚ। ਗੁਰਸਿੱਖ ਕੀ ਕਰਦੇ ਆ, ਤੁਹਾਡੇ ਘਰ ਬੱਚਾ ਹੋਇਆ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਬੱਚੇ ਨੂੰ ਗੱਤਕਾ ਸਿਖਾ ਲਉਂਗੇ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਬੱਚੇ ਨੂੰ ਕੀਰਤਨ ਸਿਖਾ ਲਉਂਗੇ, ਤੁਹਾਡੇ ਘਰ ਬੱਚਾ ਹੋਇਆ, ਅਸੀਂ ਤੁਹਾਡੇ ਬੱਚੇ ਲਈ ਸੁਖਮਣੀ ਸਾਹਿਬ ਕਰੋਂਗੇ, ਤੁਹਾਡੇ ਘਰ ਬੱਚਾ ਹੋਇਆ, ਮੈਂ ਆਪ ਹੱਥ ਲੈ ਇੱਕ ਗੁਟਕਾ ਬਣਾ ਕੇ ਮੈਂ ਤੁਹਾਡੇ ਬੱਚੇ ਦੇ ਦਊਂਗਾ, ਤੁਹਾਡੇ ਘਰ ਬੱਚਾ ਹੋਇਆ, ਮੈਂ ਤੁਹਾਡੇ ਬੱਚੇ ਨੂੰ ਦਸਤਾਰ ਦਊਂਗਾ, ਤੁਹਾਡੇ ਘਰ ਬੱਚਾ ਹੋਇਆ, ਜਦੋਂ ਮਰਜ਼ੀ ਤੁਹਾਡਾ ਬੱਚੇ ਮੇਰੇ ਘਰ ਆ ਸਕਦਾ, ਮੇਰੇ ਨਾਲ ਸਿਮਰਨ ਕਰ ਸਕਦਾ। ਦੀਜ਼ ਆਰ ਗਿਫਟਸ ਆਫ ਵਿਜ਼ਡਮ, ਗਿਆਨ ਦੇ ਗਿਫਟਸ। ਇਹਨਾਂ ਦੀ ਵੈਲਿਊ $20 ਦੇ ਬਰਾਬਰ ਹੈਗੀ ਆ ਜਾਂ ਨਹੀਂ? ਕਈ ਗੁਣਾ ਜ਼ਿਆਦੀ ਆ, ਕਈ ਗੁਣਾ ਜ਼ਿਆਦੀ ਆ। ਉਹ $20 ਨੇ ਤਾਂ ਇੱਕ ਬਾਕਸ ਦਾ ਨੈਪੀਆਂ ਦਾ ਵੀ ਨਹੀਂ ਖਰੀਦਣਾ। ਸੋਚਣ ਵਾਲੀ ਗੱਲ ਆ, ਪੈਸਾ ਪਿਆਰ ਨਹੀਂ ਕਦੇ ਹੋ ਸਕਦਾ। ਨਾਲੇ ਆਪਾਂ ਕਿੱਦਾਂ ਇਹ ਗੱਲ ਨੂੰ ਵਧਾਈ ਜਾਂਦੇ ਹਾਂ, ਕਿੱਦਾਂ ਗੱਲ ਨੂੰ ਵਧਾਈ ਜਾਂਦੇ? ਕਿਸੇ ਦੇ ਘਰ ਕੋਈ ਵਿਆਹ ਹੋਵੇ, ਉਹ ਪਹਿਲਾਂ ਇੰਡੀਆ ਨੂੰ ਜਾਂਦੇ ਆ, ਵੱਧ ਤੋਂ ਵੱਧ ਸੂਟਕੇਸ ਭਰ ਲੈਂਦੇ ਆ ਬੀਬੀਆਂ ਦੇ ਸੂਟਾਂ ਦੇ, ਹੈ ਨਾ? ਫਿਰ ਵਾਪਸ ਜਾ ਕੇ ਵਿਆਹ ਹੁੰਦਾ ਆ, ਉਸ ਮਸੀਂ ਉਹ ਸੂਟਕੇਸ ਵਾਪਸ ਉੱਥੇ ਲਿਆਉਂਦੇ ਆ, ਫਿਰ ਬਾਅਦ 'ਚ ਉਹ ਸੂਟ ਉਹਨਾਂ ਨੂੰ ਦਿੰਦੇ ਆ, ਫਿਰ ਬਾਅਦ 'ਚ ਦੂਜੇ ਪਾਸੇ ਕਹੀ ਜਾਣਾ, ਆਹ ਕੋਈ ਸੂਟ ਆ, ਮੈਨੂੰ ਕਿੱਦਾਂ ਦਾ ਸੂਟ ਦਿੱਤਾ ਇਹਨਾਂ ਨੇ। ਫਿਰ ਬਾਅਦ 'ਚ ਇੱਕ ਦੂਜੇ ਨਾਲ ਲੜੀ ਵੀ ਜਾਣਾ, ਸਿਰਦਰਦੀ ਵੀ ਲਈ ਜਾਣੀ ਆ, ਲੜੀ ਵੀ ਜਾਣਾ ਹੈ, ਬਾਅਦ 'ਚ ਕਹੀ ਜਾਣਾ ਪਿਆਰ ਆ, ਤੁਸੀਂ ਲੈਂਦੇ ਕਾਹ 'ਤੇ ਨਹੀਂ, ਕਿੰਨੀ ਤੁਹਾਡੀ ਬਿਰਤੀ ਕਿੰਨੀ ਖਰਾਬ ਕਰੀ ਜਾਂਦੇ ਆ। ਬੇਨਤੀ ਆ ਕਿ ਜਿੰਨੇ ਵੀ ਬਾਅਦ 'ਚ ਆਏ ਆ, ਪਿੱਛੇ ਬੈਠਣ ਦੀ ਲੋੜ ਨਹੀਂ ਹੈਗੀ, ਅਸੀਂ ਪਹਿਲਾਂ ਕਹਿੰਦੇ ਹਾਂ ਗੁਰੂ ਦੁਆਰੇ ਆਉਣਾ ਆ, ਗੁਰੂ ਦੇ ਕੋਲ ਬੈਠਿਆ ਕਰੋ, ਮੋਹਰੇ ਆ ਕੇ ਬੈਠੋ, ਇੰਨਾ ਦੂਰ ਬੈਠਣ ਦੀ ਲੋੜ ਨਹੀਂ ਹੈਗੀ, ਆਪਾਂ ਵਿਚਾਰ ਕਰਦੇ ਹਾਂ। ਸੋ ਪੈਸਾ ਪਿਆਰ ਨਹੀਂ ਹੈਗਾ, ਜੇ ਕੋਈ ਚੀਜ਼ ਦੀ ਸਾਂਝ ਕਰਨੀ ਆ, ਸਾਂਝ ਕਰੋ ਗਿਆਨ ਦੀ, ਸਾਂਝ ਕਰੋ ਵਿਜ਼ਡਮ ਦੀ, ਸਾਂਝ ਕਰੋ ਗੁਰਬਾਣੀ ਦੀ, ਇਹ ਅਸਲੀ ਪਿਆਰ ਆ, ਇਹ ਟ੍ਰੈਂਡ ਸ਼ੁਰੂ ਕਰੋ। ਔਰ ਤੁਹਾਡੇ ਕੋਲ ਕਿੰਨੇ ਬੱਚੇ ਇੱਥੇ ਬੈਠੇ ਆ, ਕਿੰਨੇ ਬੱਚੇ ਇੱਥੇ ਬੈਠੇ ਆ, ਕੀ ਤੁਹਾਨੂੰ ਪਤਾ ਆ ਕਿ ਜਦੋਂ ਤੁਹਾਡੇ ਬੱਚਿਆਂ ਦਾ ਜਨਮ ਦਿਨ ਹੋਇਆ ਸੀਗਾ, ਕਿ ਕੀ ਹੁਕਮਨਾਮਾ ਸੀਗਾ? ਭਾਈ ਸਾਹਿਬ ਨੂੰ ਪਤਾ ਆ, ਬਾਕੀ ਚੌਪਿਆ, ਜਦੋਂ ਤੁਹਾਡਾ ਜਨਮ ਸੀਗਾ ਉਦੋਂ ਹੁਕਮਨਾਮਾ ਕੀ ਸੀਗਾ?
ਕਿ ਸਿਰਫ ਇਸ ਲਈ ਮਹਾਰਾਜ ਦੇ ਕੋਲ ਆਏ ਸੀ, ਮਹਾਰਾਜ ਮੈਨੂੰ ਤੁਹਾਡੇ ਹੁਕਮਨਾਮੇ ਦੀ ਲੋੜ ਨਹੀਂ ਹੈਗੀ, ਮੈਨੂੰ ਸਿਰਫ ਪਹਿਲਾ ਅੱਖਰ ਦੀ ਲੋੜ ਆ, ਕਿ ਜੋ ਤਾਂ ਮੈਂ ਨਾਮ ਲੈ ਲੈਣਾ, ਬਾਕੀ ਹੁਕਮਨਾਮਾ ਰਹਿਣ ਦਿਓ, ਮੈਂ ਭੁੱਲ ਜਾਵਾਂ, ਕੋਈ ਗੱਲ ਨਹੀਂ ਹੈਗਾ। ਇਹ ਸਾਡੀ ਰਿਲੇਸ਼ਨਸ਼ਿਪ ਆ ਸਾਡੇ ਗੁਰੂ ਨਾਲ। ਜਦੋਂ ਸਾਡੇ ਗੁਰਦੁਆਰੇ ਕੋਈ ਬੱਚਾ ਆਉਂਦਾ, ਕੋਈ ਬੱਚੇ ਦਾ ਜਨਮ ਹੁੰਦਾ ਆ, ਪਹਿਲੀ ਵਾਰੀ ਪਰਿਵਾਰ ਲਿਆਉਂਦਾ ਆ, ਜਿਹੜਾ ਹੁਕਮਨਾਮਾ ਆ ਉਹ ਫਰੇਮ ਕਰਕੇ, ਫਰੇਮ ਦੇ ਵਿੱਚ ਪਾ ਕੇ ਪਰਿਵਾਰ ਨੂੰ ਦਿੱਤਾ ਜਾਂਦਾ ਆ, ਆਹ ਤੁਹਾਡੇ ਬੱਚੇ ਦਾ ਹੁਕਮਨਾਮਾ ਆ, ਇਹ ਆਪਣੇ ਕੰਧ ਨਾਲ ਲਾਵੋ, ਸਾਰੇ ਲਾਈਫ ਤੁਹਾਡੇ ਬੱਚੇ ਨੂੰ ਪਤਾ ਹੋਵੇ ਇਸ ਜਨਮ ਦੇ ਵਿੱਚ ਆਹ ਮੇਰਾ ਗੁਰੂ ਦਾ ਹੁਕਮ ਆ। ਜਦੋਂ ਕਿਸੇ ਬੱਚੇ ਦਾ ਆਨੰਦ ਕਾਰਜ ਹੁੰਦਾ ਆ, ਜਦੋਂ ਕਿਸੇ ਨੇ ਅੰਮ੍ਰਿਤ ਛਕਣਾ ਆ, ਜੋ ਵੀ ਉਹ ਲਾਈਫ ਦੇ ਸਟੇਜਿਸ ਆ, ਉਹ ਜਦੋਂ ਵੀ ਜਿਹੜੇ ਵੀ ਹੁਕਮਨਾਮੇ ਆ ਉਹ ਸਾਰੇ ਕਲੈਕਟ ਕਰੋ, ਤੁਹਾਨੂੰ ਪਤਾ ਹੋਵੇ ਕਿ ਮੇਰੇ ਇਸ ਟਾਈਮ ਇਸ ਲਾਈਫ ਵਿੱਚ ਆਹ ਹੁਕਮਨਾਮੇ ਆ, ਗਾਂ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਪੁੱਛਣਾ ਆ। ਦੀਜ਼ ਆਰ ਇੰਪੋਰਟੈਂਟ ਥਿੰਗਸ। ਇਹ ਇੰਪੋਰਟੈਂਟ ਚੀਜ਼ ਨਹੀਂ ਹੈਗੀ ਤੁਹਾਡੇ ਬੱਚਿਆਂ ਦੇ ਲਾਈਫ 'ਚ, ਪਰ ਅਸੀਂ ਕੀ ਕਰਦੇ ਹਾਂ, ਸਾਡੀ ਸੁਰ ਤੋਂ ਬਸ ਪੰਜਾਬੀ ਸੂਟਾਂ ਦੇ ਵਿੱਚ ਆ, ਸਾਡੀ ਸੁਰ 'ਤੇ ਆ ਕਿ ਉਹ $20 ਲੈ ਲਵੇ, ਹੈ ਨਾ। ਐਂਡ ਇਹ ਜਿਹੜੀਆਂ ਅਸਲੀ ਚੀਜ਼ਾਂ ਆ ਉਹਦੇ ਵਿੱਚ ਸੁਰਤ ਨਹੀਂ ਹੈਗੀ। ਸੋ ਹੂ ਆਰ ਆਰ ਰੋਲ ਮਾਡਲਸ? ਨਾਓ ਦਿਸ ਇਜ਼ ਵੈਰੀ ਇੰਪੋਰਟੈਂਟ, ਇਸ ਚੀਜ਼ ਬਾਰੇ ਸੋਚੋ। ਆਈ ਵਾਸ ਬੋਰਨ ਇਨ UK, ਮੈਂ UK ਦੇ ਵਿੱਚ ਬੋਰਨ ਆ, ਤੁਹਾਡੇ ਹੁਣ ਗਾਂ ਦੇ ਬੱਚੇ ਇੱਥੇ ਬੋਰਨ ਹੋਣੇ ਆ। ਮੈਂ ਤੁਹਾਨੂੰ ਦੱਸ ਸਕਦਾ ਹਾਂ, ਇਨ UK ਔਨ ਐਵਰੇਜ ਪਹਿਲੀ ਵਾਰੀ ਵਨ ਯੂਅਰ ਬੈਕ 12 ਈਅਰਸ ਆਊਟ, ਕਿਸ ਨੇ ਤੁਹਾਡੇ ਬੱਚੇ ਕੋਲ ਆਉਣਾ ਆ, ਤੁਹਾਡੇ ਬੱਚੇ ਨੂੰ ਕਹਿਣਾ ਆ ਆਹ ਲੈ ਪੁੱਤ ਸਿਗਰਟ ਪੀ ਲਾ, ਸਮ ਗੋਰਾ ਹੋਵੇ, ਕਾਲਾ ਹੋਵੇ, ਸ਼ਾਇਦ ਉਹਦਾ ਪੰਜਾਬੀ ਫਰੈਂਡ ਹੀ ਹੋਵੇ, ਸ਼ਾਇਦ ਤੁਹਾਡੀ ਕਮਿਊਨਿਟੀ 'ਚ ਹੋਰ ਬੰਦਾ ਹੋਵੇ, ਉਹਨਾਂ ਨੇ ਕਹਿਣਾ ਆ ਐਟ ਦੀ ਏਜ 12 ਕਿ ਆਹ ਲੈ ਸਿਗਰਟ ਪੀ ਲਾ, ਫਿਰ ਕਿਸ ਨੇ ਆ ਕੇ ਕਹਿਣਾ ਆ ਕਿ ਆਹ ਲੈ ਗਲਾਸੀ ਦਾ ਘੁੱਟ ਪੀ ਲਾ, ਹੈ ਨਾ। ਅਤੇ ਬਾਅਦ ਸ਼ਾਇਦ ਵਨ ਇਜ਼ ਬੈਕ 14-15 ਈਅਰਸ ਆਊਟ, ਕਿਸ ਇੰਗਲੈਂਡ ਦੇ ਵਿੱਚ ਇਸ ਲੈਵਲ ਦੇ ਆ, ਪਤਾ ਨਹੀਂ ਤੁਹਾਡੇ ਸ਼ਾਇਦ ਥੋੜ੍ਹਾ ਜਿਹਾ ਜ਼ਿਆਦਾ ਹੋਵੇ, ਥੋੜ੍ਹਾ ਜਿਹਾ ਘੱਟ ਹੋਵੇ, ਔਰ ਫਰੈਂਡਾਂ ਨੇ ਕਹਿਣਾ ਕੋਈ ਗੱਲ ਨਹੀਂ ਤੂੰ ਗਰਲਫਰੈਂਡ ਲੈ ਲਾ, ਤੂੰ ਬੋਏਫਰੈਂਡ ਲੈ ਲਾ, ਸਾਲ ਦੇ ਵਿੱਚ ਉਹਨੇ ਕਿਸ ਨੇ ਕਹਿਣਾ ਤੂੰ ਸੈਕਸ ਵੀ ਕਰ ਲਾ, ਮੈਂ ਤੁਹਾਡੇ ਨਾਲ ਫਰੈਂਕਲੀ ਗੱਲ ਕਰ ਰਿਹਾ, ਤੁਹਾਨੂੰ ਤਾਂ ਪਤਾ ਨਹੀਂ ਹੈਗਾ, ਤੁਸੀਂ ਤਾਂ ਕੰਮ 'ਤੇ ਬਿਜ਼ੀ ਹਾਂ, ਤੁਹਾਨੂੰ ਤਾਂ ਪਤਾ ਨਹੀਂ ਕਿ ਤੁਹਾਡੇ ਬੱਚਿਆਂ ਦੀ ਲਾਈਫ ਦੇ ਵਿੱਚ ਕੀ ਹੋ ਰਿਹਾ। ਪਰ ਲੈਟਸ ਸੇ ਉਹ ਬੱਚੇ ਲਈ ਉਹ ਬਹੁਤ ਇੰਪੋਰਟੈਂਟ ਫੈਸਲਾ ਹੋ ਗਿਆ ਕਿ ਕੀ ਮੈਂ ਉਹ ਸਿਗਰਟ ਪੀਣੀ ਆ ਜਾਂ ਨਹੀਂ ਪੀਣੀ, ਕੀ ਮੈਂ ਉਹ ਸ਼ਰਾਬ ਦਾ ਗਲਾਸ ਪੀਣੀ ਆ ਜਾਂ ਨਹੀਂ ਪੀਣੀ, ਕੀ ਮੈਂ ਉੱਥੇ ਸੈਕਸ ਕਰਨਾ ਆ ਜਾਂ ਨਹੀਂ ਕਰਨਾ। ਤੁਹਾਨੂੰ ਤਾਂ ਸ਼ਾਇਦ 3-4 ਮਹੀਨੇ ਬਾਅਦ ਪਤਾ ਲੱਗੂਗਾ ਜਦੋਂ ਕੁੜੀ ਪ੍ਰੈਗਨੈਂਟ ਹੋ ਗਈ, ਤੁਹਾਨੂੰ ਉਸ ਤੁਹਾਡੇ ਘਰ ਦੀ ਕੁੜੀ ਆ, ਤੁਹਾਨੂੰ ਉਹ ਸਿਚੁਏਸ਼ਨ ਸਾਂਭਣਾ ਪੈਣਾ ਆ, ਕਿੰਨਾ ਵੱਡਾ ਤੁਹਾਡੇ ਲਾਈਫ ਵਿੱਚ ਪ੍ਰੋਬਲਮ ਪੈ ਗਈ ਹੋਗੀ। ਪਰ ਜਦੋਂ ਕੁੜੀ ਨੇ ਫੈਸਲਾ ਕਰਨਾ ਆ, ਤੁਹਾਨੂੰ ਤਾਂ ਪਤਾ ਨਹੀਂ ਫੈਸਲਾ ਬਾਰੇ ਕਿ ਤੁਹਾਡਾ ਬੱਚੇ ਤੁਹਾਡੇ ਨਾਲ ਗੱਲ ਨਹੀਂ ਕਰ ਰਿਹਾ, ਉਸ ਟਾਈਮ ਦੇ ਵਿੱਚ ਉਸ ਬੱਚੇ ਨੇ ਕਿਹਨੂੰ ਜਾ ਕੇ ਐਡਵਾਈਸ ਲੈਣੀ ਆ, ਇਹ ਕੀ ਡਿਸੀਜਨ ਆ। ਇਹਦਾ ਪਤਾ ਲੱਗਦਾ ਹੈ ਕਿ ਤੁਹਾਡੀ ਫੈਮਿਲੀ ਸਟਰਕਚਰ ਸਟਰੋਂਗ ਆ ਜਾਂ ਵੀਕ ਆ। ਬਿਕਾਜ਼ ਜੇ ਉਸ ਟਾਈਮ 'ਤੇ ਉਹ ਬੱਚਾ ਆ ਕੇ ਕਹਿੰਦਾ ਆ ਮਾਮ ਮੇਰੇ ਫਰੈਂਡ ਮੈਨੂੰ ਇੱਦਾਂ ਕਹਿੰਦੇ ਆ, ਮੈਨੂੰ ਕੀ ਕਰਨਾ ਚਾਹੀਦਾ ਆ, ਤੁਹਾਨੂੰ ਪਤਾ ਤੁਹਾਡਾ ਫੈਮਿਲੀ ਸਟਰਕਚਰ ਸਟਰੋਂਗ ਆ, ਸ਼ਾਇਦ ਤੁਹਾਡੇ ਮਾਮ ਨਾਲ ਨਾ ਗੱਲ ਕਰੇ, ਸ਼ਾਇਦ ਉਹ ਬਾਬੇ ਨਾਲ ਗੱਲ ਕਰੇ, ਸ਼ਾਇਦ ਉਹ ਦਾਦੀ ਨਾਲ ਗੱਲ ਕਰੇ, ਪਰ ਕਮ ਸੇ ਕਮ ਕਿਸੇ ਨਾਲ ਗੱਲ ਤਾਂ ਕਰ ਰਹੀ ਆ ਜਾਂ ਕਰ ਰਿਹਾ ਆ। ਪਰ ਜੇ ਉਹ ਨਹੀਂ ਤੁਹਾਡੇ ਨਾਲ, ਜੇ ਤੁਹਾਡਾ ਫੈਮਿਲੀ ਸਟਰਕਚਰ ਵੀਕ ਆ, ਉਸ ਟਾਈਮ ਦੇ ਵਿੱਚ ਬੱਚੇ ਨੇ ਜਾ ਕੇ ਆਪਣੇ ਫਰੈਂਡ ਨੂੰ ਪੁੱਛਣਾ ਹੈ। ਜੇ ਬੱਚਾ ਆਪ 15 ਸਾਲਾਂ ਦਾ ਆ, ਉਹਦੇ ਫਰੈਂਡ ਦੀ ਉਮਰ ਵੀ 15 ਸਾਲਾਂ ਦੀ ਹੈ, ਉਹਦੇ ਫਰੈਂਡ ਨੇ ਕਿੱਦਾਂ ਦੀ ਉਹਨੂੰ ਐਡਵਾਈਸ ਦੇਣੀ ਆ, ਇਸ ਲੈਵਲ ਦੀ ਐਡਵਾਈਸ ਉਹਨੂੰ ਦੇਣੀ ਆ। ਪਰ ਜੋ ਉਸ ਟਾਈਮ 'ਤੇ ਉਹਨੇ ਫੈਸਲਾ ਕੀਤਾ ਆ, ਉਹਨੂੰ ਸਾਰੀ ਲਾਈਫ ਲਈ ਭੁਗਤਣਾ ਪੈਣਾ। ਦੀਜ਼ ਆਰ ਵਾਟਸ ਹੈਪਨਿੰਗ ਇਨ ਆਰ ਪਰਿਵਾਰਸ, ਭਾਵੇਂ ਕਨੇਡਾ ਹੋਵੇ, UK ਹੋਵੇ, ਭਾਵੇਂ ਆਸਟ੍ਰੇਲੀਆ ਹੋਵੇ, ਭਾਵੇਂ ਪੰਜਾਬ ਹੋਵੇ, ਇੱਦਾਂ ਚੀਜ਼ਾਂ ਹੋ ਰਹੀਆਂ ਆਪਣੇ ਪਰਿਵਾਰਾਂ 'ਚ। ਐਂਡ ਦੈਟਸ ਵਾਈ ਇੱਦਾਂ ਦੇ ਲੈਕਚਰਾਂ ਇਜ਼ ਵੈਰੀ ਇੰਪੋਰਟੈਂਟ, ਬਿਕਾਜ਼ ਵੀ ਨੀਡ ਟੂ ਹੈਵ ਅ ਲੁੱਕ ਕਿ ਤੁਹਾਡਾ ਸਟਰਕਚਰ ਵੀਕ ਆ ਜਾਂ ਸਟਰੋਂਗ ਆ। ਤੁਸੀਂ ਆਪ ਦੇਖ ਲਓ ਆਪਣੇ ਘਰ ਦੇ ਵਿੱਚ, ਆਹ ਸਿਚੁਏਸ਼ਨ ਤੁਹਾਡੇ ਘਰ ਦੇ ਵਿੱਚ ਹੋਊਗੀ ਕਿ ਤੁਹਾਡੇ ਜੋ ਬੱਚੇ ਆ, ਲੜਕੇ ਆ, ਲੜਕੀਆਂ, ਉਹ ਤੁਹਾਡੇ ਕੋਲ ਆਊਗੀਆਂ ਜਾਂ ਨਹੀਂ। ਜੇ ਨਹੀਂ ਆਊਗੀਆਂ, ਤੁਹਾਡਾ ਰਿਲੇਸ਼ਨਸ਼ਿਪ ਵੀਕ ਆ। ਜੇ ਆਊਗੀਆਂ ਤਾਂ ਠੀਕ ਆ, ਇਸ ਟਾਈਮ 'ਤੇ ਸਟਰੋਂਗ ਆ, ਹਜੇ ਹੋਰ ਇਹਨੂੰ ਸੰਭਾਲੋ। ਇਟਸ ਵੈਰੀ ਵੈਰੀ ਇੰਪੋਰਟੈਂਟ, ਹੋਰ ਇਹਨੂੰ ਸੰਭਾਲੋ, ਬਿਕਾਜ਼ ਕਿਸੇ ਵੀ ਟਾਈਮ ਇਹ ਫਿਰ ਵੀਕ ਹੋ ਸਕਦਾ ਹੈ, ਕਿਸੇ ਵੀ ਟਾਈਮ ਹੋ ਸਕਦਾ ਹੈ। ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ, ਬਿਕਾਜ਼ ਦੀਜ਼ ਡਿਸੀਜਨਸ ਆਰ ਦਾ ਮੋਸਟ ਇੰਪੋਰਟੈਂਟ ਡਿਸੀਜਨਸ। ਤੁਹਾਨੂੰ ਇਹ ਦੇਖਣਾ ਪੈਣਾ ਆ, ਬਿਕਾਜ਼ ਕਿਹੜਾ ਗ੍ਰੈਂਡ ਪੇਰੈਂਟ ਨਾਲ ਆ, ਗ੍ਰੈਂਡਫਾਦਰ ਨਾਲ ਰਿਲੇਸ਼ਨਸ਼ਿਪ ਬਹੁਤ ਇੰਪੋਰਟੈਂਟ ਹੈ। ਜਿੱਦਾਂ ਮੈਂ ਕਿਹਾ ਸੀ, ਗੁਰੂ ਤੇਗ ਬਹਾਦਰ ਜੀ ਦਾ, ਮਾਤਾ ਗੁਜਰੀ ਦਾ। ਬਿਕਾਜ਼ ਬਹੁਤ ਸਾਰੇ ਟਾਈਮ ਜਿਹੜੇ ਪੇਰੈਂਟ ਆ ਉਹ ਬਿਜ਼ੀ ਹੁੰਦੇ, ਕੰਮ 'ਤੇ ਹੁੰਦੇ ਆ। ਹੁਣ ਅੱਜ ਕੱਲ੍ਹ ਇਹ ਟ੍ਰੈਂਡ ਆ ਕਿ ਗ੍ਰੈਂਡ ਪੇਰੈਂਟ ਤਾਂ ਘਰਾਂ 'ਚ ਨਹੀਂ ਰਹਿ ਰਹੇ, ਉਹ ਗੈਪ ਆ,
ਮਾਰਜ ਕਿਰਪਾ ਨਾਲ ਸਾਡੀ ਫੈਮਿਲੀ ਦੇ ਵਿੱਚ ਅਸੀਂ 4 ਜਨਰੇਸ਼ਨ ਇਕੱਠੇ ਰਹਿ ਰਹੇ ਹਾਂ ਮੇਰੇ ਗ੍ਰੈਂਡ ਪੇਰੈਂਟਸ ਪਿਓ ਦੇ ਨਾਲ ਮੇਰੇ ਪੇਰੈਂਟਸ ਜਿਹੜੇ ਰਿਟਾਇਰਡ ਆ ਪਿਓ ਮੈਂ ਨਾਲ ਮੇਰੇ ਬ੍ਰਦਰ ਸਾਡੀ ਕੋਈ ਸਿੰਘਣੀ ਆ ਸਾਡੇ ਮੇਰੇ ਕੋਲ 3 ਬੱਚੇ ਆ ਮੇਰੇ ਬ੍ਰਦਰ ਕੋਲ 3 ਬੱਚੇ ਆ ਸਾਰੇ ਇੱਕ ਜੁਆਇੰਟ ਇੱਕ ਪਰਿਵਾਰ 'ਚ ਰਹਿ ਰਹੇ ਹਾਂ ਸਾਡਾ ਉੱਥੇ ਵਧੀਆ ਸਿਚੁਏਸ਼ਨ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਪਹਿਲਾਂ ਇੱਦਾਂ ਆ ਕਿ ਉਹਨਾਂ ਕੋਲ 2 ਪੇਰੈਂਟ ਆ ਦੂਈ ਚੀਜ਼ ਆ ਉਹ 2 ਪੇਰੈਂਟ ਦੇ ਉੱਤੇ ਉਹਨਾਂ ਦੇ ਕੋਲ ਗ੍ਰੈਂਡ ਪੇਰੈਂਟ ਆ ਉਹਨਾਂ ਦੇ ਉੱਤੇ ਉਹਨਾਂ ਕੋਲ ਗ੍ਰੇਟ ਗ੍ਰੈਂਡ ਪੇਰੈਂਟਸ ਆ ਕਿੰਨੇ ਜਾਣੇ ਉਹਨਾਂ 'ਤੇ ਅੱਖ ਰੱਖ ਰਹੇ ਆ ਕਿੰਨੇ ਜਾਣੇ ਉਹਨਾਂ ਨੇ ਸਿਮਰਨ ਕਰਨ ਵਾਲੇ ਆ ਕਿੰਨੇ ਜਾਣੇ ਉਹਨਾਂ ਦਾ ਖਿਆਲ ਰੱਖਣ ਲਈ ਹੈਗੇ ਆ ਦੈਟਸ ਕੋਲਡ ਅ ਸਟਰੋਂਗ ਫੈਮਿਲੀ ਸਟਰਕਚਰ ਪਰ ਜੇ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਪਹਿਲਾਂ ਮਾਂ ਪਿਓ ਪਹਿਲਾਂ ਵੱਖਰੇ ਕਰਦੇ ਬੱਚੇ ਇੱਦਾਂ ਵੱਖਰੇ ਰੱਖਣੇ ਆ ਅਤੇ ਤਾਂ ਹੀ ਆਪਣੇ ਉਹ ਸਟਰਕਚਰ ਵੀਕ ਹੋ ਜਾਂਦੀ ਆ ਫਿਰ ਬੱਚਿਆਂ ਕੋਲ ਕੋਈ ਹੁੰਦਾ ਨਹੀਂ ਜਿਹਦੇ ਨਾਲ ਉਹ ਗੱਲ ਕਰ ਸਕਦੇ ਆ ਕੋਈ ਹੁੰਦਾ ਨਹੀਂ ਜਿਹਦੇ ਨਾਲ ਉਹ ਸਿਮਰਨ ਕਰ ਸਕਦੇ ਆ ਫਿਰ ਬੱਚੇ ਕੀ ਕਰਦੇ ਆ ਉਹ ਟੈਲੀ ਦੇਖਦੇ ਰਹਿੰਦੇ ਆ ਜਾਂ ਪਾਰਕਾਂ ਦੇ ਵਿੱਚ ਆਪਣੇ ਹੋਰ ਕੋਈ ਗੋਰੇ ਫਰੈਂਡ ਜਾਂ ਹੋਰ ਪੰਜਾਬੀ ਫਰੈਂਡ ਜਿਹੜੇ ਹੋਰ ਉਹਨਾਂ ਨੂੰ ਪੁੱਠੇ ਪਾਸੇ ਲਾਈ ਜਾਂਦੇ ਆ ਉਸ ਥਾਂ ਦੇ ਵਿੱਚ ਹੁੰਦੇ ਆ ਉਹਨਾਂ ਦੀ ਸੰਗਤ ਹੀ ਜਿੰਦੀ ਵੱਧ ਜਾਂਦੀ ਆ ਸੋ ਲੈਟਸ ਸਟਾਪ ਐਨਾਲਾਈਜ਼ਿੰਗ ਦਿਸ ਰਿਲੇਸ਼ਨਸ਼ਿਪ ਹੁਣ ਕਈ ਵਾਰੀ ਮੈਨੂੰ ਯੂਨੀਵਰਸਿਟੀਆਂ 'ਚ ਮੈਂ ਬਹੁਤ ਲੈਕਚਰ ਕਰਦਾ ਹਾਂ ਉੱਥੇ ਲੰਡਨ ਲੀਡਸ ਮੈਨਚੈਸਟਰ ਬਰਮਿੰਗਮ ਥਾਂ ਥਾਂ ਮੈਨੂੰ ਬੁਲਾਉਂਦੇ ਰਹਿੰਦੇ ਆ ਕਈ ਵਾਰੀ ਉੱਥੇ ਜਿੰਨੇ ਵੀ ਬੱਚੇ ਹੁੰਦੇ ਬਿਕਾਜ਼ ਇੰਗਲੈਂਡ ਸਭ ਤੋਂ ਜ਼ਿਆਦਾ ਪ੍ਰਚਾਰ ਵੀ ਅਸੀਂ ਯੂਨੀਵਰਸਿਟੀਆਂ 'ਚ ਕਰ ਰਹੇ ਹਾਂ ਅਤੇ ਉੱਥੇ ਕਈ ਵਾਰੀ ਸਾਨੂੰ ਇੱਦਾਂ ਦੇ ਬੱਚੇ ਮਿਲਣੇ ਆ ਜਿਹੜੇ ਤੁਸੀਂ ਹੈਰਾਨ ਆ ਕਿ ਇਹ ਬੰਦੇ ਪੰਜਾਬੀ ਘਰਾਂ 'ਚੋਂ ਕਈ ਵਾਰੀ ਮੈਨੂੰ ਇੱਦਾਂ ਦੇ ਬੱਚੇ ਮਿਲਣੇ ਆ ਜਿਹਨਾਂ ਕੋਲ ਮੋਹ ਹੱਕ ਹੈ ਸਟਾਰਟ ਲਿਓ ਸਾਰਾ ਉੱਤੋਂ ਗੰਜਿਆ ਸਿਰਫ ਇੱਦਾਂ ਆ ਮੁੰਦਰੀਆਂ ਪਾਈਆਂ ਕਈ ਵਾਰੀ ਇੱਦਾਂ ਦੀਆਂ ਬੀਬੀਆਂ ਮਿਲਦੀਆਂ ਜਿਹਨਾਂ ਕੋਲ ਕੇਸ ਵੀ ਨਹੀਂ ਹੁੰਦੇ ਐਂਡ ਸ਼ੇਵ ਹੁੰਦੇ ਆ ਪਰ ਸਾਰੇ ਸਾਡੇ ਲੈਕਚਰਾਂ ਨੂੰ ਆਉਂਦੇ ਆ ਸਾਡੇ ਨਾਲ ਸਾਰੇ ਪਿਆਰ ਕਰਦੇ ਆ ਬਾਅਦ 'ਚ ਮੇਰੇ ਕੋਲ ਆਓਗੇ ਉਹਨਾਂ ਨੇ ਕਹਿਣਾ ਭਾਅ ਜੀ ਆਈ ਰੀਅਲੀ ਲਾਈਕ ਯੂਰ ਲੈਕਚਰ ਹਨਾ ਮੈਨੂੰ ਹੋਰ ਕੇਸ ਚੀਜ਼ਾਂ ਬਾਰੇ ਕਿੱਥੋਂ ਪਤਾ ਲੱਗਣਾ ਅਤੇ ਮੈਂ ਉਹਨਾਂ ਨਾਲ ਗੱਲਾਂ ਕਰਦਾ ਹੁੰਦਾ ਕਿ ਤੁਸੀਂ ਆਏ ਕਿੱਦਾਂ ਵਾਈ ਡਿਡ ਯੂ ਕਮ ਟੂ ਮਾਈ ਲੈਕਚਰ ਆਮ ਬਹੁਤ ਟਾਈਮ ਮੈਂ ਕਿਹਾ ਤੁਹਾਡਾ ਲਿੰਕ ਸਿੱਖੀ ਨਾਲ ਕਿੱਦਾਂ ਹੋਇਆ ਅਤੇ ਉਹ ਮੈਨੂੰ ਕਹਿੰਦੇ ਹੁੰਦੇ ਜਦੋਂ ਮੈਂ ਯੰਗ ਸੀਗੀ ਮੇਰੀ ਜਿਹੜੀ ਗ੍ਰੈਂਡਫਾਦਰ ਮੇਰਾ ਜਿਹੜਾ ਗ੍ਰੈਂਡਮਦਰ ਮੇਰੇ ਨਾਲ ਜਪਜੀ ਸਾਹਿਬ ਪਾਠ ਕਰਦਾ ਹੁੰਦਾ ਸੀ ਮੈਂ ਵੀ ਸੋਚਦਾ ਹੁੰਦਾ ਬਾਕੀ ਜੋ ਲਾਈਫ ਦੇ ਵਿੱਚ ਕਿੱਧਰ ਨੂੰ ਮਰਜ਼ੀ ਗਏ ਪਰ ਉਹ ਜਪਜੀ ਸਾਹਿਬ ਪਾਠ ਨੇ ਹੁਣ ਇਹਨਾਂ ਨੂੰ ਇੱਥੇ ਵਾਪਸ ਲੈ ਆਉਂਦਾ ਉਹ ਜਪਜੀ ਸਾਹਿਬ ਪਾਠ ਦਾ ਅਸਰ ਸੀਗਾ ਉਹ ਅਸਰ ਸੀਗਾ ਜੋ ਮਰਜ਼ੀ ਬੱਚਾ ਲਾਈਫ 'ਚ ਕਰਦਾ ਉਹ ਪਾਠ ਨੇ ਉਹਨੂੰ ਵਾਪਸ ਲੈ ਆਉਂਦਾ ਸੋ ਵੀ ਨੀਡ ਟੂ ਥਿੰਕ ਅਬਾਊਟ ਦਿਸ ਸਿੰਪਲ ਥਿੰਗਸ ਜਦੋਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਬੱਚਿਆਂ ਨਾਲ ਰੈਗੂਲਰਲੀ ਸਿਮਰਨ ਕਰਿਆ ਕਰੋ ਘਰ ਦੇ ਵਿੱਚ 5 ਮਿੰਟ ਸਿਮਰਨ 5 ਟਾਈਮਸ ਅ ਡੇ ਆਦਤ ਪਾਓ ਤੁਹਾਡੇ ਘਰਾਂ ਦੇ ਵਿੱਚ ਬੱਚਿਆਂ ਨੂੰ ਸਿਮਰਨ ਕਰਨ ਦੀ ਆਦਤ ਪੈ ਜਾਂਦੀ ਹੈ ਉਹ ਫਿਰ ਨੈਚੁਰਲੀ ਤੁਹਾਡੇ ਕੋਲ ਸਿਮਰਨ ਦੇ ਨਾਲ ਉਹਨਾਂ ਨਾਲ ਜ਼ਿਆਦਾ ਪਿਆਰ ਹੋ ਜਾਂਦਾ ਹੈ ਦੂਜੀ ਚੀਜ਼ਾਂ ਨਾਲ ਘੱਟ ਹੋ ਜਾਂਦਾ ਹੈ ਉਹਨਾਂ ਨਾਲ ਗੁੱਸਾ ਨਹੀਂ ਪੈਂਦਾ ਬਿਕੋਜ਼ ਉਹਨਾਂ ਨਾਲ ਸਿਮਰਨ ਨਾਲ ਪਿਆਰ ਹੁੰਦਾ ਹੈ ਉਹ ਹੌਲੀ ਹੌਲੀ ਆਪਣੀ ਲਾਈਫ 'ਚ ਤਾਂ ਪ੍ਰੋਗਰੈਸ ਕਰਦੀ ਆ ਸਿਮਰਨ ਬਿਕਮਸ ਐਨ ਐਸੈਂਸ਼ੀਅਲ ਲਾਈਫ ਸਕਿੱਲ ਬਿਕੋਜ਼ ਅਸੀਂ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਹੁੰਦੇ ਕਿ ਇੱਥੇ ਆ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਕੈਨ ਟੀਚ ਯੂ ਦਾ ਲਾਈਫ ਸਕਿੱਲਸ ਉਹ ਲਾਈਫ ਸਕਿੱਲਸ ਕਰਨੇ ਆ ਜਿਹੜੇ ਤੁਹਾਡੇ ਸਕੂਲ ਕਾਲਜ ਤੁਹਾਨੂੰ ਕਦੀ ਨਹੀਂ ਸਿਖਾ ਸਕਦੇ ਅਤੇ ਤੁਹਾਨੂੰ ਆ ਲਾਈਫ ਸਕਿੱਲਸ ਐਸੈਂਸ਼ੀਅਲ ਆ ਜੇ ਤੁਸੀਂ ਲਾਈਫ ਦੇ ਵਿੱਚ ਸੁੱਖ ਚਾਹੁੰਦੇ ਹੋ ਸੋ ਹੁਣ ਆਪਾਂ ਨੂੰ ਸੋਚਣ ਦੀ ਲੋੜ ਆ ਕਿ ਆਪਾਂ ਪੈਸੇ ਨਾਲ ਨਹੀਂ ਬੱਚੇ ਪੈਸੇ ਨਹੀਂ ਚਾਹੁੰਦੇ ਬੱਚੇ ਪਿਆਰ ਚਾਹੁੰਦੇ ਆ ਪਰ ਜੇ ਤੁਸੀਂ ਯੰਗ ਏਜ ਵਿੱਚ ਬੱਚਿਆਂ ਦੀ ਸਾਈਕੋਲੋਜੀ 'ਚ ਪਾਓ ਕਿ ਬਸ ਤੇਰਾ ਬਰਥਡੇ ਆ ਆਪ ਲੈ ਪੈਸੇ ਤੇਰਾ ਹੋਰ ਕੁਛ ਆ ਉਹ ਟਾਈਮ ਮੰਗਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਓਵਰ ਟਾਈਮ 'ਤੇ ਜਾ 5 ਪਾਉਂਡ ਦਾ ਨੋਟ ਜੇ ਉਹਦੇ ਟਾਈਮ ਤੁਸੀਂ ਪੈਸੇ ਦੇਈ ਜਾਂਦੇ ਪੈਸੇ ਦੇਈ ਜਾਂਦੇ ਤੁਹਾਡਾ ਰਿਲੇਸ਼ਨਸ਼ਿਪ ਪੈਸੇ ਦਾ ਬਣ ਜਾਂਦਾ ਹੈ ਤੁਹਾਡਾ ਰੋਲ ਕੀ ਆ ਤੁਹਾਡੇ ਬੱਚਿਆਂ ਦੇ ਲਾਈਫ 'ਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਣੀ ਰਿਲੇਸ਼ਨਸ਼ਿਪ ਐਨਾਲਾਈਜ਼ ਕਰੋ ਬਹੁਤ ਸਾਰਿਆਂ ਦਾ ਰੋਲ ਆ ਤੁਸੀਂ ਰਿਅਲਾਈਜ਼ ਨਹੀਂ ਕਰਦੇ ਤੁਹਾਡਾ ਰੋਲ ਸਿਰਫ ਇੰਨਾ ਆ ਕਿ ਤੁਸੀਂ ਉਹਨਾਂ ਦੇ ਸਿਰ ਦੇ ਉੱਤੇ ਘਰ ਰੱਖਿਆ ਆ ਉਹਨਾਂ ਨੂੰ ਕੱਪੜੇ ਦਿੱਤੇ ਆ ਉਹਨਾਂ ਨੂੰ ਖਾਣਾ ਦੇ ਰਹੇ ਹਾਂ ਬਸ ਇਹੀ ਤੁਹਾਡਾ ਰੋਲ ਹੈ ਤੁਹਾਨੂੰ ਇਸ ਚੀਜ਼ ਦੀ ਹਜੇ ਸੁਰਤ ਨਹੀਂ ਹੈਗੀ ਤੁਹਾਨੂੰ ਸੁਰਤ ਉਦਣ ਆਉਣੀ ਆ ਜਦੋਂ ਬੱਚੇ ਤੁਹਾਨੂੰ ਕਹਿਤਾ ਮੈਨੂੰ ਤੁਹਾਡੀ ਲੋੜ ਨਹੀਂ ਹੈਗੀ ਤੂੰ ਘਰ 'ਚ ਨਿਕਲ ਜਾ ਉਦੋਂ ਤੁਹਾਨੂੰ ਇਸ ਚੀਜ਼ ਦੀ ਸੁਰਤ ਆਉਣੀ ਆ ਕਿਉਂ ਕਿ ਬੱਚੇ ਨੂੰ ਟਾਈਮ ਨਹੀਂ ਦਿੱਤਾ ਬੱਚੇ ਨਾਲ ਗੱਲ ਨਹੀਂ ਕੀਤੀ ਬੱਚੇ ਨੂੰ ਵਿਜ਼ਡਮ ਨਹੀਂ ਦਿੱਤਾ ਜੇ ਤੁਸੀਂ ਬੱਚੇ ਨੂੰ ਕਦੇ ਨਿਮਰਤਾ ਨਹੀਂ ਸਿਖਾ ਲਈ ਬੱਚੇ ਨੇ ਤੁਹਾਡੇ ਨਾਲ ਨਿਮਰਤਾ ਨਾਲ ਗੱਲ ਕਿੱਦਾਂ ਕਰਨੀ ਆ ਇਟਸ ਵੈਰੀ ਇੰਪੋਰਟੈਂਟ ਬਹੁਤ ਸਾਰੇ ਮਾਪੇ ਖਾਸ ਕਰਕੇ ਪੇਰੈਂਟਸ ਉਹ ਇੱਦਾਂ ਕਰਦੇ ਆ ਆਹ ਮੇਰਾ ਘਰ ਆ ਜੋ ਮੈਂ ਕਹਿੰਦਾ ਤੈਨੂੰ ਇੱਥੇ ਕਰਨਾ ਪੈਣਾ ਹੈ ਆਹ ਮੇਰਾ ਘਰ ਆ ਜੋ ਮੈਂ ਕਹਿੰਦਾ ਤੈਨੂੰ ਇੱਥੇ ਕਰਨਾ ਪੈਣਾ ਹੈ ਬੱਚਾ ਇੰਨੇ ਸਾਲ ਉਹ ਸੌਂਦਾ ਰਹਿੰਦਾ ਸੌਂਦਾ ਰਹਿੰਦਾ ਸੌਂਦਾ ਰਹਿੰਦਾ ਫਿਰ ਇੱਕ ਦਿਨ ਬੱਚੇ ਨੇ ਕਹਿਣਾ ਆ ਵੱਡਾ ਹੋ ਗਿਆ ਉਹ ਕਹਿੰਦਾ ਨਹੀਂ ਹੁਣ ਮੈਂ ਕਮਾਉਣਾ ਆ ਹੁਣ ਆਹ ਮੇਰਾ ਘਰ ਆ ਤੂੰ ਨਿਕਲ ਜਾ ਇੱਥੋਂ ਹੋ ਜਾਂਦਾ ਆ ਬਹੁਤ ਸਾਰੇ ਪਰਿਵਾਰਾਂ 'ਚ ਹੋਇਆ ਕਨੇਡਾ 'ਚ ਹੋਇਆ ਅਮੈਰੀਕਾ 'ਚ ਹੋਇਆ ਗਾਂ ਤੁਹਾਡੀ ਹਜੇ ਪਾਪੂਲੇਸ਼ਨ ਯੰਗ ਆ ਗਾਂ ਤੁਹਾਡੇ ਨਾਲ ਵੀ ਹੋਣਾ ਬਿਕਾਜ਼ ਜੇ ਬੱਚੇ ਨੂੰ ਕਦੀ ਸਿਖਾ ਲਿਆ ਨਹੀਂ ਹੈਗਾ ਕਿ ਆ ਨਿਮਰਤਾ ਤੁਹਾਨੂੰ ਬੱਚੇ ਨੂੰ ਪਤਾ ਨਹੀਂ ਹੈ ਕਿ ਨਿਮਰਤਾ ਕੀ ਚੀਜ਼
ਉਹਨੇ ਤੁਹਾਡੇ ਨਾਲ ਰਿਸਪੈਕਟ ਨਾਲ ਗੱਲ ਨਹੀਂ, ਤੁਸੀਂ ਬੱਚੇ ਨਾਲ ਰਿਸਪੈਕਟ ਨਾਲ ਗੱਲ ਨਹੀਂ ਕਰ ਰਹੇ, ਬੱਚੇ ਨੇ ਵਾਪਸ ਤੁਹਾਡੇ ਨਾਲ ਰਿਸਪੈਕਟ ਨਾਲ ਗੱਲ ਨਹੀਂ ਕਰਨੀ. ਸੋ ਐਨਾਲਾਈਜ਼ ਯੂਰ ਰਿਲੇਸ਼ਨਸ਼ਿਪ. ਇਜ਼ ਯੂਰ ਰਿਲੇਸ਼ਨਸ਼ਿਪ ਬਿਲਟ ਫਰਮ ਬਰਾਇੰਗ ਥਿੰਗਸ ਐਂਡ ਮਟੀਰੀਅਲਿਜ਼ਮ? ਕੀ ਤੁਹਾਡਾ ਰਿਲੇਸ਼ਨਸ਼ਿਪ ਤੁਹਾਡੇ ਬੱਚਿਆਂ ਦੇ ਨਾਲ ਇਹ ਆ ਕਿ ਤੁਸੀਂ ਸਿਰਫ ਉਹਨਾਂ ਨੂੰ ਚੀਜ਼ਾਂ ਖਰੀਦ ਰਹੇ ਹਾਂ, ਫੈਸਿਲਿਟੀਆਂ ਦੇ ਰਹੇ ਹਾਂ? ਜਾਂ ਕੀ ਤੁਹਾਡਾ ਰਿਲੇਸ਼ਨਸ਼ਿਪ ਤੁਹਾਡੇ ਬੱਚਿਆਂ ਨਾਲ ਇਹ ਆ ਕਿ ਤੁਸੀਂ ਉਹਨਾਂ ਨੂੰ ਗਿਆਨ ਦੇ ਰਹੇ ਹਾਂ, ਟਾਈਮ ਦੇ ਰਹੇ ਹਾਂ, ਪਿਆਰ ਦੇ ਰਹੇ ਹਾਂ? ਬਿਕਾਜ਼ ਜਿਹਨਾਂ ਦਾ ਇੱਦਾਂ ਦਾ ਰਿਲੇਸ਼ਨਸ਼ਿਪ ਆ, ਉਹਨਾਂ ਦੇ ਬੱਚੇ ਹੈਲਥੀ ਹੋ ਜਾਂਦੇ ਆ. ਦੈਟਸ ਵਾਟ ਯੂਰ ਚਿਲਡਰਨ ਵਾਂਟ. ਦੇ ਵਾਂਟ ਟਾਈਮ, ਦੇ ਵਾਂਟ ਲਵ, ਐਂਡ ਦੇ ਵਾਂਟ ਰਿਸਪੈਕਟ. ਸੋ ਥਿੰਕ ਅਬਾਊਟ ਹਾਊ ਯੂ ਬਿਹੇਵ ਇਨ ਫਰੰਟ ਆਫ ਯੋਰ ਚਾਈਲਡ. ਇਹ ਸੋਚੋ ਕਿ ਆਪਣੇ ਬੱਚੇ ਦੇ ਸਾਹਮਣੇ ਤੁਸੀਂ ਬਿਹੇਵ ਕਿੱਦਾਂ ਕਰ ਰਹੇ ਹਾਂ. ਹੁਣ ਸਾਨੂੰ 20 ਸਾਲ ਹੋ ਗਏ ਜਦੋਂ ਦਾ ਮੈਂ ਕੇਸ ਰੱਖੇ ਸੀਗੇ, ਬਿਕੋਜ਼ ਮੈਂ ਵੀ ਪਹਿਲਾਂ ਮੁੰਨਾ ਸੀਗਾ. ਸਾਨੂੰ 20 ਸਾਲ ਹੋ ਗਏ ਉਦੋਂ ਦਾ ਅਸੀਂ ਲੈਕਚਰ ਕਰਦੇ ਰਹੇ. 20 ਸਾਲ ਪਹਿਲਾਂ, ਸਭ ਤੋਂ ਪਹਿਲਾਂ ਕੈਂਪ ਅਸੀਂ ਸਲੋਹ ਦੇ ਵਿੱਚ ਸ਼ੁਰੂ ਕੀਤਾ ਸੀ ਇਨ ਯੂਕੇ. ਉੱਥੇ ਕਈ ਹੁਣ 20 ਸਾਲ ਹੋ ਗਏ ਉਹ ਕੈਂਪ ਚਲਾਉਂਦਿਆਂ ਨੂੰ, ਅਤੇ ਬਾਕੀ ਸਾਰੇ ਸ਼ਹਿਰ 'ਚੋਂ ਫਿਲਟਰ ਹੋ ਗਏ. ਖਾਲਸਾ ਕੈਂਪ ਵੀ ਪਹਿਲਾਂ ਯੂਕੇ ਦੇ ਵਿੱਚ ਸ਼ੁਰੂ ਹੋ ਗਿਆ ਸੀ, ਹੁਣ ਵੈਂਕੂਵਰ ਵੀ ਆ ਗਿਆ, ਹੁਣ ਪਿਛਲੇ 2 ਸਾਲਾਂ ਤੋਂ ਇੱਕ ਤੁਹਾਡੇ ਆਸਟ੍ਰੇਲੀਆ ਵੀ ਸ਼ੁਰੂ ਹੋ ਗਏ, ਹੈ ਨਾ? ਵੱਧ ਤੋਂ ਵੱਧ ਖਾਲਸਾ ਕੈਂਪ ਬਾਰੇ ਸਿੱਖੋ, ਪਤਾ ਕਰੋ ਕਿ ਕੀ ਫੈਸਿਲਿਟੀ ਤੁਹਾਨੂੰ ਦੇ ਰਹੇ ਆ, ਅਤੇ ਜਿਹੜੇ ਤੁਹਾਡੇ ਇੱਥੇ ਪਰਿਵਾਰ ਗਏ ਆ ਇਹਨਾਂ ਨਾਲ ਗੱਲਾਂ ਕਰੋ, ਇਹ ਤੁਹਾਨੂੰ ਦੱਸੂਗੇ ਕਿ ਕਿੰਨਾ ਇਹਨਾਂ ਨੂੰ ਬੈਨੀਫਿਟ ਕੀਤਾ ਖਾਲਸਾ ਕੈਂਪ ਨੇ. ਬਿਕਾਜ਼ ਦੈਟਸ 1 ਵੀਕ ਆਫ ਸਪਿਰਚੁਅਲਿਟੀ, ਆਤਮਕ ਰਸ, 1 ਵੀਕ ਆਫ ਲਰਨਿੰਗ ਅਬਾਊਟ ਇੰਪਰੂਵਿੰਗ ਯੋਰ ਫੈਮਿਲੀ, ਇੰਪਰੂਵਿੰਗ ਯੋਰ ਸਿੱਖੀ, ਇੰਪਰੂਵਿੰਗ ਐਵਰੀ ਐਸਪੈਕਟ ਆਫ ਯੋਰ ਲਾਈਫ. ਸੋ ਉਹ ਬੱਚੀ ਆਏ ਸਾਡੇ ਕੈਂਪ 'ਚ, ਬੱਚੀ ਛੋਟੀ ਸੀਗੀ 5-6 ਸਾਲਾਂ ਦੀ. ਕੈਂਪ ਦੇ ਵਿੱਚ ਉਹਨੂੰ ਚੰਗਾ ਅਸਰ ਹੋਇਆ, ਅਤੇ ਘਰ ਜਾ ਕੇ ਕਹਿੰਦੀ ਸੀ ਆਪਣੇ ਪੇਰੈਂਟਾਂ ਨੂੰ ਕਿ ਮੈਂ ਹੁਣ ਮੰਮੀ ਡੈਡੀ ਮੈਂ ਹੁਣ ਮੀਟ ਨਹੀਂ ਛੱਕਣਾ ਚਾਹੁੰਦੀ. ਅਤੇ ਮੰਮੀ ਡੈਡੀ ਨੇ ਕਹਿਤਾ, ਨਹੀਂ, ਜੋ ਅਸੀਂ ਘਰ 'ਚ ਖਾਂਦੇ ਹਾਂ ਤੈਨੂੰ ਉਹੀ ਖਾਣਾ ਪੈਣਾ ਆ. ਇਹ ਤਾਂ ਗੁਰਦੁਆਰੇ ਬਥੇਰੇ ਵਿਗਿਆਨੀ ਬੋਲਦੇ ਰਹਿੰਦੇ ਆ, ਇਹਨਾਂ ਨੂੰ ਮੈਂ ਤਾਂ ਬਥੇਰੇ ਗਿਆਨੀਆਂ ਵਾਲੇ ਦੇਖਿਆ, ਕੋਈ ਚੋਰੀ ਕਰਦੇ ਰਹਿੰਦੇ ਆ, ਕੋਈ ਝੂਠ ਬੋਲਦੇ ਰਹਿੰਦੇ ਆ. ਇੱਦਾਂ ਉਹਦੀ ਸਾਰੀ ਕੁੜੀ ਦੀ ਸ਼ਰਧਾ ਤੋੜਤੀ. 10 ਸਾਲ ਬਾਅਦ ਉਹੀ ਪਰਿਵਾਰ ਮੇਰੇ ਕੋਲ ਵਾਪਸ ਆਇਆ. ਉਹ ਮੈਨੂੰ ਕਹਿੰਦੇ, ਜਗਜੀਤ ਮੈਨੂੰ ਪਤਾ ਆ ਕਿ ਸਾਡੇ ਸਾਰੇ ਬੱਚੇ ਤੇਰੀ ਬਹੁਤ ਰਿਸਪੈਕਟ ਕਰਦੇ ਆ, ਤੈਨੂੰ ਲਾਈਕ ਕਰਦੇ ਆ. ਉਦੋਂ ਅਸੀਂ ਉਹਨਾਂ ਨੂੰ ਕੈਂਪ ਤੋਂ ਰੋਕਤਾ ਸੀਗਾ, ਇੰਨੇ ਸਾਲ ਆਏ ਨਹੀਂ, ਪਰ ਹੁਣ ਮੇਰੀ ਉਹ ਕੁੜੀ ਹੁਣ ਸਿਗਰਟਾਂ ਪੀਂਦੀ ਆ, ਹੁਣ ਇੱਦਾਂ ਮਾਰੇ ਕਰਾਊਡ ਦੇ ਵਿੱਚ ਹੀ ਹੈਗੀ ਆ, ਹੈ ਨਾ, ਨਾਈਟ ਕਲੱਬਾਂ ਨੂੰ ਜਾਂਦੀ ਆ. ਮੈਂ ਫਿਰ ਉਹਨਾਂ ਨੇ ਇਹੀ ਕਿਹਾ ਸੀ, ਮੈਂ ਕਿਹਾ ਜਦੋਂ ਸਮਾਂ ਸੀਗਾ ਸੰਭਾਲਣ ਦਾ ਉਦੋਂ ਤੁਸੀਂ ਸਾਨੂੰ ਸੰਭਾਲ ਨਹੀਂ ਦਿੱਤਾ, ਹੁਣ ਐਸਾ ਕੰਮ ਮੂਰੇ ਨੇ ਕੀਜੇ ਜਿੱਦਾਂ ਪਰਛੋਤਾ ਹੈ, ਹੁਣ ਤੁਸੀਂ ਪਛਤਾਉਣੇ ਆ, ਹੁਣ ਤੁਹਾਡਾ ਮੀਂਹ ਕਿੱਥੇ ਗਿਆ, ਹੁਣ ਤੁਹਾਡੇ ਹੋਰ ਚੀਜ਼ਾਂ ਕਿੱਥੇ ਗਈਆਂ? ਮੈਂ ਕਿਹਾ ਹੁਣ ਤੁਸੀਂ ਪਛਤਾਉਣੇ ਆ. ਫਿਰ ਵੀ ਅਸੀਂ 2 ਸਾਡੀ ਉੱਥੇ ਬੀਬੀਆਂ ਆ, ਅਸੀਂ ਉਹਨਾਂ ਨੇ ਇਹਨਾਂ ਦੇ ਘਰ ਭੇਜਿਆ, ਉਹ ਬੀਬੀ ਨਾਲ ਗੱਲ ਕਰਦੇ ਰਹੇ, ਉਹਨਾਂ ਪਿਆਰ ਦੇ ਵਿੱਚ ਉਹਨਾਂ ਨਾਲ ਸਮਝਾਉਂਦੇ ਰਹੇ. ਉਹ ਹੁਣ ਉਹ ਬੀਬੀ ਵਾਪਸ ਆ ਗਈ, ਅੰਮ੍ਰਿਤਧਾਰੀ ਬੀਬੀ ਹੈ ਕੇਸਲੀ ਵਾਲੀ. ਬੱਚੇ ਬਹੁਤ ਸਮਝਣਾ ਚਾਹੁੰਦੇ ਆ, ਪਰ ਕਈ ਵਾਰੀ ਅਸੀਂ ਬੱਚਿਆਂ ਨੂੰ ਰੋਕਦੇ ਹਾਂ. ਸਰ ਇਹ ਨਾ ਕਦੀ ਹੋਵੇ ਕਿ ਤੁਸੀਂ ਘਰ ਦੇ ਵਿੱਚ ਗੁਰਸਿੱਖਾਂ ਵਿਰੁੱਧ ਬੋਲਦੇ ਰਹਿੰਦੇ ਆ, ਫਿਰ ਕੀ ਕਰਦਾ ਉਹ ਨੈਚੁਰਲ ਅਸਰ ਤੁਹਾਡੇ ਬੱਚਿਆਂ 'ਤੇ ਹੋਣਾ ਆ ਕਿ ਉਹ ਅੰਮ੍ਰਿਤਧਾਰੀ ਜਾਂ ਗੁਰਸਿੱਖੀ ਬਾਣੀ ਨਾਲ ਨਫ਼ਰਤ ਕਰਨਾ ਪੈਂਦੇ ਆ. ਬਿਕਾਜ਼ ਤੁਹਾਡੀ ਗੁਰਦੁਆਰੇ ਦੀ ਪੋਲੀਟਿਕਸ ਹੁੰਦੀ ਆ, ਉਹੀ ਪੋਲੀਟਿਕਸ ਤੁਸੀਂ ਬੱਚਿਆਂ 'ਚ ਪਾ ਦਿੰਦੇ ਆ, ਉਹ ਬੱਚੇ ਫਿਰ ਗੁਰਦੁਆਰੇ ਨੂੰ ਹੇਟ ਕਰਨਾ ਪੈਂਦੇ ਆ. ਸੋ ਯੂ ਨੀਡ ਟੂ ਥਿੰਕ ਅਬਾਊਟ ਦੀਸ ਥਿੰਗਸ, ਕਿ ਅਸੀਂ ਸੱਚੀਆਂ ਇੱਕ ਵੱਡਾ ਪਰਿਵਾਰ ਬਣ ਰਹੇ ਹਾਂ ਜਾਂ ਨਹੀਂ. ਮੈਂ ਹੀ ਪਹਿਲਾਂ ਲੈਕਚਰ 'ਚ ਇਹ ਕਿਹਾ ਸੀ, ਇੱਕ ਵੱਡਾ ਪਰਿਵਾਰ ਬਣੋ. ਕੋਈ ਵੀ ਇੱਕ ਬੱਚੇ ਨੂੰ, ਇੱਕ ਛੋਟੇ ਜਿਹੇ ਬੱਚੇ ਨੂੰ ਚੰਗਾ ਗੁਰਸਿੱਖ ਬਣਾਉਣ ਨੂੰ ਸਿਰਫ ਉਹਦੇ ਮਾਂ ਪਿਓ ਦੀ ਲੋੜ ਨਹੀਂ ਹੈਗੀ, ਸਾਰੀ ਕਮਿਊਨਿਟੀ ਦੀ ਲੋੜ ਹੈ. ਕਿਸੇ ਨੇ ਉਹਨੂੰ ਪੰਜਾਬੀ ਸਿਖਾਉਣੀ ਆ, ਕਿਸੇ ਨੇ ਉਹਨੂੰ ਲੰਗਰ ਦੀ ਸੇਵਾ ਕਰਨੀ ਆ, ਕਿਸੇ ਨੇ ਉਹਨੂੰ ਸਕੂਲ ਦੇ ਵਿੱਚ ਵਿਜ਼ਡਮ ਦੇਣੀ ਆ, ਕਿਸੇ ਨੇ ਉਹਨੂੰ ਗੱਤਕਾ ਸਿਖਾਉਣਾ ਆ, ਕਿਸੇ ਨੇ ਉਹਨੇ ਨਿਮਰਤਾ ਬਾਰੇ ਸਿਖਾਉਣਾ ਆ, ਕਿਸੇ ਨੇ ਜਦੋਂ ਰੋਂਦੀ ਆ ਉਹਨੂੰ ਜਾ ਕੇ ਉਹਨੂੰ ਕਹਿਣਾ ਕਿ ਪੁੱਤ ਨਹੀਂ, ਰੋਣ ਦੀ ਲੋੜ ਨਹੀਂ ਹੈਗੀ. ਸਾਰਿਆਂ ਦਾ ਕਲੈਕਟਿਵ ਰੋਲ ਉਹਨੂੰ ਇੰਨ ਚੰਗਾ ਇਨਸਾਨ ਬਣਾ ਦਿੰਦੀ ਆ, ਚੰਗਾ ਗੁਰਸਿੱਖ ਬਣਾ ਦਿੰਦੀ ਆ. ਸਾਰੇ ਤੁਸੀਂ ਇੱਦਾਂ ਸੋਚਣ ਨਾ ਪਓ, ਤੁਸੀਂ ਸਾਰੇ ਰਲ ਕੇ ਆਪਣੇ ਬੱਚਿਆਂ ਨੂੰ ਸਾਂਭਣਾ ਪੈਣਾ ਹੈ. ਪਰ ਜੇ ਤੁਸੀਂ ਇਹੀ ਸੋਚੋ ਉਹਨਾਂ ਦਾ ਬੱਚਾ ਇੱਦਾਂ ਆ, ਮੇਰਾ ਬੱਚਾ ਇੱਦਾਂ ਆ, ਤੁਸੀਂ ਕਦੇ ਨਹੀਂ ਆਪਣੀ ਪ੍ਰਾਪਤੀ ਕਰ ਸਕਦੇ. ਸੋ ਇੱਕ ਵੱਡੇ ਪਰਿਵਾਰ ਅੰਦਰ ਸੋਚਣ ਨਾ ਪਓ. ਐਂਡ ਲੈਟਸ ਵਰਕ ਟੁਗੇਦਰ ਸੋ ਦੈਟ ਚਿਲਡਰਨ ਬਿਕਮ ਅਮੇਜ਼ਿੰਗ ਪੀਪਲ. ਸਾਡੀ ਸਾਰੇ ਦੀ ਕਲੈਕਟਿਵ ਸੋਚ ਆ ਕਿ ਇੱਥੇ ਮੈਲਬਰਨ ਦਾ ਇੱਕ ਇੱਕ ਆਪਣਾ ਬੱਚਾ ਇੱਕ ਅਮੇਜ਼ਿੰਗ ਇਨਸਾਨ ਬਣੇ, ਕਿ ਉਹਨਾਂ ਦੇ ਚਿਹਰੇ ਸਮਾਈਲ ਕਰਨ, ਉਹ ਸਮਾਈਲ ਕਰਨ. ਹੁਣ ਤੁਸੀਂ ਇੱਥੇ ਬੈਠੇ ਆ, ਯੂ ਆਰ ਡਿਪਰੈਸਡ. ਮੈਂ ਤੁਹਾਨੂੰ ਸਿੱਧਾ ਕਹਿ ਰਿਹਾ, ਤੁਸੀਂ ਡਿਪਰੈਸਡ ਆ, ਕਿ ਤੁਹਾਡੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਯੂ ਆਰ ਡਿਪਰੈਸਡ. ਮੈਂ ਤਾਂ ਡਿਪਰੈਸਿੰਗ ਲੈਕਚਰ ਨਹੀਂ ਕਰ ਰਿਹਾ. ਸੋ ਵਾਈ ਯੂ ਡਿਪਰੈਸਡ? ਤੁਸੀਂ ਸਮਾਈਲ ਕਰ ਤਾਂ ਨਹੀਂ ਕਰ ਰਹੇ. ਮੈਂ ਤੁਹਾਨੂੰ ਦੱਸ ਦਿੰਦਾ, ਬਿਕਾਜ਼ ਤੁਹਾਡੇ ਵਿੱਚ ਨਾਮ ਦੀ ਘਾਟ ਆ. ਬਿਕਾਜ਼ ਜਿਹੜੀ ਤੁਹਾਡੀ ਆਤਮਾ ਆ ਉਹ ਹਮੇਸ਼ਾ ਤੁਹਾਡੇ ਚਿਹਰੇ 'ਚ ਆ ਜਾਂਦੀ ਆ. ਜੇ ਤੁਸੀਂ ਅੰਦਰੋਂ ਸੁਖੀ ਨਹੀਂ ਹੈਗੇ, ਤੁਹਾਡਾ ਨੈਚੁਰਲੀ ਉਹ ਫੇਸ਼ੀਅਲ ਐਕਸਪ੍ਰੈਸ਼ਨ ਇੱਕਦਮ ਦਾ ਬਣ ਜਾਂਦਾ ਆ,
ਜਿਹਨਾਂ ਤੁਸੀਂ ਸਮਾਨ ਨਹੀਂ ਕਰਦੇ ਪਰ ਜਿਹੜੇ ਲੋਕ ਸਿਮਰਨ ਕਰਦੇ ਆ ਉਹ ਨੈਚੁਰਲੀ ਉਹਨਾਂ ਦਾ ਇੱਕਦਮ ਬਿਕੋਜ਼ ਅੰਦਰੋਂ ਰੂਹ ਖੁਸ਼ ਹੁੰਦੀ ਆ ਉਹ ਨੈਚੁਰਲੀ ਉਹਨਾਂ ਦਾ ਚਿਹਰਾ ਵੀ ਖੁਸ਼ ਹੁੰਦਾ ਹੈ ਹੁਣ ਜਿਹੜੇ ਮੇਰੇ ਵਰਗੇ ਆ ਜਿਹੜੇ ਇੰਗਲੈਂਡ ਦੇ ਜੰਮ ਪਾ ਲਿਆ ਮੈਂ ਫਿਰ ਸੋਚਦਾ ਜੇ ਇਹਨਾਂ ਦੇ ਇੱਥੇ ਬੈਠ ਕੇ ਸਾਰੇ ਡਿਪਰੈਸਡ ਆ ਫਿਰ ਮੈਨੂੰ ਗੱਲ ਹੋ ਰਿਹਾ ਹੁੰਦਾ ਕੀ ਹੋ ਰਿਹਾ ਇਹ ਤਾਂ ਸਮਾਈਲ ਨਹੀਂ ਕਰਦੇ ਕਦੀ ਨੋਟਿਸ ਕੀਤਾ ਕਿ ਰਿਲੀਜੀਅਸ ਪੀਪਲ ਸਮਾਈਲ ਨਹੀਂ ਕਦੀ ਕਰਦੇ ਹੁੰਦੇ ਫਿਰ ਮੈਨੂੰ ਰਿਲੀਜਨ ਦੀ ਕੀ ਹੋ ਰਿਹਾ ਤੁਹਾਡੇ ਬੱਚੇ ਇੱਦਾਂ ਸੋਚਦੇ ਆ ਉਹਨਾਂ ਤੁਹਾਨੂੰ ਇਹ ਗੱਲ ਕਹਿਣੀਆਂ ਨਹੀਂ ਹੈਗੀਆਂ ਪਰ ਉਹਨਾਂ ਨੇ ਸੋਚਣੀਆਂ ਤੁਸੀਂ ਪਾਠ ਕਰਦੇ ਆ ਬਾਅਦ 'ਚ ਤੁਸੀਂ ਇੱਦਾਂ ਬਾਅਦ ਮੂੰਹ ਕੀਤਾ ਆ ਫਿਰ ਬੱਚੇ ਨੇ ਇਹੀ ਸੋਚਣਾ ਕਿ ਮੈਨੂੰ ਕਾਹਦੇ ਪਾਠ ਕਰਾਇਆ ਇਹਨੂੰ ਤਾਂ ਡਿਪਰੈਸ ਕਰੀ ਜਾਂਦਾ ਹੈ ਸੋ ਸਮਾਈਲ ਅਵੇ ਸਮਾਈਲ ਅਵੇ ਸਮਾਈਲ ਕਰੋ ਖੁਸ਼ ਰਿਹਾ ਕਰੋ ਬੱਚਿਆਂ ਨਾਲ ਖੁਸ਼ ਰਿਹਾ ਕਰੋ ਜੇ ਤੁਹਾਡੇ ਲਾਈਫ ਵਿੱਚ ਥੋੜ੍ਹਾ ਜਿਹਾ ਦੁੱਖ ਵੀ ਹੋਵੇ ਬੱਚਿਆਂ ਨਾਲ ਫਿਰ ਵੀ ਖੁਸ਼ ਰਿਹਾ ਕਰੋ ਬੱਚਿਆਂ ਨੂੰ ਦੱਸੋ ਕਿ ਲਾਈਫ ਇਜ਼ ਬੈਟਰ ਹੈ ਨਾ ਕਿ ਪਾਠ ਕਰਕੇ ਤੁਹਾਨੂੰ ਖੁਸ਼ ਕਰਦਾ ਆ ਸਿਮਰਨ ਕਰਕੇ ਤੁਸੀਂ ਖੁਸ਼ ਰਹਿੰਦੇ ਆ ਹੁਣ ਆਪਾਂ ਗੱਲ ਕੀਤੀ ਪੇਰੈਂਟਿੰਗ ਬਾਰੇ ਡਿਡ ਯੂ ਫਾਈਂਡ ਦੈਟ ਹੈਲਪਫੁਲ ਚੰਗੀ ਲੱਗੀ ਆਪਾਂ ਹੁਣ ਇਸ ਚੀਜ਼ ਦਾ ਇੱਕ ਐਸਪੈਕਟ ਨੂੰ ਹੁਣ ਆਪਾਂ ਲੈਣਾ ਜਿਹੜਾ ਆਪਾਂ ਹੁਣ ਜ਼ਿਆਦਾ ਡੀਪਲੀ ਐਨਾਲਾਈਜ਼ ਕਰਨਾ ਹੈ ਇਹ ਆ ਸਾਡਾ ਬੋਲਣ ਦਾ ਤਰੀਕਾ ਦ ਥਿੰਗਸ ਵੀ ਸੇ ਵਰਡਸ ਆਰ ਪਾਵਰ ਜਿਹੜੇ ਲਫ਼ਜ਼ ਆ ਉਹਨਾਂ ਦੇ ਵਿੱਚ ਪਾਵਰ ਆ ਅਤੇ ਹਮੇਸ਼ਾ ਅਸੀਂ ਅੰਡਰ ਐਸਟੀਮੇਟ ਕਰਦੇ ਹਾਂ ਕਿ ਕਿੰਨਾ ਪਾਵਰ ਆ ਉਹਨਾਂ ਦੇ ਵਿੱਚ ਬਿਕਾਜ਼ ਵਰਡਸ ਕੈਨ ਇਵੋਕ ਇਮੋਸ਼ਨਸ ਉਹ ਤੁਹਾਡੇ ਵਿੱਚ ਇਮੋਸ਼ਨਸ ਕ੍ਰੀਏਟ ਕਰ ਸਕਦੇ ਆ ਹੁਣ ਜੇ ਮੈਂ ਇੱਥੇ ਇੱਕ ਲਫ਼ਜ਼ ਕਹਿਵਾਂ ਅਤੇ ਉਹ ਹੈਗਾ ਵਾਹਿਗੁਰੂ 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 ਮੈਂ ਲਫ਼ਜ਼ ਵਾਹਿਗੁਰੂ ਕਹਿਤਾ ਤੁਸੀਂ ਸਾਰੇ ਵਾਹਿਗੁਰੂ ਬੋਲਣ ਲੱਗ ਪਏ ਤੁਹਾਡੇ ਮਨ ਦੇ ਵਿੱਚ ਠੰਡ ਆ ਗਈ ਪਰ ਜੇ ਮੈਂ ਇੱਕ ਹੋਰ ਲਫ਼ਜ਼ ਕਹਿਵਾਂ ਅਤੇ ਉਹ ਕੋਈ ਮਾਂ ਜਾਂ ਭੈਣ ਦੀ ਗਾਲ ਹੋਵੇ ਤੁਹਾਨੂੰ ਸਾਰਿਆਂ ਨੂੰ ਗੁੱਸਾ ਚੜ ਜਾਣਾ ਇਸੀ ਹਾਂ ਵਰਡਸ ਹੈਵ ਪਾਵਰ ਹੈ ਨਾ ਗੁਰੂ ਗ੍ਰੰਥ ਸਾਹਿਬ ਵੀ ਵਰਡਸ ਆ ਪਰ ਇੰਨੇ ਕਮਾਲ ਦੇ ਵਰਡਸ ਆ ਕਿ ਕਰੋੜਾਂ ਲੋਕਾਂ ਨੇ ਸ਼ਹੀਦੀਆਂ ਪਾਤੀਆਂ They evoke emotions. It's words. Maybe words on that. Words can build bonds of love. Evoke emotions. Invigorate imaginations. Words that enna power ya thode imagination kholandiya. Thode ko enna pyar bana dandiya. Jidda Bhai Mati Das, Bhai Sati Das, Bhai Diyala. Sab to bhayanak tareeke naal unhan nu maariya gaya. Par oh enna pyar siga oh kehnde phir main apne guru wal dekhi jaawan. That's the power. ਹੁਣ ਆਹ ਵੀਡੀਓ ਦੇਖੋ ਅਗੇਨ ਆਪਣੇ ਕੋਲ ਸਾਊਂਡ ਨਹੀਂ ਹੈਗਾ ਆਹ ਬੰਦਾ ਅੰਨਾ ਆ ਇਹ ਭੀਖ ਮੰਗਦਾ ਆ ਕਦੀ ਕਦੀ ਲੋਕ ਉਹਦੇ ਨੇੜੇ ਵੱਲ ਦੇਖਦੇ ਆ ਥੋੜ੍ਹੇ ਜਿਹੇ ਉਹਨੂੰ ਦੋ ਪੈਨੀਆਂ ਸੈੱਟ ਦਿੰਦੇ ਆ ਉਹ ਚੱਕ ਕੇ ਉੱਥੇ ਰੱਖਦਾ ਸਾਈਡ 'ਤੇ ਉਹਨੇ ਇੱਕ ਸਾਈਨ ਲਿਖਿਆ ਕਿ ਮੈਂ ਅੰਨਾ ਆ ਮੇਰੀ ਮਦਦ ਕਰੋ ਥੋੜ੍ਹੇ ਚਿਰ ਬਾਅਦ ਆਹ ਬੀਬੀ ਆਉਂਦੀ ਆ ਉਹ ਬੀਬੀ ਦੇ ਉਹਦੇ ਮਾਈ ਥੋੜ੍ਹੇ ਜਿਹੇ ਤਰਸ ਹੁੰਦਾ ਆ ਉਹ ਉਹਦੇ ਵੱਲ ਦੇਖਦੀ ਆ ਅਤੇ ਫਿਰ ਰੁਕ ਜਾਂਦੀ ਆ ਫਿਰ ਆਪਣੇ ਜੇਬ 'ਚੋਂ ਪੈਨ ਕੱਢ ਕੇ ਸਾਈਨ ਬਦਲ ਦਿੰਦੀ ਆ ਬੰਦਾ ਉਹਦੇ ਚਰਨ 'ਚ ਹੁੰਦਾ ਆ ਉਹਨੂੰ ਪਤਾ ਲੱਗ ਜਾਂਦਾ ਮੇਰੇ ਸਾਹਮਣੇ ਇੱਕ ਬੀਬੀ ਆ ਬੀਬੀ ਕੋਈ ਗੱਲ ਨਹੀਂ ਕਰਦੀ ਸਾਈਨ ਰੱਖ ਕੇ ਚੱਲ ਜਾਂਦੀ ਆ ਬੰਦਾ ਉੱਥੇ ਬੈਠਾ ਆ ਇਕਦਮ ਲੋਕ ਉਹਨੂੰ ਪੈਸੇ ਦੇ ਨਾ ਪਾਉਂਦੇ ਆ ਉਹਨੂੰ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਥੋੜ੍ਹੇ ਜਿਹੇ ਘੰਟੇ ਬਾਅਦ ਉਹ ਬੀਬੀ ਵਾਪਸ ਆਉਂਦੀ ਹੈ ਉਹ ਫਿਰ ਉਹਦੇ ਚਰਨ ਨੂੰ ਟੱਚ ਕਰਦਾ ਉਹਨੂੰ ਪਤਾ ਲੱਗ ਗਿਆ ਉਹ ਬੀਬੀ ਆ ਉਹ ਕਹਿੰਦਾ ਮੈਨੂੰ ਪਤਾ ਨਹੀਂ ਤੂੰ ਕੀ ਕੀਤਾ ਉਹ ਕਹਿੰਦੀ ਮੈਂ ਸੇਮ ਚੀਜ਼ ਲਿਖੀ ਸੀ ਮੈਂ ਸਿਰਫ ਲਫ਼ਜ਼ ਬਦਲਤੇ ਸੀਗੇ ਅਤੇ ਫਿਰ ਉਹ ਚੱਲ ਗਈ ਅਤੇ ਫਿਰ ਤੁਸੀਂ ਸਾਇੰਸ ਦੇਖਦੇ ਆ ਸਾਇੰਸ 'ਤੇ ਲਿਖਿਆ ਇੱਕ ਬਹੁਤ ਸੁੰਦਰ ਦਿਨ ਆ ਪਰ ਮੈਨੂੰ ਦੱਸਦਾ ਨਹੀਂ ਹੈਗਾ ਡੂ ਯੂ ਅੰਡਰਸਟੈਂਡ ਦ ਵੀਡੀਓ ਐਂਡ ਦੈਨ ਇਟ ਸੇਜ਼ ਚੇਂਜ ਯੂਰ ਵਰਡਸ ਚੇਂਜ ਯੂਰ ਵਰਲਡ ਆਪਣੇ ਲਵਜ਼ ਬਦਲੋ ਤੁਸੀਂ ਆਪਣੀ ਦੁਨੀਆ ਬਦਲ ਸਕਦੇ ਹੋ ਬਹੁਤ ਇੰਪੋਰਟੈਂਟ ਲੈਸਨ ਆ ਲਾਈਫ ਦਾ ਦਾਸ ਜਦੋਂ ਰਿਸਰਚ ਕਰਦਾ ਹੁੰਦਾ ਆ ਮੈਂ ਇੱਕ ਪੁਸਤਕ ਪੜ੍ਹਦਾ ਸੀ ਕੁਦਰਤੀ ਨੂਰ ਪ੍ਰੋਫੈਸਰ ਸਤਵੀਰ ਸਿੰਘ ਦੀ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ ਕਿ ਗੁਰੂ ਅੰਗਦ ਦੇਵ ਜੀ ਇੱਕ ਦਿਨ ਵਿਆਖਿਆ ਕਰ ਰਹੇ ਕੀਰਤਨ ਹੋ ਰਿਹਾ ਬਾਅਦ 'ਚ ਗੁਰੂ ਅੰਗਦ ਦੇਵ ਜੀ ਨੇ ਸਤਸੰਗਤ ਨਾਲ ਵਿਚਾਰ ਕਰਦੇ ਸੀਗੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤਿੰਨ ਤਰੀਕੇ ਆ ਜਿਹਦੇ ਨਾਲ ਤੁਸੀਂ ਇੱਕ ਦੂਸਰੇ ਦਾ ਭਲਾ ਕਰ ਸਕਦੇ ਹੋ
ਪਹਿਲਾ ਤਰੀਕਾ ਇਹ ਆ ਕਿ ਤੁਸੀਂ ਜਿੰਨਾ ਵੀ ਕੋ ਤੁਹਾਡੇ ਕੋਲ ਵਾਧੂ ਡਿਸਪੋਜ਼ੇਬਲ ਇਨਕਮ ਆ ਵਾਧੂ ਵੈਲਥ ਆ ਹਨਾ ਉਹ ਇਦਾਂ ਚੀਜ਼ਾਂ ਤੇ ਨਾ ਖਰੀਦੋ ਆਪਣੇ ਖਰਚਿਆਂ ਦੇ ਕਰਕੇ ਬਾਅਦ ਇਦਾਂ ਚੀਜ਼ ਨਾ ਖਰੀਦੋ ਜਿਹਦੇ ਨਾਲ ਤੁਹਾਨੂੰ ਹੋਮੇ ਆਉਣੀ ਆ ਕਿ ਇਕੱਠੀ ਵੱਡੀ ਗੱਡੀ ਖਰੀਦ ਲਈ ਵੱਡਾ ਘਰ ਖਰੀਦ ਲਿਆ ਉਹ ਤਾਂ ਮਹਾਰਾਜ ਕਹਿੰਦੇ ਉਹਨਾਂ ਬੈਟਰ ਆ ਤੁਸੀਂ ਉਹ ਪੈਸਾ ਉਹਨਾਂ ਨੂੰ ਦਿਓ ਗਰੀਬ ਨੂੰ ਦਿਓ ਜਾਂ ਜਿਹੜੇ ਪੰਥ ਦੀ ਸੇਵਾ ਕਰਦੇ ਆ ਉਹਨਾਂ ਨੂੰ ਦੇ ਦਿਓ ਅਤੇ ਇਹ ਗੱਲ ਆਪਾਂ ਰੈਗੂਲਰਲੀ ਸੁਣਦੇ ਹਾਂ ਡੂ ਯੂ ਅਗਰੀ ਨੈਕਸਟ ਤਰੀਕਾ ਇਹ ਆ ਕਿ ਆਪਣੀ ਜਿਹੜੀ ਬੋਡੀ ਆ ਉਸਨੂੰ ਵੱਧ ਤੋਂ ਵੱਧ ਇਸ ਸੇਵਾ 'ਚ ਲਾਓ ਤਾਂ ਵੀ ਦੂਸਰਿਆਂ ਦੇ ਭਲਾ ਕਰ ਸਕਦੇ ਹਾਂ ਅਤੇ ਇਹਦੇ ਇਗਜ਼ਾਮਪਲ ਕੌਣ ਆ ਗੁਰੂ ਅਮਰਦਾਸ ਜੀ ਆਪ ਇਹ ਵੀ ਆਪਾਂ ਰੈਗੂਲਰਲੀ ਗੱਲ ਸੁਣੀ ਦੀ ਆ ਇਹ ਗੱਲ ਆਪਾਂ ਦੋ ਹੀ ਰੈਗੂਲਰਲੀ ਸੁਣੀ ਆ ਪਰ ਤੀਸਰੀ ਗੱਲ ਮੈਨੂੰ ਇੰਟਰਸਟ ਕੀਤੀ ਕਿ ਜੇ ਆਪਾਂ ਰੈਗੂਲਰਲੀ ਸੁਣੀ ਦੀ ਨਹੀਂ ਹੁੰਦੀ ਉਹਨਾਂ ਨੇ ਕਿਹਾ ਕਿ ਜਿਹੜੀ ਆਪਣੀ ਜੀਭ ਆ ਇਹ ਇਸ ਚੀਜ਼ ਲਈ ਵਰਤੋ ਕਿ ਤੁਸੀਂ ਲੋਕਾਂ ਨੂੰ ਗੁਰੂ ਬਾਰੇ ਦੱਸਦੇ ਆ ਗੁਰਬਾਣੀ ਬਾਰੇ ਦੱਸਦੇ ਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਨਾਮ ਬਾਰੇ ਦੱਸੋ ਇਹ ਤੀਸਰਾ ਤਰੀਕਾ ਆ ਕਿਸੇ ਦਾ ਭਲਾ ਕਰਨ ਦਾ ਅਤੇ ਇਹ ਗੱਲ ਆਪਾਂ ਬਹੁਤ ਘੱਟ ਸੁਣੀ ਦੀ ਆ ਐਂਡ ਆਲਸੋ ਦੈਟਸ ਵੈਰੀ ਇੰਪੋਰਟੈਂਟ ਕਿ ਮਹਾਰਾਜ ਕਹਿੰਦੇ ਆ ਮੈਂ ਤੁਹਾਨੂੰ ਜੀ ਵੀ ਇਸ ਚੀਜ਼ ਲਈ ਦਿੱਤੀ ਆ ਕਿ ਤੁਸੀਂ ਬਾਣੀ ਪੜ੍ਹੋ ਲੋਕਾਂ ਨੂੰ ਬਾਣੀ ਬਾਰੇ ਦੱਸੋ ਅਤੇ ਆਪ ਨਾਮ ਜਪੋ ਅਵਰਾ ਨਾਮ ਜਪਾਵੋ ਪਰ ਅਸੀਂ ਕੀ ਕਰਦੇ ਹਾਂ ਅਸੀਂ ਆਹ ਕਰਦੇ ਹਾਂ ਆ ਬੱਚੀ ਸਕੂਲ 'ਚ ਆ ਪਾਣੀ ਪੀਂਦੀ ਆ ਦੂਸਰੇ ਪਾਸੇ ਕੁੜੀਆਂ ਦੇਖ ਰਹੀਆਂ ਉਹ ਫਿਰ ਗਾਲਾਂ ਕੱਢਣ ਨੱਪਦੀਆਂ ਗੱਲਾਂ ਕਰਦੀਆਂ ਨਿੰਦਾ ਇੱਦਾਂ ਕਰਦੀਆਂ ਹਰੇਕ ਗੱਲ ਇੱਦਾਂ ਲੱਗਦੀ ਕਿੱਦਾਂ ਬੱਚੀ ਨੂੰ ਚਪੇਰ ਮਾਰ ਰਹੀ ਮੂੰਹ 'ਚ ਹੱਸ ਰਹੀ ਹੈ ਉਹ ਬੱਚੀ ਦੇ ਉੱਤੇ ਬੱਚੀ ਭੱਜ ਜਾਂਦੀ ਉੱਥੇ ਅਤੇ ਫਿਰ ਉਹ ਲਿਖਦੇ ਆ ਵਰਡਸ ਹਰਟ ਡੋਂਟ ਬੀ ਅ ਪਾਰਟ ਆਫ ਇਟ ਕਿ ਜਿਹੜੇ ਲਫ਼ਜ਼ ਆ ਉਹ ਦੁੱਖ ਦਿੰਦੇ ਆ ਤੁਸੀਂ ਨਾ ਇੱਦਾਂ ਕਰੋ ਅਨੇ ਆਪਾਂ ਨੂੰ ਸੋਚਣ ਨਾਲ ਹੀ ਲੋੜ ਆ ਮਹਾਰਾਜ ਸਾਨੂੰ ਕਹਿ ਰਿਹਾ ਕਿ ਅਸੀਂ ਮੈਂ ਤੁਹਾਨੂੰ ਜੀਵ ਦਿੱਤੀ ਆ ਕਿ ਤੁਸੀਂ ਗੁਰੂ ਦੀ ਗੱਲ ਕਰੋ ਅਸੀਂ ਕੀ ਕੀਤਾ ਆ ਅਸੀਂ ਆਪਣੀ ਜੀਵ ਨੂੰ ਹਥਿਆਰ ਬਣਾ ਲਿਆ ਡੂ ਯੂ ਅਗਰੀ ਆਪਣੇ ਘਰਾਂ ਦੇ ਵਿੱਚ ਹਥਿਆਰ ਬਣਾ ਲਿਆ ਕਿ ਕਿਸੇ ਨੇ ਕੋਈ ਗੱਲ ਕੀਤੀ ਆ ਉਹਨਾਂ ਨੂੰ ਇੱਦਾਂ ਜਵਾਬ ਦੇਣਾ ਕਿ ਵੱਧ ਤੋਂ ਵੱਧ ਉਹਦੀ ਬੇਇੱਜ਼ਤੀ ਕਰਨੀ ਬੇਇੱਜ਼ਤਦਾਰੀਆਂ ਚਾਹੀਦਾ ਵਰਤਣ ਨਾ ਪਿਆ ਐਂਡ ਆਫ ਦ ਵੇ ਜਿੱਥੇ ਕਲਯੁਗ ਤੋਂ ਦੂਰ ਜਾਣਾ ਆ ਜਿੱਥੇ ਤੁਹਾਡੀ ਸੈਂਚਰੀ ਆ ਜਿੱਥੇ ਤੁਹਾਨੂੰ ਸੁੱਖ ਮਿਲਣਾ ਚਾਹੀਦਾ ਆ ਉਹ ਗੁਰਦੁਆਰਿਆਂ ਦੇ ਵਿੱਚ ਵੀ ਇੱਦਾਂ ਜੀਵ ਨੂੰ ਹਥਿਆਰ ਵਾਂਗ ਵਰਤਣਾ ਪਏ ਕਿ ਇੱਦਾਂ ਗੱਲ ਕਰਨੀ ਆ ਕਿ ਵੱਧ ਤੋਂ ਵੱਧ ਦੂਸਰੇ ਬੰਦੇ ਨੂੰ ਥੱਲੇ ਕਿੱਦਾਂ ਸਿੱਟਣਾ ਆ ਵੱਧ ਤੋਂ ਵੱਧ ਦੂਸਰੇ ਬੰਦੇ ਦੀ ਬੇਇੱਜ਼ਤੀ ਕਿੱਦਾਂ ਕਰਨੀ ਆ ਇੱਦਾਂ ਆਪਾਂ ਵਰਤਦੇ ਹਾਂ ਅਨੇਹੀ ਚੀਜ਼ ਗੁਰੂ ਸਾਹਿਬ ਕਹਿੰਦਾ ਸੀ ਇਸ ਚੀਜ਼ ਤਾਂ ਮੈਂ ਤੁਹਾਨੂੰ ਦਿੱਤੀ ਨਹੀਂ ਸੀ ਜੀਵ ਇਹ ਸਾਡਾ ਕਈ ਵਾਰੀ ਤੁਸੀਂ ਬੰਦੇ ਨੂੰ ਹੱਥ ਨਾਲ ਚਪੇਰ ਮਾਰ ਲਓ ਉਨਾ ਦੁੱਖ ਨਹੀਂ ਲੱਗਦਾ ਜਿੰਨਾ ਕਈ ਵਾਰੀ ਲੋਕ ਗੱਲ ਨਾ ਕਰ ਲੈਂਦੇ ਆ ਅਤੇ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਆ ਕਿ 2 ਸਕਿੰਟ ਲੱਗਦੇ ਆ ਕਿਸੇ ਨੂੰ ਉਹ ਦੁੱਖ ਦੇਣ ਨੂੰ ਕਈ ਸਾਲ ਲੱਗ ਜਾਂਦੇ ਆ ਉਹ ਦੁੱਖ ਨੂੰ ਮਿਟਾਉਣ ਲਈ ਡੂ ਯੂ ਅਗਰੀ ਇਹ ਸਾਡਾ ਨੇਚਰ ਬਣ ਗਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਸ੍ਰੀ ਰਾਗ ਪੰਨਾ 15 ਕਿ ਦੂਸਰਿਆਂ ਦੀ ਇੱਦਾਂ ਨਿੰਦਾ ਕਰਨੀ ਆ ਇਦਾਂ ਦੇ ਬਰਾਬਰ ਆ ਕਿ ਤੁਸੀਂ ਥੱਲਿਓ ਗੰਦ ਕੱਢ ਕੇ ਆਪਣੇ ਮੂੰਹ 'ਚ ਪਾ ਰਹੇ ਹੋ ਕਿੰਨਾ ਬਲੇਟਨਲੀ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਕਹਿ ਰਿਹਾ ਕਿ ਇਦਾਂ ਦਾ ਬਿਹੇਵੀਅਰ ਐਕਸੈਪਟੇਬਲ ਨਹੀਂ ਹੈਗਾ ਇਹ ਬਹੁਤ ਨੈਗੇਟਿਵ ਬਿਹੇਵੀਅਰ ਹੈ ਅਤੇ ਇਹੀ ਚੀਜ਼ ਆ ਆਪਾਂ ਬੱਚਿਆਂ ਦਾ ਕੀ ਕਹਿੰਦੇ ਸੀ ਚਿਲਡਰਨ ਸੀ ਚਿਲਡਰਨ ਡੂ ਕਿ ਬੱਚੇ ਦੇਖ ਰਹੇ ਆ ਬੱਚੇ ਕੀ ਦੇਖ ਰਹੇ ਆ ਆਹ ਮੇਰਾ ਪੇ ਆ ਮੈਂ ਆਪਣੇ ਪੇ ਨਾਲ ਪਿਆਰ ਕਰਦਾ ਆ ਆਹ ਮੇਰੀ ਮਾਂ ਆ ਮੈਂ ਆਪਣੀ ਮਾਂ ਨਾਲ ਪਿਆਰ ਕਰਦਾ ਆ ਪਰ ਜਿਹੜੇ ਮੇਰੀ ਮਾਂ ਆ ਅਤੇ ਮੇਰਾ ਪੇ ਆ ਇੱਕ ਦੂਜੇ ਨਾਲ ਪਿਆਰ ਨਹੀਂ ਕਰਦੇ ਉਹ ਤਾਂ ਇੱਕ ਦੂਜੇ ਨਾਲ ਲੜ ਰਹੇ ਆ ਬੱਚੇ 'ਤੇ ਕੀ ਅਸਰ ਹੋ ਰਿਹਾ ਸੋਚਣ ਵਾਲੀ ਗੱਲ ਆ ਅਤੇ ਆਪਣੇ ਘਰਾਂ ਦੇ ਵਿੱਚ ਪਰ ਆਪਾਂ ਮੈਰਿਜ ਦੀ ਗੱਲ ਕਰਦੇ ਹਾਂ ਕਿਹੜੀਆਂ ਚੀਜ਼ਾਂ ਦੇ ਉੱਤੇ ਲੜਨਾ ਪੈਂਦੇ ਆ ਬਹੁਤ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਆ ਇੱਥੇ ਮੇਰੀ ਰੋਟੀ ਨਹੀਂ ਚੁੱਪ ਰਹੀ ਇੱਥੇ ਮੇਰੀ ਪੈਂਟ ਨਹੀਂ ਪ੍ਰੈਸ ਕੀਤੀ ਹੈ ਨਾ ਅੱਜ ਮੇਰੀ ਚਾਹ ਨਹੀਂ ਬਣਾਈ ਇੱਦਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਸ਼ੁਰੂ ਹੋ ਜਾਂਦਾ ਆ 10 ਸਾਲ ਬਾਅਦ ਕੀ ਹੁੰਦਾ ਆ ਬੰਦਾ ਘਰ ਆਉਂਦਾ ਆ ਮੇਰਾ ਚਾਹ ਦਾ ਕੱਪ ਕਿੱਥੇ ਆ ਬੀਬੀ ਕਹਿੰਦੀ ਆ ਮੈਂ ਤੇਰੀ ਚਾਹ ਬਣਾਉਣੀ ਇੱਥੇ ਖੜੀ ਆ ਉਹ ਕਹਿੰਦੀ ਆ ਤੈਨੂੰ ਤਾਂ ਘਰ ਵੜੀ ਤੂੰ ਕਿੰਨਾ ਕੋਈ ਪੈਸਾ ਵੀ ਨਹੀਂ ਖਰੀਦਦਾ ਤੂੰ ਕੋਈ ਪੈਸਾ ਵੀ ਨਹੀਂ ਕਮਾਉਣਾ ਉਹ ਕਹਿੰਦੇ ਮੈਂ ਬਸ ਤੇਰੀ ਸਾਰੀ ਲਾਈਫ ਦੇ ਉੱਤੇ ਲਾਤੀ ਕਿੱਥੋਂ ਗੱਲ ਆ ਕਿੱਥੇ ਤੱਕ ਚੱਲ ਜਾਂਦੀਆਂ ਕਿੰਨਾ ਚਿਤਾਰ ਕੇ ਲੋਕ ਗੱਲ ਕਰਦੇ ਆ ਕਿੱਥੇ ਤੱਕ ਚੱਲ ਗਈਆਂ ਗੱਲਾਂ ਐਂਡ ਦਿਸ ਇਜ਼ ਦ ਥਿੰਗ ਆਪਣੇ ਵਿੱਚ ਇਹ ਪੈਟਰਨ ਆ ਜਾਂਦਾ ਆ ਕਿ ਮੈਂ ਵੱਧ ਤੋਂ ਵੱਧ ਇੱਕ ਦੂਜੇ ਨਾਲ ਇੱਦਾਂ ਗੱਲਾਂ ਕਰਨੀਆਂ ਜਿਹੜਾ ਤੁਹਾਡਾ ਮੈਰਿਜ ਵੀ ਆ
ਉਹਦਾ ਹਾਲ ਹੀ ਇਦਾਂ ਹੋ ਜਾਂਦਾ ਹੈ ਬਿਕੋਜ਼ ਉਹ ਡਿਸਪਲਿਨ ਨਹੀਂ ਰਹਿੰਦੀ ਬੋਲਣ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਪਰਸਨਲ ਐਗਜ਼ਾਮਪਲ ਦੇਖ ਰਿਹਾ ਦੱਸ ਰਿਹਾ ਕਿ ਜਦੋਂ ਦਾ ਮੇਰਾ ਬਰਥ ਆ ਮੈਂ ਕਦੇ ਵੀ ਆਪਣੇ ਪੇਰੈਂਟਾਂ ਨੂੰ ਕਦੀ ਆਰਗਿਊ ਕਰਦੇ ਦੇਖਿਆ ਨਹੀਂ ਕਦੀ ਵੀ ਲਾਈਫ 'ਚ ਉਹਨਾਂ ਦਾ ਇਹ ਆ ਕਿ ਜੇ ਇੱਕ ਦੂਜੇ ਨਾਲ ਡਿਸਅਗਰੀ ਵੀ ਕਰਦੇ ਆ ਜਾਂ ਉਹਨਾਂ ਨੇ ਮਖੌਲ ਦੇ ਵਿੱਚ ਗੱਲ ਕਰ ਲੈਣੀ ਆ ਦੋ ਹੀ ਗੁਰਸਿੱਖਿਆ ਜਾਂ ਉਹਨਾਂ ਨੇ ਚੁੱਪ ਰਹਿ ਜਾਣਾ ਪਰ ਆਰਗਿਊ ਨਹੀਂ ਕਦੀ ਕਰਨਾ ਇਸ ਦੇ ਨਾਲ ਜਿਹੜਾ ਮੇਰੇ ਨਾਲ ਮੇਰੇ ਬ੍ਰਦਰ ਦੀ ਸਾਈਕੋਲੋਜੀ 'ਚ ਆ ਗਿਆ ਕਿ ਅਸੀਂ ਆਰਗਿਊਮੈਂਟ ਨਹੀਂ ਕਰਦੇ ਅਤੇ ਸਾਡੇ ਆਰਗਿਊਮੈਂਟ ਲਾਈਕ ਨਹੀਂ ਕਰਦੇ ਜਿਹੜੇ ਮੈਨੂੰ ਜਾਣਦੇ ਆ ਉਹ ਸਾਰਿਆਂ ਨੂੰ ਪਤਾ ਕਿ ਜਿਹੜਾ ਜਗਜੀਤ ਆ ਉਹ ਕਦੇ ਆਰਗਿਊ ਨਹੀਂ ਕਰਦਾ ਸਾਡੇ ਨੇਚਰ 'ਚ ਨਹੀਂ ਆਈ ਹੋਊਗਾ ਫਿਰ ਜਦੋਂ ਮੇਰਾ ਬ੍ਰਦਰ ਦਾ ਅਨੰਦ ਕਾਰਜ ਹੋਇਆ ਉਹਨੇ ਮੇਰੀ ਭਾਬੀ ਨੂੰ ਕਿਹਾ ਕਿ ਸਾਡੇ ਘਰ 'ਚ ਆਰਗਿਊ ਨਹੀਂ ਕਰਦੇ ਉਹਨਾਂ ਦਾ ਵੀ ਇਹੀ ਫੋਲੋ ਕਰ ਰਹੀ ਆ ਔਰ ਮੈਂ ਨਾਲੇ ਮੇਰੀ ਵਾਈਫ ਸਿੰਘ ਨਹੀਂ ਸਾਨੂੰ ਵੀ 7 ਸਾਲ ਹੋਏ ਸਾਡੇ ਕੋਲ 3 ਬੱਚੇ ਆ ਅਸੀਂ ਵੀ ਨਹੀਂ ਆਰਗਿਊ ਕਰਦੇ ਉਹ ਪੈਟਰਨ ਸ਼ੁਰੂ ਹੋ ਗਿਆ ਘਰ ਦੇ ਵਿੱਚ ਤਾਂ ਹੀ ਅਸੀਂ ਸਾਰੇ ਜੁਆਇੰਟ ਫੈਮਿਲੀ ਤੌਰ 'ਤੇ 4 ਜਨਰੇਸ਼ਨ ਇੱਕ ਘਰ 'ਚ ਰਹਿ ਰਹੇ ਹਾਂ ਇਸ ਘਰ ਦੇ ਵਿੱਚ ਕੋਈ ਆਰਗਿਊ ਨਹੀਂ ਕਰਦਾ ਸਾਰੇ ਪਿਆਰ ਨਾਲ ਰਹਿੰਦੇ ਆ ਪਰ ਜਦੋਂ ਮੈਂ ਆਪਣੇ ਫਰੈਂਡਾਂ ਦੇ ਘਰ ਜਾਂਦਾ ਸੀ ਮੈਂ ਸੋਚਦਾ ਸਾਰਿਆਂ ਦੇ ਪੇਰੈਂਟ ਇੱਦਾਂ ਦੇ ਹੀ ਹੁੰਦੇ ਆ ਮੈਂ ਜਦੋਂ ਫਰੈਂਡਾਂ ਦੇ ਘਰ ਗਿਆ ਕਦੀ ਉਹਦੇ ਵਾਈਫ ਉਹਦੇ ਮਦਰ ਨੇ ਬਿੱਲ ਨਾ ਚੱਕਿਆ ਕਦੀ ਹੋਰ ਕੋਈ ਚੀਜ਼ ਹੋ ਗਈ ਇੰਨਾ ਕਲੇਸ਼ ਮੈਨੂੰ ਫਿਰ ਰਿਅਲਾਈਜ਼ ਕੀਤਾ ਮੈਂ ਲੱਕੀ ਹਾਂ ਕਿ ਸਾਡਾ ਘਰ ਇੱਦਾਂ ਦਾ ਹੈ ਅਨਹੀ ਚੀਜ਼ ਤੁਸੀਂ ਬਣਾਓ ਤੁਸੀਂ ਇਹ ਸਾਈਕਲ ਕ੍ਰੀਏਟ ਕਰੋ ਕਿ ਜੇ ਤੁਸੀਂ ਇੱਦਾਂ ਕਲੇਸ਼ ਕਰਦੇ ਆ ਤੁਹਾਡੇ ਬੱਚਿਆਂ ਨੇ ਗਾਹ ਕਲੇਸ਼ ਕਰਨਾ ਹੈ ਤੁਹਾਨੂੰ ਬੱਚਿਆਂ ਨੇ ਇਹੀ ਚੀਜ਼ ਸਿੱਖਦੇ ਆ ਫਿਰ ਬਾਅਦ 'ਚ ਤੁਸੀਂ ਉੱਥੇ ਦੇਖਣਾ ਆ ਜਦੋਂ ਕਿ ਤੁਸੀਂ ਤਾਂ ਫਿਰ ਵੀ ਟੋਲੋਰੇਟ ਕਰਦੇ ਆ ਜਿਹੜੇ ਪੰਜਾਬ ਤੋਂ ਆਏ ਆ ਉਹ ਫਿਰ ਵੀ ਟੋਲੋਰੇਟ ਕਰ ਲੈਂਦੇ ਆ ਉਹ ਫਿਰ ਵੀ 30-40 ਸਾਲ 50 ਸਾਲ ਕੱਢ ਲੈਂਦੇ ਆ ਪਰ ਜਿਹੜਾ ਗਾਂ ਦਾ ਜਨਰੇਸ਼ਨ ਆ ਉਹਨਾਂ ਨੇ ਵੱਧ ਤੋਂ ਵੱਧ 3-4 ਸਾਲ ਕੱਢਣਾ ਫਿਰ ਉਹਨੇ ਕਹਿਣਾ ਨਹੀਂ ਅਸੀਂ ਡਿਵੋਰਸ ਕਰਨਾ ਕਿੱਥੋਂ ਟ੍ਰੈਂਡ ਸ਼ੁਰੂ ਹੋਇਆ ਕਿੱਥੇ ਤੱਕ ਪਹੁੰਚ ਜਾਂਦਾ ਹੈ ਬਿਕੋਜ਼ ਗਾਂ ਦਾ ਜਨਰੇਸ਼ਨ ਉਹਨਾਂ ਇਹਨਾਂ ਵਿੱਚ ਸਬਰ ਸੰਤੋਖ ਨਹੀਂ ਹੈਗਾ ਉਹਨਾਂ 'ਚ ਇੰਨੀ ਟੋਲਰੈਂਸ ਨਹੀਂ ਹੈਗੀ ਫਿਰ ਤੁਹਾਡੇ ਘਰ ਦਾ ਹੀ ਹਾਲ ਹੁੰਦਾ ਹੈ ਦਿਸ ਇਜ਼ ਵੈਰੀ ਇੰਪੋਰਟੈਂਟ ਇਟ ਸੇਜ਼ ਵਾਚ ਯੂਅਰ ਥੋਟਸ ਦੇ ਬਿਕਮ ਵਰਡਸ ਆਪਣੀ ਜਿਹੜੀ ਸੋਚ ਆ ਬਹੁਤ ਇੱਥੇ ਖਿਆਲ ਰੱਖੋ ਬਿਕੋਜ਼ ਇੱਕ ਦਿਨ ਉਹ ਤੁਹਾਡੇ ਲਵਜ਼ ਬਣ ਜਾਂਦੇ ਆ ਵਾਚ ਯੂਅਰ ਵਰਡਸ ਦੇ ਬਿਕਮ ਐਕਸ਼ਨਸ ਆਪਣੇ ਜਿਹੜੇ ਲਵਜ਼ ਆ ਬਹੁਤ ਖਿਆਲ ਨਾਲ ਬੋਲੋ ਇੱਕ ਦਿਨ ਤੁਹਾਡੇ ਐਕਸ਼ਨਸ ਬਣ ਜਾਣੇ ਆ ਵਾਚ ਯੂਅਰ ਐਕਸ਼ਨਸ ਦੇ ਬਿਕਮ ਹੈਬਿਟਸ ਆਪਣੇ ਜਿਹੜੇ ਐਕਸ਼ਨਸ ਆ ਬਹੁਤ ਖਿਆਲ ਨਾ ਕਰੋ ਇੱਕ ਦਿਨ ਤੁਹਾਡੀ ਆਦਤ ਬਣ ਜਾਣੀ ਆ ਵਾਚ ਯੂਅਰ ਹੈਬਿਟਸ ਆਪਣੀ ਆਦਤਾਂ ਦਾ ਬਹੁਤ ਖਿਆਲ ਰੱਖੋ ਇੱਕ ਦਿਨ ਉਹਨੇ ਤੁਹਾਡਾ ਕੈਰੈਕਟਰ ਬਣ ਜਾਣਾ ਹੈ ਵਾਚ ਯੂਅਰ ਕੈਰੈਕਟਰ ਬਹੁਤ ਖਿਆਲ ਨਾ ਰੱਖੋ ਇੱਕ ਦਿਨ ਉਹਨੇ ਤੁਹਾਡਾ ਡੈਸਟੀਨੀ ਬਣ ਜਾਣੀ ਤੁਹਾਡਾ ਜੀਵਨ ਬਣ ਜਾਣਾ ਹੈ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਪਹੁੰਚ ਗਿਆ ਹੁਣ ਇਹ ਪੋਜ਼ਿਟਿਵ 'ਚ ਜਾ ਸਕਦਾ ਆ ਜੇ ਤੁਹਾਡੇ ਸੋਚ ਆ ਗੁਰਬਾਣੀ ਦੇ ਪੋਜ਼ਿਟਿਵ ਆ ਤੁਹਾਡੇ ਲਵਸ ਵੀ ਸੁੰਦਰ ਹੋਣੇ ਆ ਤੁਹਾਡੇ ਐਕਸ਼ਨ ਵੀ ਸੇਵਾ ਵਾਲੇ ਹੋਣੇ ਆ ਲੋਕਾਂ ਦੇ ਭਲਾਈ ਵਾਲੇ ਹੋਣੇ ਆ ਤੁਹਾਡੇ ਆਦਤਾਂ ਵੀ ਚੰਗੀਆਂ ਹੋਣੀਆਂ ਆ ਤੁਹਾਡਾ ਕੈਰੈਕਟਰ ਵੀ ਗੁਰਮੁਖ ਹੋਣਾ ਆ ਤੁਹਾਡਾ ਜੀਵਨ ਵੀ ਗੁਰਸਿੱਖ ਦਾ ਹੋਣਾ ਹੈ ਪਰ ਜੇ ਤੁਹਾਡੇ ਸੋਚ ਗਲਤ ਆ ਤੁਹਾਡੇ ਲਵਸ ਕਿੱਦਾਂ ਦੇ ਹੋਣੇ ਆ ਗਾਲਾਂ ਹੋਣੀਆਂ ਆ ਤੁਹਾਡੇ ਐਕਸ਼ਨਸ ਕੀ ਹੋਣੇ ਆ ਆਪਣੇ ਘਰ ਵਾਲੀ ਘਰ ਵਾਲੇ ਨੂੰ ਕੁੱਟਣ ਵਾਲੇ ਹੋਣੇ ਆ ਤੁਹਾਡਾ ਹੈਬਿਟਸ ਕੀ ਹੋਣੇ ਆ ਨੈਗੇਟਿਵ ਹੋਣੇ ਆ ਤੁਹਾਡੇ ਕੈਰੈਕਟਰ ਕਿੱਦਾਂ ਦਾ ਹੋਣਾ ਆ ਜਿਹੜੇ ਸਾਰੇ ਮਾਰੀ ਨਜ਼ਰ ਨਾਲ ਦੇਖਦੇ ਆ ਤੁਹਾਡਾ ਜੀਵਨ ਕਿੱਦਾਂ ਹੋਣਾ ਆ ਉਹ ਦੁੱਖ ਵਾਲਾ ਹੋਣਾ ਆ ਸਾਰਾ ਕੁਛ ਸੋਚ ਤੋਂ ਸ਼ੁਰੂ ਹੁੰਦਾ ਆ ਤੁਹਾਡੀ ਸੋਚ ਤੋਂ ਸ਼ੁਰੂ ਹੁੰਦਾ ਹੈ ਵੈਰੀ ਇੰਪੋਰਟੈਂਟ ਮੈਸੇਜ ਬਿਕੋਜ਼ ਯੂ ਨਾਓ ਲਿਵ ਇਨ ਦਾ ਵੈਸਟ ਆ ਵੈਸਟ ਆ ਤੁਹਾਡੇ ਇੱਥੇ ਮੈਲਬਰਨ ਘੱਟ ਹੋਵੇ ਪਰ ਯੂ ਗੈਟ ਸਿਡਨੀ ਯੂ ਗੈਟ ਲੰਡਨ ਯੂ ਗੈਟ ਟੋਰਾਂਟੋ ਯੂ ਗੈਟ ਵੈਨਕੂਵਰ ਵੀ ਦਾ ਲਿਵ ਇਨ ਦਾ ਵੈਸਟ ਜਿਹੜਾ ਸਾਡਾ ਜਨਮ ਹੋਇਆ ਵੈਸਟ ਦੇ ਵਿੱਚ ਸਾਨੂੰ ਪਤਾ ਆ ਇੱਦਾਂ ਦੀ ਮੰਡੀਰ ਹੁੰਦੀ ਹੈ ਅੱਜ ਇਹ ਗੋਰਿਆਂ ਦੀ ਮੰਡੀਰ ਆ ਕੱਲ੍ਹ ਨੂੰ ਪੰਜਾਬੀ ਮੁੰਡਿਆਂ ਦੀ ਮੰਡੀਰ ਹੋਣੀ ਪੰਜਾਬੀ ਕੁੜੀਆਂ ਦੀ ਮੰਡੀਰ ਹੋਣੀ ਬਿਕੋਜ਼ ਐਵਰੀ ਇਨਵਾਇਰਮੈਂਟ ਤਾਂ ਕਿ ਉਹ ਬੱਚੇ ਗਰੋਇੰਗ ਉਹਨਾਂ ਦਾ ਸਰਟਨ ਪਰਸੈਂਟੇਜ ਉਹਨਾਂ ਦੀ ਜਿਹੜੀ ਪਰਸਨੈਲਿਟੀ ਉਸ ਇਨਵਾਇਰਮੈਂਟ ਅਨੁਸਾਰ ਹੁੰਦੀ ਹੈ ਗਾਂਧੀ ਜਨਰੇਸ਼ਨ ਦੀ ਜ਼ਿਆਦਾ ਹੋਣੀ ਗਾਂਧੀ ਜਨਰੇਸ਼ਨ ਜ਼ਿਆਦਾ ਹੋਣੀ ਆ ਅਤੇ ਇਹ ਤੁਹਾਡੇ ਸ਼ਾਇਦ ਬੱਚੇ ਹੋਣ ਇਹ ਸ਼ਾਇਦ ਤੁਹਾਡੇ ਪੋਤੇ ਹੋਣ ਪਰ ਉਹਨਾਂ ਇੱਦਾਂ ਦਾ ਬਣ ਜਾਣਾ ਜੇ ਤੁਸੀਂ ਉਹਨਾਂ ਨੂੰ ਸੰਭਾਲਿਆ ਨਹੀਂ ਹੈਗਾ ਬਿਕੋਜ਼ ਇਨ ਦਾ ਵੈਸਟ ਹਿਊਮਿਲਿਟੀ ਇਜ਼ ਅ ਫੋਰਗੋਟਨ ਕਨਸੈਪਟ ਇਨ ਦਾ ਵੈਸਟ ਨਿਮਰਤਾ ਇੱਕ ਭੁੱਲੀ ਹੋਈ ਚੀਜ਼ ਆ ਗੋਰਿਆਂ ਨੇ ਟੋਟਲ ਨਿਮਰਤਾ ਬਾਰੇ ਭੁੱਲ ਗਏ ਬਿਕੋਜ਼ ਈਵਨ ਇਨ ਆ ਸਕੂਲਸ ਵੀ ਆਰ ਟੋਟ ਟੂ ਬੀ ਕੌਨਫੀਡੈਂਟ ਵੀ ਆਰ ਟੋਟ ਟੂ ਹੈਵ ਈਗਲ ਵੀ ਆਰ ਟੋਟ ਟੂ ਟੋਕ ਬੈਕ ਕਿ ਹਮੇਸ਼ਾ ਵਾਪਸ ਜਵਾਬ ਦੇਣਾ ਆ ਹਮੇਸ਼ਾ ਬੰਦੇ ਨੂੰ ਥੱਲੇ ਸਿੱਟਣਾ ਆ ਤੁਸੀਂ ਪ੍ਰੂਵ ਕਰਨਾ ਕਿ ਤੁਹਾਡਾ ਮਾਇੰਡ ਮੈਂਟਲੀ ਤੁਸੀਂ ਸਟਰੋਂਗਰ ਆ ਕਦੀ ਨਹੀਂ ਤੁਹਾਨੂੰ ਇਸ ਗੱਲ ਦੇ ਕਿ ਨਹੀਂ ਅਸਲੀ ਮੈਂਟਲੀ ਸਟਰੋਂਗਰ ਹੋ ਆ
ਜਿਹੜਾ ਨਿਮਰਤਾ ਨਾਲ ਬੋਲਦਾ ਹੈ, ਜਿਹੜਾ ਸਹਿਜ ਨਾਲ ਬੋਲਦਾ ਹੈ, ਜਿਹੜਾ ਕੰਟਰੋਲ ਨਾਲ ਬੋਲਦਾ ਹੈ, ਇਹ ਚੀਜ਼ ਕਾਹਲੀ ਨਹੀਂ ਜਾਂਦੀ। ਉਹ ਬੱਚਿਆਂ ਨੇ ਸਿੱਖਣੀ ਇਹ ਚੀਜ਼ ਕਿੱਥੋਂ ਆ? ਉਹਨਾਂ ਤੁਹਾਡੇ ਤੋਂ ਸਿੱਖਣੀ ਹੈ। ਪਰ ਜੇ ਤੁਸੀਂ ਇੱਦਾਂ ਕਰਦੇ ਨਹੀਂ ਹੈਗੇ, ਫਿਰ ਉਹਨੇ ਕਿਸੇ ਤੋਂ ਨਹੀਂ ਸਿੱਖਣੀ। ਵੈਰੀ ਇੰਪੋਰਟੈਂਟ ਕਿ ਆਪਣੇ ਬੱਚਿਆਂ ਨਾਲ ਨਿਮਰਤਾ ਬਾਰੇ ਦੱਸੋ, ਉਹਨਾਂ ਨਿਮਰਤਾ ਬਾਰੇ ਸਿਖਾ ਲਓ। ਅਤੇ ਕਿੱਦਾਂ ਸਿਖਾ ਲਈਦੀ ਆ? ਆਪ ਪ੍ਰੈਕਟਿਸ ਕਰਕੇ। ਜੇ ਤੁਸੀਂ ਬੱਚੇ ਨੂੰ ਇਹ ਕਹੀ ਜਾਂਦੇ, ਮੈਂ ਤੇਰਾ ਡੈਡੀ ਆ, ਮੇਰਾ ਘਰ ਆ, ਜੋ ਮੈਂ ਇੱਥੇ ਕਰਦਾ ਉਹੀ ਹੋਣਾ, ਮੈਂ ਤੇਰਾ ਡੈਡੀ, ਮੇਰਾ ਘਰ ਆ, ਜੋ ਮੈਂ ਕਹਿੰਦਾ ਇੱਥੇ ਉਹੀ ਹੋਣਾ ਆ, ਤੁਹਾਡੇ ਬੱਚੇ ਨੇ ਇਹੀ ਵਾਪਸ ਕਹਿਣਾ, ਨਹੀਂ ਹੁਣ ਮੈਂ ਕਮਾਉਣਾ ਆ, ਹੁਣ ਮੈਂ ਆਪਣੀ ਮਰਜ਼ੀ ਕਰਨੀ ਆ, ਤੂੰ ਮੈਨੂੰ ਕੰਟਰੋਲ ਨਹੀਂ ਕਰ ਸਕਦਾ। ਪਰ ਜੇ ਤੁਸੀਂ ਬੱਚੇ ਨਾਲ ਇੱਦਾਂ ਗੱਲ ਕਰੋ, ਪੁੱਤ ਆਹ ਤੇਰੇ ਸਾਹਮਣੇ ਸਿਚੁਏਸ਼ਨ ਆ, ਤੂੰ ਇੱਦਾਂ ਕਰਨਾ ਜਾਂ ਇੱਦਾਂ ਕਰਨਾ ਆ, ਬੈਟਰ ਇਹ ਨਹੀਂ ਹੈਗਾ ਕਿ ਆਪਾਂ ਇੱਦਾਂ ਕਰੀਏ। ਬੱਚੇ ਨੇ ਪਹਿਲਾਂ ਸੋਚਣਾ ਆ, ਮੇਰਾ ਡੈਡੀ ਮੇਰੇ ਨਾਲ ਕਿੱਦਾਂ ਗੱਲ ਕਰਦਾ ਹੈ, ਅਤੇ ਬਾਅਦ 'ਚ ਬੱਚੇ ਨੇ ਆਪ ਹੀ ਰਿਅਲਾਈਜ਼ ਕਰਨਾ, ਮੇਰਾ ਡੈਡੀ ਤਾਂ ਮੇਰੇ ਨਾਲ ਬਹੁਤ ਰਿਸਪੈਕਟ ਨਾਲ ਗੱਲ ਕਰਦਾ ਹੈ, ਸ਼ਾਇਦ ਮੈਨੂੰ ਵੀ ਉਹਨੂੰ ਵਾਪਸ ਰਿਸਪੈਕਟ ਦੇਣੀ ਚਾਹੀਦੀ ਹੈ। ਦੀ ਓਨਲੀ ਵੇ ਯੂ ਕੈਨ ਟੀਚ ਰਿਸਪੈਕਟ ਇਜ਼ ਬਾਏ ਗਿਵਿੰਗ ਰਿਸਪੈਕਟ। ਜੇ ਤੁਸੀਂ ਬੱਚਿਆਂ ਨਾਲ ਇੱਦਾਂ ਗੱਲ ਕਰੋ, ਪੁੱਤ ਆਪਾਂ ਇੱਦਾਂ ਨਹੀਂ ਕਰਿਆ ਕਰਨਾ, ਆਪਾਂ ਇੱਦਾਂ ਕਰਿਆ ਕਰਨਾ, ਤੁਹਾਡੇ ਬੱਚਿਆਂ ਨੇ ਬਾਅਦ 'ਚ ਦੇ ਕਹਿਣਾ, ਡੈਡੀ ਜੀ ਆਪਾਂ ਇੱਦਾਂ ਨਹੀਂ ਕਰਨਾ ਚਾਹੀਦਾ, ਆਪਾਂ ਇੱਦਾਂ ਕਰੀਏ। ਇਸ ਵੇ ਯੂ ਟੀਚਿੰਗ ਹਿਮ ਹਾਊ ਟੂ ਸਪੀਕ। ਪਰ ਜੇ ਤੁਸੀਂ ਦੂਸਰੇ ਤਰੀਕੇ ਨਾਲ ਬੋਲਦੇ ਆ, ਤਾਂ ਫਿਰ ਇੱਦਾਂ ਹੀ ਉਹਨਾਂ ਤੁਹਾਡੇ ਨਾਲ ਵਾਪਸ ਬੋਲਣਾ। ਯੂ ਕੈਨੋਟ ਫੋਰਸ ਸਮਵਨ ਟੂ ਰਿਸਪੈਕਟ ਯੂ, ਆਲ ਯੂ ਕੈਨ ਡੂ ਇਜ਼ ਰਿਸਪੈਕਟ ਐਂਡ ਲਵ ਦੈਮ। ਤੁਸੀਂ ਕਦੀ ਨਹੀਂ ਆਪਣੇ ਬੱਚਿਆਂ ਨੂੰ ਫੋਰਸ ਕਰ ਸਕਦੇ ਆ ਕਿ ਤੁਹਾਡੀ ਰਿਸਪੈਕਟ ਕਰਨ, ਤੁਹਾਡੀ ਸਤਿਕਾਰ ਕਰਨ। ਤੁਸੀਂ ਇਹੀ ਕਰ ਸਕਦੇ, ਤੁਸੀਂ ਉਹਨਾਂ ਦੀ ਰਿਸਪੈਕਟ ਕਰ ਸਕਦੇ ਆ। ਮੈਂ ਤੁਹਾਨੂੰ ਪਹਿਲਾਂ ਜਿਹੜੇ ਪਹਿਲਾਂ ਆਏ ਸੀਗੇ, ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀਗਾ, ਬਿਟਵੀਨ ਦੀ ਏਜ ਆਫ 0 and 2 ਸਭ ਤੋਂ ਇਨਫਲੂਐਂਸ਼ਲ ਪਰਸਨ ਹੁੰਦੀ ਮਦਰ, ਬਿਟਵੀਨ ਦੀ ਏਜ ਆਫ 2 and 5 ਸਭ ਤੋਂ ਇਨਫਲੂਐਂਸ਼ਲ ਹੁੰਦਾ ਫਾਦਰ, ਬਿਟਵੀਨ ਦੀ ਏਜ ਆਫ 5 and 13 ਉਹਨਾਂ ਦੇ ਫਰੈਂਡਸ ਹੁੰਦੇ ਆ, ਬਿਟਵੀਨ ਦੀ ਏਜ ਆਫ 13 ਉਹ ਇੰਡੀਪੈਂਡੈਂਟਲੀ ਮਾਈਂਡਡ ਹੁੰਦੇ ਆ। ਦੈਟ ਮੀਨਸ ਫਰੋਮ ਦੀ ਏਜ ਆਫ 5 ਤੁਸੀਂ ਆਪਣੇ ਬੱਚਿਆਂ ਤੋਂ ਉਦਾਂ ਹੀ ਲੂਜ਼ ਕੰਟਰੋਲ ਕਰ ਲਿਆ। ਤੁਸੀਂ ਉਸ ਤੋਂ ਬਾਅਦ ਸਿਰਫ ਬੱਚਿਆਂ ਨੂੰ ਇੰਸਪਾਇਰ ਕਰ ਸਕਦੇ ਆ, ਬੱਚਿਆਂ ਨੂੰ ਕਦੀ ਕੰਟਰੋਲ ਨਹੀਂ ਕਰ ਸਕਦੇ। ਕਿਹੜਾ ਵੈਸਟਰਨ ਬੱਚੇ ਨੂੰ ਕਦੀ ਨਹੀਂ ਕੰਟਰੋਲ ਕਰ ਸਕਦੇ, ਤੁਸੀਂ ਸਿਰਫ ਉਹਨੂੰ ਇੰਸਪਾਇਰ ਕਰ ਸਕਦੇ ਆ। ਐਂਡ ਇਟ ਵੈਰੀ ਇੰਪੋਰਟੈਂਟ ਲੈਸਨ ਟੂ ਲਰਨ, ਅ ਬੱਚਾ ਇਜ਼ ਲਾਈਕ ਅ ਫਲ, ਇਟਸ ਲਾਈਕ ਅ ਰੋਜ਼। ਜੇ ਤੁਸੀਂ ਕਹਿੰਦੇ ਆ ਕਿ ਉਹ ਜਿਹੜਾ ਬੱਡ ਆ, ਉਹ ਮੈਂ ਜਿਹੜਾ ਪੱਤਾ ਆ ਮੈਂ ਇੱਥੇ ਖੜਾ ਕਰ ਦੇਣਾ, ਇੱਥੇ ਖੜਾ ਕਰ ਦੇਣਾ, ਇੱਥੇ ਖੜਾ ਕਰ ਦੇਣਾ, ਫਿਰ ਉਹ ਫੁੱਲ ਬਹੁਤ ਸੁੰਦਰ ਹੋਣਾ ਆ, ਉਹ ਚੀਜ਼ ਨਹੀਂ ਬਣਨੀ। ਬਿਕਾਜ਼ ਜਦੋਂ ਵੀ ਤੁਸੀਂ ਉਹ ਪੈਟਰਨ ਨੂੰ ਸ਼ੇਰੋ, ਇੱਕਦਮ ਉਹ ਪੈਟਰਨ ਤੁਹਾਡੇ ਹੱਥ 'ਚ ਨਿਕਲ ਜਾਣੀ। ਬੈਟਰ ਇਹ ਆ ਕਿ ਤੁਸੀਂ ਬੱਚੇ ਨੂੰ ਵਿਜ਼ਡਮ ਦਿਓ, ਗਿਆਨ ਦਿਓ, ਉਹਦੀ ਪਾਠ ਕਰੋ, ਉਹਦੀ ਵਧੀਆ ਐਗਜ਼ਾਮਪਲ ਸੈੱਟ ਕਰੋ, ਬੱਚਾ ਆਪ ਹੀ ਬਲੋਸਮ ਹੋ ਜਾਂਦਾ ਹੈ। ਦੈਟਸ ਅ ਫਾਰ ਬੈਟਰ ਵੇ ਆਫ ਪੈਰੈਂਟਿੰਗ। ਭਾਈ ਗੁਰਦਾਸ ਜੀ ਦੀ ਵਾਰ, ਮੈਨ ਸ਼ੁੱਡ ਮੇਕ ਹਿਸ ਹਾਰਟ ਲਾਈਕ ਅ ਰਿਵਰ ਐਂਡ ਲੈਟ ਦ ਵਾਟਰ ਆਫ ਹਿਊਮਿਲਿਟੀ ਫਲੋ ਇਨਟੂ ਇਟ। ਕਿ ਬੰਦੇ ਦਾ ਦਿਲ ਇੰਨਾ ਖੁੱਲ੍ਹਾ ਹੋਣਾ ਚਾਹੀਦਾ ਆ ਕਿ ਦਰਿਆ ਵਾਂਗਰ ਨਿਮਰਤਾ ਉਹਦੇ ਵਿੱਚ ਨਿਕਲ। ਜੇ ਤੁਸੀਂ ਇਦਾਂ ਦਾ ਐਗਜ਼ਾਮਪਲ ਆ, ਨੈਚੁਰਲੀ ਤੁਹਾਡੇ ਬੱਚਿਆਂ ਦੇ ਵਿੱਚ ਨਿਮਰਤਾ ਹੋਣੀ। ਬਿਕੋਜ਼ ਚਿਲਡਰਨ ਸੀ, ਚਿਲਡਰਨ ਡੂ। ਬਾਰ ਬਾਰ ਆਪਾਂ ਇੱਥੇ ਆਉਂਦੇ ਹਾਂ, ਚਿਲਡਰਨ ਸੀ, ਚਿਲਡਰਨ ਡੂ। ਮੈਂ ਤੁਹਾਨੂੰ ਇੱਕ ਸਿਨਾਰੀਓ ਦਿੰਦਾ। ਆਪਾਂ ਗੁਰਦੁਆਰੇ ਦੇ ਵਿੱਚ ਆ, ਲੈਟਸ ਸੇ ਮੇਰੀ ਭਾਈ ਸਾਹਿਬ ਨਾਲ ਬਣਦੀ ਨਹੀਂ ਹੈਗੀ ਗੁਰਦੁਆਰੇ ਦੇ ਵਿੱਚ। ਮੈਂ ਆ ਕੇ ਗੁਰਦੁਆਰੇ ਆਉਣਾ, ਮੈਂ ਸੋਚਦਾ ਹਾਂ ਬਈ ਮੈਂ ਤਾਂ ਇਹਦੀ ਬੇਇੱਜ਼ਤੀ ਕਰਕੇ ਜਾਣਾ, ਮੈਂ ਤਾਂ ਇਹਨੂੰ ਐਨ ਇਹਨੂੰ ਬਦਨਾਮ ਕਰਕੇ ਜਾਣਾ। ਮੈਂ ਗੁਰਦੁਆਰੇ ਆਉਣਾ, ਮੈਂ ਇਹਨੂੰ 2-4 ਗਾਲਾਂ ਕੱਢ ਦਿੰਦਾ ਸੰਗਤ ਦੇ ਸਾਹਮਣੇ। ਭਾਈ ਸਾਹਿਬ ਗੁਰਸਿੱਖਿਆ, ਭਾਈ ਸਾਹਿਬ ਕਹਿੰਦੇ ਨਹੀਂ ਸੱਚ ਬੱਚੇ, ਤੂੰ ਜੋ ਮਰਜ਼ੀ ਮੇਰੇ ਨਾਲ ਗਾਲਾਂ ਕੱਢ ਲਾ, ਮੈਂ ਤੈਨੂੰ ਵਾਪਸ ਗੱਲ ਨਹੀਂ ਕਰਨੀ। ਉਹ ਸਮਾਂ ਤੇ ਮੇਰੇ ਤੋਂ ਮਾਫ਼ੀ ਮੰਗਦਾ ਹੈ। ਮੈਂ ਸੋਚਦਾ ਆ ਚੰਗਾ ਬੰਦਾ ਆ, ਮੈਂ ਤੇ ਇਹਦੀ ਬੇਇੱਜ਼ਤੀ ਕਰਕੇ ਆ ਗਿਆ, ਖੁਸ਼ ਹੋ ਕੇ ਘਰ ਨੂੰ ਚੱਲ ਜਾਂਦਾ। ਬੇਇੱਜ਼ਤੀ ਕਿਹਦੀ ਹੋਈ? ਕੁਐਸਚਨ, ਬੇਇੱਜ਼ਤੀ ਕਿਹਦੀ ਹੋਈ? ਬੋਲਣ ਵਾਲੇ, ਬੋਲਣ ਵਾਲੇ ਦੀ। ਉਹਦੀ ਤਾਂ ਬੇਇੱਜ਼ਤੀ ਨਹੀਂ ਹੋਈ, ਉਹ ਤਾਂ ਗੁਰਸਿੱਖ ਆ, ਉਹਨੇ ਤਾਂ ਨਿਮਰਤਾ ਦਿਖਾ ਲਈ ਆ, ਮੈਂ ਆਪਣੀ ਬੇਇੱਜ਼ਤੀ ਕਰਕੇ ਚੱਲ ਗਿਆ। ਆਪਾਂ ਇਸ ਚੀਜ਼ ਨੂੰ ਐਨਾਲਾਈਜ਼ ਕਰਦੇ ਹਾਂ, ਬਿਕਾਜ਼ ਉਹਦੇ ਸਿਰ 'ਤੇ ਕੋਈ ਭਾਰ ਨਹੀਂ ਹੈਗਾ, ਉਹਨੇ ਨਿਮਰਤਾ 'ਚ ਰਿਹਾ। ਮੈਂ ਗੁਰਸਿੱਖ ਦਾ ਦਿਲ ਦਿਖਾਇਆ, ਉਹ ਭਾਰ ਮੇਰੇ ਸਿਰ ਦੇ ਉੱਤੇ ਆ। ਜਿਹੜੀ ਬਾਕੀ ਸੰਗਤ ਦੇਖਦੀ ਰਹੀ ਆ, ਉਹ ਵੀ ਵਾਪਸ ਜਾ ਕੇ ਘਰ ਜਾ ਕੇ ਕਹਿੰਦੀ ਸੀ ਬਈ ਅੱਜ ਤਾਂ ਗੁਰਦੁਆਰੇ ਇੱਦਾਂ ਹੋਇਆ, ਉੱਥੇ ਤਾਂ ਸਿੰਘ ਲੜਦੇ ਸੀਗੇ, ਉਹਨਾਂ ਦੇ ਇੱਕ ਨੇ ਤਾਂ ਦੂਜੇ ਦੀ ਚੰਗੀ ਬੇਇੱਜ਼ਤੀ ਕਰਤੀ, ਹੈ ਨਾ। ਇਹ ਸਿੰਘ ਦੇ ਸਿਰ 'ਤੇ ਕੋਈ ਭਾਰ ਨਹੀਂ ਹੈਗਾ, ਇਹ ਨਿਮਰਤਾ 'ਚ ਰਿਹਾ। ਮੇਰੇ ਸਿਰ 'ਤੇ ਭਾਰ ਆ ਕਿ ਮੈਂ ਉਹਦਾ ਦਿਲ ਦਿਖਾਇਆ, ਮੈਂ ਗਾਲਾਂ ਕੱਢੀਆਂ ਗੁਰਦੁਆਰੇ ਵਿੱਚ। ਜਿਹੜੀ ਬਾਕੀ ਸੰਗਤ ਆ, ਉਹ ਤਮਾਸ਼ਾ ਦੇਖਦੀ ਰਹੀ, ਉਹਨੇ ਆਪਣੇ ਸਿਰ 'ਤੇ ਉੱਤੇ ਹੋਰ ਭਾਰ ਪਾ ਲਿਆ,
ਕਿ ਘਰ ਜਾ ਕੇ ਨਿੰਦਾ ਚੁਗਲੀ ਕਰਦੇ ਰਹੇ। ਡੂ ਯੂ ਅਗਰੀ? ਯਾ ਇਦਾਂ ਹੀ ਹੁੰਦਾ ਹੈ। ਸੋ ਅਸੀਂ ਸੋਚਦੇ ਹਾਂ, ਅਸੀਂ ਇਤਨੇ ਕਰਮ ਕਈ ਵਾਰੀ ਕਰਦੇ ਹਾਂ ਕਿ ਕੋਈ ਬੰਦਾ ਦੇਖ ਨਹੀਂ ਰਿਹਾ। ਐਂਡ ਅਸੀਂ ਬੱਚਿਆਂ ਨੂੰ ਕੈਂਪ 'ਚ ਕਈ ਵਾਰੀ ਮੈਂ ਲੈਕਚਰ ਕੀਤਾ ਉਹਨਾਂ ਨੂੰ, ਮੈਂ ਕਿਹਾ ਦ ਫਸਟ ਸਟੇਜ ਆਫ ਸਪਿਰਚੁਅਲਿਟੀ, ਪਹਿਲਾ ਸਟੇਜ ਤੁਹਾਡੀ ਸਪਿਰਚੁਅਲਿਟੀ ਦਾ ਇਹ ਆ ਕਿ ਕਿਹੜੀ ਤੁਹਾਡੀ ਕੌਨਸ਼ੀਅਸ ਆ ਉਹ ਤੁਹਾਡੇ ਨਾਲ ਗੱਲਾਂ ਕਰਨੋਂ ਹਟ ਜਾਵੇ। ਬਿਕੋਜ਼ ਤੁਸੀਂ ਨੋਟ ਕਰੋ, ਤੁਹਾਡੀ ਕੌਨਸ਼ੀਅਸ ਉਦੋਂ ਹੀ ਤੁਹਾਡੇ ਨਾਲ ਗੱਲ ਕਰਦੀ ਆ ਜਦੋਂ ਤੁਸੀਂ ਮਾੜਾ ਕੰਮ ਕਰਦੇ। ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਆ, ਤੁਹਾਡੀ ਕੌਨਸ਼ੀਅਸ ਤੁਹਾਡੇ ਨਾਲ ਗੱਲ ਨਹੀਂ ਕਰਦੀ। ਯੂ ਅਗਰੀ? ਤਾਂ ਫਿਰ ਜੇ ਤੁਸੀਂ ਇਸ ਸਟੇਜ ਤੇ ਪਹੁੰਚੋ ਕਿ ਤੁਹਾਡੀ ਕੌਨਸ਼ੀਅਸ ਤੁਹਾਡੇ ਨਾਲ ਗੱਲਾਂ ਕਰਨੋਂ ਹਟ ਜਾਵੇ, ਇਹਦਾ ਮਤਲਬ ਇਹ ਆ ਕਿ ਤੁਸੀਂ ਹੁਣ ਚੰਗਾ ਕੰਮ ਕਰ ਰਹੇ ਹੋ, ਮਾੜਾ ਕੰਮ ਕਰਨੋਂ ਹਟ ਗਏ। ਦੈਟਸ ਅ ਗੁੱਡ ਸਟੇਜ ਟੂ ਸਟਾਰਟ। ਇਹ ਸਟੇਜ ਆਪਣੀ ਲਾਈਫ 'ਚ ਲਿਆਓ। ਸੋ ਨਾਓ ਹੁਣ ਲੈਟਸ ਸੇ, ਹੁਣ ਆਪਾਂ ਦੇਖੀਏ ਆਪਣੇ ਕਰਮ ਕਿੱਦਾਂ ਬਿਲਡਅਪ ਹੁੰਦੇ ਆ। ਮੈਂ ਤੁਹਾਨੂੰ ਇੱਕ ਸਿਨਾਰੀਓ ਦਿੱਤਾ, ਉਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਕਿੱਦਾਂ ਕਰਮ ਆਉਂਦੇ ਆ ਆਪਣੇ ਉੱਤੇ। ਹੁਣ ਤੁਸੀਂ ਇਹ ਦੇਖੋ ਕਿ ਕੱਲ੍ਹ ਜਾਂ ਪਰਸੋਂ ਤੁਸੀਂ ਉਸ ਦਿਨ ਦੇ ਵਿੱਚ ਕਿੰਨੀ ਵਾਰੀ ਝੂਠ ਬੋਲੇ, ਕਿੰਨੀ ਵਾਰੀ ਗਾਲਾਂ ਕੱਢੀਆਂ, ਕਿੰਨੀ ਵਾਰੀ ਚਲਾਕੀਆਂ ਕੀਤੀਆਂ, ਹੈ ਨਾ, ਕਿੰਨੀ ਵਾਰੀ ਦੂਸਰੇ ਨੂੰ ਬੁਰਾ ਭਲਾ ਕੇ ਆਇਆ। ਥੋੜ੍ਹਾ ਜਿਹਾ ਸੋਚੋ, ਗਿਣੋ, ਆਪਣੇ ਮਨ ਦੇ ਵਿੱਚ ਥੋੜ੍ਹਾ ਜਿਹਾ ਨੰਬਰ ਲੈ। ਦੱਸਣ ਦੀ ਲੋੜ ਨਹੀਂ ਹੈਗੀ, ਸਾਰੇ ਕੋਲ ਨੰਬਰ ਹੈਗਾ। ਓਕੇ, ਨੈਕਸਟ ਵਨ। ਲੈਟਸ ਸੇ ਤੁਸੀਂ ਬਹੁਤ ਗੁਰਮੁਖ ਸੱਜਣ ਆ, ਉਸ 24 ਆਵਰ ਦੇ ਵਿੱਚ ਸਿਰਫ ਦੋ ਵਾਰੀ ਕੀਤਾ ਸੀਗਾ, ਸਿਰਫ ਦੋ ਵਾਰੀ, ਹੈ ਨਾ। ਜੇ ਤੁਸੀਂ ਆਮ ਦੇਖੀਏ ਉਹ ਬੰਦਾ ਬਹੁਤ ਗੁਰਮੁਖ ਆ, ਬਿਕੋਜ਼ ਆਮ ਬੰਦਾ ਤਾਂ ਸ਼ਾਇਦ 20 ਵਾਰੀ ਕਰਦਾ ਹੋਵੇ ਦਿਨ 'ਚ, ਪਰ ਲੈਟਸ ਸੇ ਸਿਰਫ ਦੋ ਵਾਰੀ। ਇਸ ਦਾ ਮਤਲਬ ਹਫ਼ਤੇ ਦੇ ਵਿੱਚ 14 ਵਾਰੀ, ਇਸ ਦਾ ਮਤਲਬ ਕਿ ਮਹੀਨੇ ਦੇ ਵਿੱਚ 60 ਟਾਈਮਸ, ਇਸ ਦਾ ਮਤਲਬ ਕਿ ਸਾਲ ਦੇ ਵਿੱਚ 1068, ਇਸ ਦਾ ਮਤਲਬ 10 ਸਾਲਾਂ ਦੇ ਵਿੱਚ 10,680 ਸਿਰਫ ਬੋਲਣ ਨਾਲ। ਹੋਰ ਕਰਮ ਦਾ ਆਪਾਂ ਗੱਲ ਛੱਡ ਵੱਖਰੀ ਰੱਖੀਏ, ਆਪਾਂ ਸਿਰਫ ਵਿਚਾਰ ਕਰਦੇ ਕਿ ਬੋਲਣ ਨਾਲ। ਇਸ ਦਾ ਮਤਲਬ ਕਿ ਐਵਰੇਜ ਬੰਦੇ ਦੇ ਲਾਈਫ ਟਾਈਮ ਦੇ ਵਿੱਚ ਜਿਹੜਾ 75 ਈਅਰਸ ਓਲਡ ਆ, ਉਹਨੇ 80,100 ਮਾਰੇ ਕਰਮ ਆਪਣੇ ਸਿਰ ਦੇ ਉੱਤੇ ਚਾੜ ਲਏ, ਸਿਰਫ ਦੋ ਵਾਰੀ ਦਿਨ 'ਚ ਕਰਨਾ। ਅਤੇ ਫਿਰ ਅਸੀਂ ਸੋਚਦੇ ਹਾਂ ਕਿ ਕਦੀ ਐਤਵਾਰ ਗੁਰਦੁਆਰੇ ਆ ਕੇ ਥੋੜ੍ਹੀ ਜਿਹੀ ਇੱਥੇ ਸੇਵਾ ਕਰਕੇ, ਥੋੜ੍ਹੀ ਜਿਹੀ ਇੱਥੇ ਕੀਰਤਨ ਸੁਣ ਕੇ, ਬਾਹਰ ਥੋੜ੍ਹੀ ਜਿਹੀ ਲੰਗਰ ਦੀ ਸੇਵਾ ਕਰਕੇ, ਵਿੱਚ ਦੋ ਉਹਦੇ ਵਿੱਚ ਵੀ ਦੋ ਨਿੰਦਾ ਚੁਗਲੀਆਂ ਕਰਕੇ, ਕਿ 80,100 ਕੰਟਰੋਲ ਹੋ ਜੂਗਾ, ਉਹ ਮਾਫ਼ ਹੋ ਜੂਗਾ 80,100? ਵਾਟ ਡੂ ਯੂ ਥਿੰਕ? ਤਾਂ ਫਿਰ ਚੰਗੇ ਕੰਮ ਕਰਦੇ ਕਰਦੇ ਸਿਰਫ ਦੋ ਵਾਰੀ ਗੁਰਮੁਖ ਬਣ ਕੇ ਬਾਅਦ ਸਿਰਫ ਦੋ ਵਾਰੀ, ਫਿਰ ਵੀ 80,100 ਸਾਡੇ ਸਿਰ ਦੇ ਉੱਤੇ ਆ ਗਿਆ, ਫਿਰ ਵੀ 80,100 ਆ ਗਿਆ ਆਪਣੇ ਸਿਰ ਦੇ ਉੱਤੇ ਇਸ ਲਾਈਫ ਟਾਈਮ ਦੇ ਵਿੱਚ। ਅਤੇ ਉਹ ਵੀ ਤੁਸੀਂ ਗੁਰਦੁਆਰੇ ਜਾਂਦੇ ਜਾਂਦੇ। ਸੋਚਣ ਦੀ ਲੋੜ ਆ, ਅਸੀਂ ਇਸ ਚੀਜ਼ ਨੂੰ ਬੈਲੈਂਸ ਕਿੱਦਾਂ ਕਰਨਾ ਹੈ? ਗੁਰੂ ਨਾਨਕ ਦੇਵ ਜੀ ਕਹਿੰਦੇ, ਰਾਗ ਮਾਰੋ ਪੰਨਾ 1024, ਦ ਅਨਕੌਂਸ਼ੀਅਸ ਫੂਲ ਡਸ ਨਾਟ ਰਿਮੇਨ ਕੌਂਸ਼ੀਅਸ ਆਫ ਦ ਲੋਰਡ, ਹੀ ਪਿਊਰੀਫਾਈਜ਼ ਐਂਡ ਰੋਟਸ ਅਵੇ ਟੂ ਡੈਥ ਕੈਰਿੰਗ ਹਿਸ ਹੈਵੀ ਲੋਡ ਇਨ ਸੇਨ। ਕਿ ਅਸੀਂ ਇੰਨੇ ਆ, ਅਸੀਂ ਇਨਕੌਂਸ਼ੀਅਸ ਹੋ ਗਏ ਕਿ ਸਾਨੂੰ ਪਤਾ ਨਹੀਂ ਕਿੰਨਾ ਭਾਰ, ਫਿਰ ਵੀ ਆਮ ਕੰਮਾਂ ਦੇ ਨਾਲ ਆਪਣੇ ਸਿਰ ਦੇ ਉੱਤੇ ਚੜਾਈ ਜਾਂਦੇ ਹਾਂ ਅਤੇ ਇੱਦਾਂ ਆਪਾਂ ਮਰ ਜਾਂਦੇ ਹਾਂ, ਭਾਰ ਇਕੱਠਾ ਕਰਦੇ ਇਕੱਠਾ ਕਰਦੇ। ਅਤੇ ਇਹ ਜਿਹੜੇ ਮਾਰੇ ਕਰਮ ਆ, ਆਪਣੇ ਸੋਲ 'ਤੇ ਕਿੰਨਾ ਇਹਦਾ ਅਸਰ ਹੁੰਦਾ ਹੈ। ਜਾਸ ਕਦੋਂ ਬੰਗਲਾ ਸਾਹਿਬ ਗਿਆ, ਬੰਗਲਾ ਸਾਹਿਬ ਦੇ ਸਾਈਡ 'ਤੇ ਉੱਥੇ ਮਿਊਜ਼ੀਅਮ ਆ, ਅਜਾਇਬ ਘਰ ਆ, ਉੱਥੇ ਉਹਨਾਂ ਕੋਲ ਵੱਡੀਆਂ ਪੇਂਟਿੰਗਾਂ ਆ, ਅਤੇ ਪੇਂਟਿੰਗਾਂ ਦੇ ਉੱਤੇ ਉਹਨਾਂ ਨੇ ਸੀਨਸ ਬਣਾਏ ਆ, ਉੱਥੇ ਨਾਲੇ ਇੱਕ ਸ਼ਬਦ ਆ ਉਹਦੇ ਵਿੱਚ ਦਾਸ ਨੇ ਕਿ ਉੱਥੇ ਇੱਕ ਪੇਂਟਿੰਗ ਦੇਖੀ ਆ, ਇੱਕ ਬਜ਼ੁਰਗ ਬਾਬਾ ਇੱਦਾਂ ਉਹਦਾ ਮੋਢੇ ਥੱਲੇ ਨੂੰ ਅਤੇ ਬਾਹਾਂ ਇੱਦਾਂ ਉੱਤੇ ਨੂੰ, ਅਤੇ ਉਹਦੇ ਬਾਹਾਂ ਦੇ ਉੱਤੇ ਸਿਰ ਦੇ ਉੱਤੇ ਉਹਦੀ ਲਾਈਫ ਦੇ ਸੀਨਸ ਆ ਕਿ ਕਿੰਨੇ ਉਹਨੇ ਮਾਰੇ ਕਰਮ ਕੀਤੇ ਆ, ਉੱਥੇ ਮਾਰੇ ਕਰਮਾਂ ਦਾ ਭਾਰ ਕਿੱਦਾਂ ਉਹਦੇ ਸਿਰ ਦੇ ਉੱਤੇ ਮੋਢਿਆਂ ਦੇ ਉੱਤੇ ਆਇਆ। ਐਂਡ ਇਹ ਚੀਜ਼ ਆਪਾਂ ਨੂੰ ਦੇਖਣ ਦੀ ਲੋੜ ਆ, ਬਿਕਾਜ਼ ਉਹ ਜਿਹੜਾ ਭਾਰ ਆ ਉਹਦਾ ਅਸਰ ਕੀ ਆ। ਪਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਯੂ ਲੁੱਕ ਡਿਪਰੈਸਡ ਟੂ ਮੀ, ਮੈਨੂੰ ਤੁਸੀਂ ਡਿਪਰੈਸਡ ਲੱਗ ਰਹੇ ਹੋ, ਬਿਕਾਜ਼ ਹਜੇ ਵਾਰੀ ਤੁਹਾਡੇ 'ਚ ਕੋਈ ਸਮਾਇਲ ਕਰ ਰਹੇ, ਹੁਣ ਤਾਂ ਤੁਹਾਨੂੰ ਸਮਾਇਲ ਕਰੋ। ਉਹ ਭਾਰ ਕੀ ਕਰਦਾ ਆ, ਆਪਾਂ ਨੂੰ ਹੌਲੀ ਹੌਲੀ ਡਿਪਰੈਸ ਕਰ ਦਿੰਦਾ ਹੈ। ਸਟੈਟਿਸਟਿਕਲੀ 6 out of 10 ਪੀਪਲ ਇਨ ਦ ਵੈਸਟ ਆਰ ਡਿਪਰੈਸਡ, ਇਹ ਸਟੈਟਿਸਟਿਕਸ ਆ। 60% ਜਿਹੜੇ ਲੋਕ ਆ ਵੈਸਟ ਦੇ ਵਿੱਚ ਰਹਿੰਦੇ ਆ ਉਹ ਡਿਪਰੈਸ਼ਨ ਦੇ ਵਿੱਚ ਹੁੰਦੇ ਆ।
ਹਨਾ ਬਿਕਾਜ਼ ਆਈ ਰਨ ਅ ਕੇਅਰ ਹੋਮ ਫੋਰ ਪੀਪਲ ਐਲਜ਼ਾਈਮਰਸ ਡਿਜ਼ੀਜ਼ ਜਿਹੜਾ ਮੇਰਾ ਹਸਪੀਟਲ ਆ ਉਹ ਨਰਸਿੰਗ ਹੋਮ ਆ ਐਲਜ਼ਾਈਮਰਸ ਡਿਜ਼ੀਜ਼ ਦਾ ਸਪੈਸ਼ਲਿਸਟ ਆ ਅਸੀਂ ਜਿਹੜੇ ਲੋਕ ਇਹਨਾਂ ਚੀਜ਼ਾਂ ਐਕਸਪੀਰੀਅੰਸ ਕਰਦੇ ਆ ਅਸੀਂ ਉਹਨਾਂ ਦੇ ਵਿੱਚ ਸਪੈਸ਼ਲਾਈਜ਼ ਕਰਦੇ ਹਾਂ ਔਰ 6 out of 10 ਸਫਰ ਫਰੋਮ ਐਲਜ਼ਾਈਮਰਸ ਡਿਜ਼ੀਜ਼ 1 out of 3 ਆਫ ਯੂ ਜਿੰਨੇ ਤੁਸੀਂ ਇੱਥੇ ਬੈਠੇ ਆ ਤੀਜਾ ਹਿੱਸਾ ਮਰਨ ਤੋਂ ਪਹਿਲਾਂ ਤੁਹਾਨੂੰ ਐਲਜ਼ਾਈਮਰਸ ਡਿਜ਼ੀਜ਼ ਹੋ ਜਾਣਾ ਹੈ ਇਦਾਂ ਕੀ ਹੋ ਰਿਹਾ ਅੱਗੇ ਬੰਦਾ ਉਹ ਜਦੋਂ 50-60 ਈਅਰਸ ਦਾ ਹੁੰਦਾ ਸੀਗਾ ਕਿਸੇ ਨੂੰ ਹਾਰਟ ਪ੍ਰੋਬਲਮ ਹੋ ਜਾਂਦੀ ਸੀ ਮਰ ਜਾਂਦਾ ਕਿਸੇ ਨੂੰ ਹਿਪ ਪ੍ਰੋਬਲਮ ਹੋ ਜਾਂਦੀ ਸੀ ਮਰ ਜਾਂਦੇ ਆ ਪਰ ਸਾਇੰਸ ਇੰਨੀ ਐਡਵਾਂਸਡ ਹੋ ਗਈ ਉਹ ਮਰਦੇ ਨਹੀਂ ਹੈਗੇ ਉਹਨਾਂ ਨੂੰ ਨਵਾਂ ਹਾਰਟ ਦੇ ਦਿੰਦੇ ਆ ਨਵਾਂ ਹਿਪ ਦੇ ਦਿੰਦੇ ਆ ਨਵਾਂ ਕਿਡਨੀ ਦੇ ਦਿੰਦੇ ਆ ਉਹ ਬੰਦੇ ਦੀ ਉਮਰ ਫੇਰ ਵਧੀ ਜਾਂਦੀ ਆ ਪਰ ਸਿਰਫ ਇੱਕ ਔਰਗਨ ਆ ਜਿਹੜਾ ਮੈਡੀਸਨ ਕਦੀ ਰਿਪਲੇਸ ਨਹੀਂ ਕਰ ਸਕਦਾ ਹੈ ਉਹ ਤੁਹਾਡਾ ਬ੍ਰੇਨ ਤਾਂ ਫਿਰ ਉਹਨਾਂ ਦੀ ਉਮਰ ਲੰਬੀ ਹੋਈ ਜਾਂਦੀ ਆ ਪਰ ਉਹਨਾਂ ਫਿਰ ਐਲਜ਼ਾਈਮਰਸ ਡਿਜ਼ੀਜ਼ ਹੋ ਜਾਂਦੀ ਹੈ ਡਿਮੈਂਸ਼ੀਆ ਹੋ ਜਾਂਦੀ ਆ ਫਿਰ ਉਹ ਸਾਡੇ ਹਸਪਿਟਲਾਂ 'ਚ ਆਉਂਦੇ ਅਸੀਂ ਉਹਨਾਂ ਦਾ ਫਿਰ ਸੰਭਾਲ ਕਰਦੇ ਅਨੇ ਆਪਣੀ ਕਮਿਊਨਿਟੀ 'ਚ ਵੀ ਉਨਾ ਹੀ ਬਿਕੋਜ਼ ਦੁਨੀਆ ਜ਼ਿਆਦਾ ਤੇਜ਼ ਹੋ ਰਹੀ ਆ ਦੁਨੀਆਦਾਰੀ ਤੇਜ਼ ਹੋ ਰਹੀ ਆ ਤੁਹਾਡੇ ਮਾਈਂਡ 'ਤੇ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਤੁਸੀਂ ਅੱਗੇ 9 to 5 ਕੰਮ ਕਰਦੇ ਸੀ ਹੁਣ ਬਾਅਦ ਮੋਬਾਈਲ ਫੋਨ ਫੇਸਬੁੱਕ ਇੰਟਰਨੈਟ ਟਵਿੱਟਰ ਤੁਹਾਡਾ ਮਾਈਂਡ ਆਲ ਦਾ ਟਾਈਮ ਚੱਲ ਰਿਹਾ ਦੂਏ ਪਾਸੇ ਆਪਣੇ ਫੈਮਲੀਆਂ ਬ੍ਰੇਕ ਡਾਊਨ ਹੋ ਰਹੀਆਂ ਹੈ ਉਹਦਾ ਪ੍ਰੈਸ਼ਰ ਘਰ ਦਾ ਪ੍ਰੈਸ਼ਰ ਹੋਰ ਜਿੰਨਾ ਤੁਹਾਡਾ ਫੂਡ ਦੀ ਕੁਆਲਿਟੀ ਡਿਕਰੀਜ਼ ਹੋ ਰਹੀ ਹੈ ਸਾਰੀ ਚੀਜ਼ਾਂ ਮੈਂਟਲ ਇੰਕਰੀਜ਼ ਹੋ ਰਿਹਾ ਇੰਕਰੀਜ਼ ਹੋਇਆ ਸਾਡੀ ਐਵਰੇਜ ਸਾਡੀ ਗਾਹਕਾਂ ਦੀ ਸੀਗੀ 70-80-90 ਹੁਣ ਸਾਨੂੰ ਇੱਦਾਂ ਦੇ ਗਾਹਕ ਮਿਲਦੇ ਆ ਜਿਹੜੇ 52 ਈਅਰਸ ਦੇ 52 ਈਅਰਸ ਉਹਨਾਂ ਨੂੰ ਐਲਜ਼ਾਈਮਰਸ ਡਿਜ਼ੀਜ਼ ਹੋ ਜਾਂਦੀ ਹੈ ਕਿਉਂ ਬਿਕੋਜ਼ ਉਹਨਾਂ ਕੋਲ ਮਾਈਂਡ ਨੂੰ ਕਦੀ ਬ੍ਰੇਕ ਨਹੀਂ ਮਿਲਦੀ ਗੁਰਬਾਣੀ ਇਜ਼ ਦ ਨੈਚੁਰਲ ਕਿਊਰ ਬਿਕੋਜ਼ ਜਿਹੜੀ ਗੁਰਬਾਣੀ ਆ ਉਹ ਤੁਹਾਨੂੰ ਕਹਿੰਦੀ ਆ ਕਿ ਸਵੇਰ ਨੂੰ ਨਿਤਨੇਮ ਕਰੋ ਤੁਹਾਡੇ ਮਾਈਂਡ ਨੂੰ ਬ੍ਰੇਕ ਦਿਓ ਸ਼ਾਮ ਨੂੰ ਰਹਿਰਾਸ ਦਾ ਪਾਠ ਦਿਓ ਕਰੋ ਤੁਹਾਡੇ ਮਾਈਂਡ ਨੂੰ ਬ੍ਰੇਕ ਮਿਲਦੀ ਹੈ ਸੌਂਤ ਵੇਲੇ ਸੋਲੇ ਦਾ ਪਾਠ ਕਰੋ ਤੁਹਾਡੇ ਮਾਈਂਡ ਨੂੰ ਬ੍ਰੇਕ ਮਿਲਦੀ ਹੈ ਆਲ ਦਾ ਟਾਈਮ ਰੈਗੂਲਰਲੀ ਤੁਹਾਡੇ ਮਾਈਂਡ ਨੂੰ ਬ੍ਰੇਕ ਮਿਲਦੀ ਹੈ ਸੋ ਵੀ ਨੀਡ ਟੂ ਲੁੱਕ ਐਟ ਦਿਸ ਮੈਂ ਕਾਫੀ ਇਸ ਚੀਜ਼ ਨਾਲ ਤੇਜ਼ ਕਰੀ ਜਾ ਰਿਹਾ ਕਿਉਂਕਿ ਮੈਨੂੰ ਪਤਾ ਸਮਾਂ ਘੱਟ ਆ ਸੋ ਜਿਹੜਾ ਉਹ ਪਾ ਰਿਹਾ ਇਟ ਮੇਕਸ ਯੂ ਏਜ ਕੁਇਕਰ ਜਿਹੜੀ ਤੁਹਾਡੀ ਏਜ ਆ ਉਹ ਹੌਲੀ ਹੌਲੀ ਮੈਂਟਲੀ ਵਧੀ ਜਾਂਦੀ ਹੈ ਤੁਹਾਡੇ ਜਿਹੜੇ ਬਾਲ ਗਰੇ ਹੋ ਜਾਂਦੇ ਆ ਤੁਹਾਡੀ ਜਿਹੜੀ ਪਰਸਨੈਲਿਟੀ ਦੇ ਇਫੈਕਟ ਹੋ ਜਾਂਦਾ ਤੁਹਾਡੇ ਵਿੱਚ ਡਿਪਰੈਸ਼ਨ ਹੋ ਜਾਂਦਾ ਕਾਹਦੇ ਕਰਕੇ ਉਹ ਮਾਰੇ ਕਰਮਾਂ ਕਰਕੇ ਉਹ ਨਾਮ ਦੀ ਘਾਟ ਕਰਕੇ ਗੁਰਬਾਣੀ ਦੀ ਘਾਟ ਕਰਕੇ ਇਹ ਚੀਜ਼ਾਂ ਆਪਣੇ ਮਾਈਂਡ ਵਿੱਚ ਆ ਰਹੀਆਂ ਹੈ ਅਸੀਂ ਸੋਚਦੇ ਅਸੀਂ ਬਹੁਤ ਕਲੈਵਰ ਹਾਂ ਅਸੀਂ ਸੋਚਦੇ ਸੀ ਅਸੀਂ ਬਹੁਤ ਚਲਾਕ ਹਾਂ ਕਿ ਅਸੀਂ ਜੀਵ ਇੱਦਾਂ ਹਥਿਆਰ ਨਾਲ ਵਰਤਣਾ ਕਿ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਸਟਰੋਂਗ ਸਮਝਦੇ ਹਾਂ ਅਸੀਂ ਇਹ ਨਹੀਂ ਦੇਖਦੇ ਉਹ ਜੀਵ ਨਾਲ ਅਸੀਂ ਇੰਨੇ ਮਾਰੇ ਕਰਮ ਆਪਣੇ ਸਿਰ ਦੇ ਉੱਤੇ ਪਾਈ ਜਾਂਦੇ ਹਾਂ ਕਿ ਸਾਡੇ ਵਿੱਚ ਡਿਪਰੈਸ਼ਨ ਲਿਆ ਰਹੀ ਹੈ ਕਿ ਸਾਡੇ ਵਿੱਚ ਇੱਦਾਂ ਦੇ ਮਾਰੇ ਕਰਮ ਸਾਡੇ ਹੈਲਥ ਖਰਾਬ ਕਰੀ ਜਾਂਦੀ ਹੈ ਬਿਕੋਜ਼ ਦੈਟਸ ਵਾਟ ਹੈਪਨਸ ਯੂਰ ਮਾਈਂਡ ਯੂਰ ਬੋਡੀ ਐਂਡ ਯੂਰ ਸੋਲ ਇਫ ਯੂਰ ਮਾਈਂਡ ਇਜ਼ ਇਲ ਯੂਰ ਬੋਡੀ ਇਜ਼ ਇਲ ਫਿਰ ਤੁਹਾਡੀ ਆਤਮਾ ਵੀ ਇਲ ਹੁੰਦੀ ਹੈ ਇਫ ਯੂਰ ਮਾਈਂਡ ਇਜ਼ ਹੈਲਥੀ ਜਿੰਨਾ ਮਰਜ਼ੀ ਤੁਹਾਡੀ ਬੋਡੀ ਅਨਹੈਲਥੀ ਹੋ ਜਾਂਦੀ ਹੈ ਤੁਸੀਂ ਫਿਰ ਵੀ ਉਹਨੂੰ ਹੈਲਥੀ ਬਣਾ ਲੈਂਦੇ ਆ ਐਂਡ ਤੁਹਾਡੀ ਆਤਮਾ ਬਾਣੀ ਨਾਲ ਹਮੇਸ਼ਾ ਹੈਲਥੀ ਰਹਿੰਦੀ ਆ ਇਟਸ ਰਿਲੇਟ ਇਹਦਾ ਰਿਲੇਸ਼ਨਸ਼ਿਪ ਆ ਹੁਣ ਮੈਂ ਤੁਹਾਨੂੰ ਦੱਸਦਾ ਹੈ ਵਾਹਿਗੁਰੂ ਮੈਂ ਤੁਹਾਨੂੰ ਇੱਕ ਸਟੋਰੀ ਦੱਸਣੀ ਆ ਸਾਡੇ ਕੋਲ ਉੱਥੇ ਇੱਕ ਸਿੰਘ ਸੀਗਾ ਇੱਕ ਬੰਦਾ ਸੀਗਾ ਉਹ ਸਾਡੇ ਕੈਂਪ 'ਚ ਆ ਗਿਆ ਕੈਂਪ 'ਚ ਆ ਕੇ ਬਾਅਦ ਉਹ ਕਹਿੰਦਾ ਮੈਂ ਹੁਣ ਆਪਣੀ ਲਾਈਫ ਬਦਲਣੀ ਆ ਪਹਿਲਾਂ ਪੱਬਾਂ ਕਲੱਬਾਂ ਨੂੰ ਬਹੁਤ ਜਾਂਦਾ ਸੀ ਸ਼ਰਾਬ ਪੀਂਦਾ ਸੀ ਤਾਸ਼ ਬਹੁਤ ਖੇਡਦਾ ਹੁੰਦਾ ਸੀਗਾ ਉਹ ਕਹਿੰਦਾ ਨਹੀਂ ਹੁਣ ਸਿੰਘਾਂ ਦੀ ਸੰਗਤ ਹੋ ਗਈ ਉਹ ਕਹਿੰਦਾ ਮੈਂ ਹੁਣ ਚੰਗਾ ਜੀਵਨ ਲੈਣਾ ਉਹਨੇ ਅਗਲੇ ਰੈਂਸਵਾਈ 'ਤੇ ਜਾ ਕੇ ਜੋ ਸਮਾਗਮ ਸੀਗਾ ਉੱਥੇ ਜਾ ਕੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਛਕ ਲਿਆ ਉਹ ਕਹਿੰਦਾ ਮੈਂ ਹੁਣ ਪੱਬ ਕਲੱਬ ਨੂੰ ਨਹੀਂ ਜਾਣਾ ਮੈਂ ਹੁਣ ਆਪਣੇ ਸੰਗਤ ਵਿੱਚ ਸੇਵਾ ਕਰਨ ਆਪਣਾ ਉਹ ਗੁਰਦੁਆਰੇ ਆ ਕੇ ਲੰਗਰ ਸੇਵਾ ਕਰਨਾ ਪਿਆ ਜਦੋਂ ਲੰਗਰ ਦੀ ਸੇਵਾ ਕਰਨਾ ਕਰਦਾ ਕਰਦਾ ਉਹਨੂੰ ਕਈ ਵਾਰੀ ਕਦੀ ਮਾਂ ਦੀ ਭੈਣ ਦੀ ਗਾਲ ਕੱਢ ਲਈ ਜਾਂ ਹੋਰ ਗਾਲ ਕੱਢ ਲਈ ਜਿਹੜੀ ਬੀਬੀਆਂ ਆ ਉਹਨਾਂ ਨੇ ਕੰਪਲੇਨ ਕਰਤਾ ਸਿੰਘਾਂ ਨੂੰ ਇਹ ਚੰਗਾ ਤੁਸੀਂ ਬੰਦੇ ਨੂੰ ਅੰਮ੍ਰਿਤ ਛਕਾਇਆ ਇਹ ਤਾਂ ਗਾਲਾਂ ਕੱਢੀ ਜਾਂਦਾ ਹੈ ਸਿੰਘਾਂ ਨੇ ਉਹਨੂੰ ਖਿੱਚ ਲਿਆ ਕਹਿੰਦਾ ਆ ਜਾਓ ਇੱਥੇ ਬੈਠ ਸਾਡੇ ਨਾਲ ਕੀ ਗੱਲ ਆ ਤੂੰ ਗਾਲਾਂ ਕੱਢ ਇੰਨੀਆਂ ਕੱਢਦਾ ਹੈ ਅਤੇ ਬੰਦਾ ਰੋਣਾ ਪਿਆ ਉਹ ਕਹਿੰਦਾ ਕੀ ਕਰਾਂ ਆਦਤ ਆ ਮੇਰੇ ਮਿੱਤਰ ਇੱਦਾਂ ਦੇ ਸੀਗੇ ਉਹ ਆਦਤ ਮੇਰੇ 'ਚ ਅਜੇ ਨਿਕਲੀ ਨਹੀਂ ਹੈਗੀ ਰੋਣਾ ਪਿਆ ਸਿੰਘਾਂ ਦੇ ਸਾਹਮਣੇ ਫਿਰ ਸਿੰਘਾਂ ਨੇ ਦੇਖਿਆ ਬੰਦਾ ਤਾਂ ਚੰਗਾ ਹੈ ਦਿਲੋਂ ਪਰ ਉਹ ਆਦਤ ਆ ਫਿਰ ਸਿੰਘਾਂ ਨੇ ਕਿਹਾ ਤੂੰ ਇੱਦਾਂ ਕਰ ਅਗਲੇ ਅੰਮ੍ਰਿਤ ਛਕਾਉਣ ਦੇ ਵਿੱਚ ਤੂੰ ਪੰਜਾਂ ਦੇ ਸਾਹਮਣੇ ਪੇਸ਼ ਹੋ ਜਾ ਪੰਜ ਆਪ ਹੀ ਤੈਨੂੰ ਸਲੂਸ਼ਨ ਦਓਗੇ ਉਹ ਅਗਲੇ ਰੈਂਸਵਾਈ ਦੇ ਵਿੱਚ ਪੰਜਾਂ ਦੇ ਸਾਹਮਣੇ ਪੇਸ਼ ਹੋ ਗਿਆ ਪੰਜ ਗੁਰਸਿੱਖਾਂ ਨੂੰ ਪੰਜ ਪਿਆਰੇ ਨੂੰ ਉਹਨੇ ਆਪਣੀ ਸਾਰੀ ਗੱਲ ਦੱਸਤੀ ਕਿ ਆਹ ਮੇਰੇ ਨਾਲ ਹੋਇਆ ਉਹ ਪੰਜ ਸੋਚਦੇ ਰਹੇ ਇਹਦਾ ਸਲੂਸ਼ਨ ਕਿੱਦਾਂ ਕਰਨਾ ਦਿਲੋਂ ਬੰਦਾ ਚੰਗਾ ਆ ਪਰ ਉਹ ਆਦਤ ਕਿੱਦਾਂ ਕੱਢਣੀ ਆ ਫਿਰ ਉਹ ਪੰਜ ਸਿੰਘਾਂ ਨੇ ਹੁਕਮ ਕੀਤਾ ਉੱਤੇ ਕਿ ਹੁਣ ਤੇਰੇ ਲਈ ਹੁਣ ਅਸੀਂ ਅਰਦਾਸ ਕਰਨੀ ਆ ਅੱਜ ਤੋਂ ਬਾਅਦ ਇੱਥੇ ਹੁਕਮ ਆ ਕਿ ਜਦੋਂ ਵੀ ਤੇਰਾ ਮੂੰਹ ਖੁੱਲ੍ਹਣਾ ਆ ਤੂੰ ਹਮੇਸ਼ਾ ਲਫ਼ਜ਼ ਕਹਿਣਾ ਜੀ
ਉਹ ਕਹਿੰਦਾ ਸੱਚ ਬਚਨ ਜੀ ਸੱਤ ਬਚਨ ਉਹ ਆ ਗਿਆ ਵਾਪਸ ਅਰਦਾਸ ਹੋਈ ਸੰਗਤ ਵਾਪਸ ਆ ਗਿਆ ਜਦੋਂ ਵੀ ਉਹਨੇ ਬੋਲਣਾ ਉਹਨੇ ਜੀ ਕਹਿ ਦੇਣਾ ਕਈ ਵਾਰੀ ਗਾਲ ਵੀ ਕੱਢਣੀ ਉਹ ਤੋਂ ਬਾਅਦ ਵੀ ਜੀ ਕਹਿ ਦੇਣਾ ਆਲ ਦ ਟਾਈਮ ਜੀ ਕਹਿਣਾ ਪਿਆ ਜੀ ਕਹਿਣਾ ਪਿਆ ਜੀ ਕਹਿਣਾ ਪਿਆ ਹੌਲੀ ਹੌਲੀ ਉਹ ਗਾਲਾਂ ਘੱਟਦੀਆਂ ਰਹੀਆਂ ਉਹ ਜੀ ਵੱਧਦਾ ਰਿਹਾ ਫਿਰ ਜਿਹੜੇ ਲੋਕ ਅੱਗੇ ਉਹਦੇ ਬਾਰੇ ਕੰਪਲੇਨ ਕਰਦੇ ਰਹੇ ਸੀਗੇ ਕਿ ਬੰਦਾ ਇੱਦਾਂ ਦਾ ਹੈ ਬੰਦਾ ਇੱਦਾਂ ਗਾਲਾਂ ਕੱਢਦਾ ਉਹ ਵੀ ਬਾਅਦ ਕਹਿਣਾ ਪਏ ਉਹਦਾ ਜੀ ਆ ਗਿਆ ਹਰੀ ਦਾ ਜੀ ਆ ਗਿਆ ਉਹ ਬੰਦਾ ਇੰਨਾ ਮਿੱਠਾ ਆਇਆ ਉਹਦਾ ਨਾ ਹੀ ਜੀ ਰੱਖਦਾ ਤੁਸੀਂ ਦੇਖ ਲਏ ਜਿੱਦਾਂ ਆਪਾਂ ਪਿਓ ਫੋਟੋ ਦਿਖਾ ਲਈ ਵੀਡੀਓ ਦਿਖਾ ਲਈ ਸੀ ਚੇਂਜ ਯੂਰ ਵਰਲਡ ਵਰਡਸ ਚੇਂਜ ਯੂਰ ਵਰਲਡ ਆਪਣੇ ਲਾਸ ਚੇਂਜ ਕਰੋ ਤੁਸੀਂ ਆਪਣੀ ਦੁਨੀਆ ਚੇਂਜ ਕਰ ਸਕਦੇ ਇਨ ਦ ਸੇਮ ਵੇ ਇਹ ਘਰ ਦੀ ਸਾਖੀ ਹੈ ਨੌ ਸੱਸ ਦੀ ਬਣਦੀ ਨਹੀਂ ਹੈਗੀ ਨੌ ਕਦੀ ਸੱਸ ਬਾਰੇ ਗੱਲਾਂ ਕਰਦੀ ਰਹਿੰਦੀ ਆ ਸੱਸ ਕਦੀ ਨੌ ਬਾਰੇ ਗੱਲ ਕਰਦੀ ਰਹਿੰਦੀ ਆ ਮੁੰਡਾ ਇੰਨਾ ਫੈਡਾ ਪਿਆ ਉਹ ਕਹਿੰਦਾ ਮੈਂ ਘਰ ਨਹੀਂ ਜਾਣਾ ਇਹ ਤਾਂ ਲੜਦੀਆਂ ਰਹਿੰਦੀਆਂ ਮੈਂ ਤਾਂ ਪਾਪ ਨੂੰ ਚੱਲਦਾ ਹੈ ਮੈਂ ਤਾਂ ਉਹਦੀ ਸ਼ਰਾਬੀ ਪੀ ਜਾਣੀ ਆ ਘਰ ਦਾ ਬਹੁਤ ਮਾੜਾ ਹਾਲ ਆ ਉਹ ਜਿਹੜੀ ਨੌ ਦੀ ਫਰੈਂਡ ਕਿਸੇ ਦਿਨ ਉਹਦੇ ਕੋਲ ਘਰ ਆ ਗਈਆਂ ਉਹ ਕਹਿੰਦੇ ਤੈਨੂੰ ਤਾਂ ਸਟ੍ਰੈਸ ਬਹੁਤ ਹੋ ਗਿਆ ਤੂੰ ਅੱਗੇ ਤਾਂ ਹਸਮੁਖ ਬਹੁਤ ਹੁੰਦੀ ਸੀਗੀ ਤੇਰਾ ਹਾਲ ਕਿੱਦਾਂ ਹੋ ਗਿਆ ਉਹ ਕਹਿੰਦੀ ਸਾਰੀ ਪਸਾਦ ਦੀ ਯਾਰ ਮੇਰੀ ਨਾ ਮੇਰੀ ਸੱਸ ਆ ਮੈਨੂੰ ਜੀਣ ਨਹੀਂ ਦਿੰਦੀ ਕਹਿੰਦਾ ਮੇਰਾ ਹੁਣ ਸਿਰ ਬਹੁਤ ਦੁੱਖਦਾ ਹੈ ਉਹਦੀ ਫਰੈਂਡ ਕਹਿੰਦੀ ਤੂੰ ਇੱਦਾਂ ਕਰ ਤੂੰ ਡਾਕਟਰ ਕੋਲ ਚੱਲ ਜਾ ਉਹ ਡਾਕਟਰ ਕੋਲ ਚੱਲ ਗਈ ਉਹਨੇ ਡਾਕਟਰ ਨੂੰ ਆਪਣੀ ਸਾਰੀ ਗੱਲ ਦੱਸੀ ਕਿ ਇੱਦਾਂ ਸਾਡੇ ਘਰ 'ਚ ਇੱਦਾਂ ਮਾਹੌਲ ਆ ਡਾਕਟਰ ਕਹਿੰਦਾ ਪੁੱਤ ਮੈਂ ਤੈਨੂੰ ਦੱਸਦਾ ਹਾਂ ਆਪਾਂ ਇੱਦਾਂ ਕਰਦੇ ਤੇਰੀ ਸੱਸ ਨੂੰ ਮਾਰ ਦਿੰਦੇ ਮੈਂ ਤੈਨੂੰ ਆਹ ਜ਼ਹਿਰ ਦੇ ਦਿੰਦਾ ਹਾਂ ਹਨਾ ਰੋਜ਼ ਉਹਦੇ ਚਾਹ ਦੇ ਵਿੱਚ ਹਨਾ ਇਹਦਾ ਇੱਕ ਡ੍ਰੌਪ ਪਾ ਦੇ ਪਰ ਕਹਿੰਦਾ ਬਹੁਤ ਖਿਆਲ ਨਾ ਕਰੀ ਬਹੁਤ ਖਿਆਲ ਨਾ ਕਰੀ ਕਿ ਜੇ ਤੇਰੇ ਹਸਬੈਂਡ ਨੂੰ ਪਤਾ ਲੱਗ ਗਿਆ ਕਿ ਤੂੰ ਉਹਦੀ ਮਾਂ ਨੂੰ ਮਾਰਤਾ ਉਹਨੇ ਕਦੇ ਤੈਨੂੰ ਮਾਫ਼ ਨਹੀਂ ਕਰਨਾ ਤਿੰਨ ਮਹੀਨੇ ਲੱਗਣੇ ਆ ਤੂੰ ਇੱਦਾਂ ਕਰੀ ਜੋ ਵੀ ਤੇਰੀ ਸੱਸ ਕਹਿੰਦੀ ਆ ਚੁੱਪ ਕਰਕੇ ਸੱਚ ਬਚਨ ਕਹਿ ਕੇ ਤੂੰ ਕਰ ਦਿਆ ਕਰ ਫਿਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਤੇਰੇ ਉੱਤੇ ਨੌਨੇ ਸੋਚਿਆ ਬੜਾ ਵਧੀਆ ਪਲਾਨ ਆ ਚੱਲ ਗਈ ਘਰ ਰੋਜ਼ ਬੜੇ ਪਿਆਰ ਨਾਲ ਸਵੇਰ ਨੂੰ ਉੱਠ ਕੇ ਚਾਹ ਦਾ ਕੱਪ ਲਿਆਉਂਦੀ ਸੀ ਸੱਸ ਲੈ ਹਨਾ ਅਤੇ ਜਦੋਂ ਵੀ ਸੱਸ ਕਹਿੰਦੀ ਇੱਦਾਂ ਕਰਨਾ ਘਰ ਦੇ ਕੰਮ ਨਾਲ ਇੱਦਾਂ ਕਰਨੀ ਕਹਿੰਦੀ ਸੱਚ ਬਚਨ ਆਪਾਂ ਕਰ ਲੈਂਦੇ ਏਦਾਂ ਉਹਨਾਂ 2 ਮਹੀਨੇ ਲੱਗਦੇ ਰਹੇ 2 ਮਹੀਨਿਆਂ ਬਾਅਦ ਉਹਦੀ ਸੱਸ ਗੁਰਦੁਆਰੇ ਸੀਗੀ ਅਤੇ ਸੱਸ ਕਹਿੰਦੀ ਆਪਣੀ ਜੋ ਹੋਰ ਬੀਬੀਆਂ ਨਾਲ ਮੇਰੀ ਨੌਂਹ ਅੱਗੇ ਬਹੁਤ ਘਬਰਤੀ ਸੀਗੀ ਹੁਣ ਤਾਂ ਬੜੀ ਚੰਗੀ ਆ ਹੁਣ ਮੈਨੂੰ ਉਹਨੂੰ ਪਿਆਰ ਬਹੁਤ ਹੁੰਦਾ ਆ ਆਖੇ ਲੱਗਦੀ ਆ ਸਾਡਾ ਰਿਲੇਸ਼ਨਸ਼ਿਪ ਬਹੁਤ ਵਧੀਆ ਬਣ ਗਿਆ ਉਹਦੇ ਮਨ 'ਚ ਸੀਗੀ ਕੀਰਤਨ ਸੁਣ ਕੇ ਆਏ ਸੀ ਮਨ ਬਹੁਤ ਠੰਡਾ ਸੀਗਾ ਘਰ ਜਾ ਕੇ ਆਪਣੀ ਨੌਂਹ ਨੂੰ ਜੱਫੀ 'ਚ ਪਾ ਲਿਆ ਕਹਿੰਦੀ ਹੁਣ ਤੂੰ ਮੇਰੀ ਨੌਂਹ ਨਹੀਂ ਰਹੀ ਹੁਣ ਤੂੰ ਮੇਰੀ ਧੀ ਬਣ ਗਈ ਮੈਂ ਹੁਣ ਤੈਨੂੰ ਧੀ ਸਮਝਦਾ ਉਹ ਨੌਂਹ ਨੂੰ ਉਹਨੂੰ ਬੜਾ ਦਿਲ ਨੂੰ ਫੀਲ ਹੋਇਆ ਕਿ ਮੈਨੂੰ ਇੰਨਾ ਪਿਆਰ ਕਰਦੀ ਕਹਿੰਦੀ ਹੁਣ 2 ਮਹੀਨੇ ਤਾਂ ਬਹੁਤ ਸੋਹਣੇ ਲੰਘੇ ਆ ਉਹਨੇ ਦਿਲ 'ਚ ਬਹੁਤ ਫੀਲ ਕੀਤਾ ਸ਼ਾਮ ਨੂੰ ਉੱਥੇ ਬੈਠੀ ਸੀਗੀ 2 ਦਿਨ ਡਾਕਟਰ ਕੋਲ ਚੱਲ ਗਈ ਕਹਿੰਦੀ ਮੇਰੇ ਕੋਲ ਪਾਪ ਬਹੁਤ ਹੋ ਗਿਆ ਉਹ ਕਹਿੰਦੀ ਉਹ ਸੀਗੀ ਤਾਂ ਬਹੁਤ ਚੰਗੀ ਪਰ ਸਾਡਾ ਰਿਲੇਸ਼ਨਸ਼ਿਪ ਨਹੀਂ ਬਣਿਆ ਸੀ ਪਰ ਹੁਣ ਸਾਡਾ ਰਿਲੇਸ਼ਨਸ਼ਿਪ ਬਣ ਗਿਆ ਉਹ ਕਹਿੰਦੀ ਜਿਹੜੀ ਆ ਜ਼ਹਿਰ ਆ ਇਹਦੀ ਕੋਈ ਐਂਟੀਡੋਟ ਹੈਗੀ ਆ ਜਾਂ ਨਹੀਂ ਅਤੇ ਡਾਕਟਰ ਕਹਿੰਦਾ ਨਹੀਂ ਹੁਣ ਤਾਂ ਉਹਨੇ ਮਰ ਜਾਣਾ ਹੁਣ ਤਾਂ ਤੂੰ ਟਰੂ ਲੇਟ ਆ ਉਹ ਰੋਣ ਨਾ ਪੀ ਵੀ ਹੁਣ ਪਾਪ ਬਹੁਤ ਹੋ ਗਿਆ ਬਹੁਤ ਹੋ ਗਿਆ ਫਿਰ ਡਾਕਟਰ ਨੇ ਕਿਹਾ ਕੋਈ ਨਾ ਗੱਲ ਪੁੱਤ ਮੈਂ ਤੈਨੂੰ ਜ਼ਹਿਰ ਤਾਂ ਕਦੀ ਦਿੱਤੀ ਨਹੀਂ ਸੀਗੀ ਮੈਂ ਤੈਨੂੰ ਸ਼ੂਗਰ ਦਿੱਤੀ ਸੀਗੀ ਸਿਰਫ ਤੁਹਾਡੇ ਮਨਾਂ ਦੇ ਵਿੱਚ ਫਰਕ ਸੀਗਾ ਉਹ ਫਰਕ ਕਰਨਾ ਸੀਗਾ ਇਹੀ ਚੀਜ਼ ਆ ਸਾਡੇ ਫੈਸਲਿਆਂ ਕਰਕੇ ਅਸੀਂ ਆਪਣੇ ਘਰ ਨੂੰ ਨਰਕ ਬਣਾ ਸਕਦੇ ਹਾਂ ਅਸੀਂ ਆਪਣੇ ਘਰ ਨੂੰ ਸਵਰਗ ਬਣਾ ਸਕਦੇ ਹਾਂ ਕੋਈ ਬਾਹਰਲਾ ਬੰਦਾ ਨਹੀਂ ਹੈਗਾ ਹੋਰ ਕੋਈ ਨਹੀਂ ਹੈਗਾ ਕੋਈ ਤਵੀਤਾਂ ਨਹੀਂ ਕਰਦਾ ਕੋਈ ਹੋਰ ਵਹਿਮਾਂ ਦੇ ਵਿੱਚ ਐਵੇਂ ਪੈਣ ਦੀ ਲੋੜ ਨਹੀਂ ਹੈਗੀ ਗੱਲ ਬਹੁਤ ਸਿੰਪਲ ਆ ਤੁਹਾਡਾ ਬੋਲਣ ਦਾ ਤਰੀਕਾ ਹੈ ਤੁਹਾਡੇ ਮਨ ਦੀ ਸੋਚ ਆ ਤੁਸੀਂ ਆਪਣੇ ਘਰ ਨੂੰ ਸਵਰਗ ਬਣਾਓ ਆਪਣੇ ਘਰ ਨੂੰ ਨਰਕ ਬਣਾਓ ਇਹ ਤੁਹਾਡੇ ਚੋਇਸਿਸ ਆ ਹਜੇ ਵੀ ਜੇ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਆ ਇਸ ਨੂੰ ਮਾਫ਼ ਕਰ ਦਿਆ ਕਰੋ ਤੁਹਾਡੇ ਰਿਸ਼ਤੇਦਾਰੀਆਂ 'ਚ ਕੋਈ ਚੀਜ਼ ਆ ਭਾਵੇਂ ਉਹ ਮਾਫ਼ੀ ਨਹੀਂ ਮੰਗਦਾ ਗੁਰਸਿੱਖ ਤੌਰ 'ਤੇ ਫਿਰ ਵੀ ਤੁਸੀਂ ਕਹਿ ਦਿਓ ਤੁਸੀਂ ਨਾ ਵੀ ਮਾਫ਼ੀ ਮੰਗੋ ਮੈਂ ਫਿਰ ਵੀ ਤੁਹਾਨੂੰ ਮਾਫ਼ ਕਰ ਦਿੰਦਾ ਮੇਰਾ ਕਰਮ ਤਾਂ ਸਾਫ਼ ਆ ਤੁਸੀਂ ਜੋ ਮਰਜ਼ੀ ਕਰਨਾ ਤੁਹਾਡੀ ਮਰਜ਼ੀ ਤੁਸੀਂ ਆਪਣੇ ਕਰਮ ਤਾਂ ਸਾਫ਼ ਰੱਖੋ ਸੋ ਥਿੰਕ ਅਬਾਊਟ ਦੀਸ ਥਿੰਗਸ ਦੋਜ਼ ਹੂ ਡੂ ਗੁੱਡ ਕਰਮਸ ਜਿਹਨਾਂ ਦੇ ਚੰਗੇ ਕਰਮ ਆ ਉਹਦੀ ਆਤਮਾ ਸਾਫ਼ ਹੁੰਦੀ ਆ ਉਹ ਕੇਅਰ ਫਰੀ ਹੁੰਦੀ ਆ ਜਿੰਨੀ ਮਰਜ਼ੀ ਉਹਨਾਂ ਦੀ ਉਮਰ ਆ ਉਹ ਯੰਗ ਫੀਲ ਹੁੰਦੇ ਆ ਉਹਨਾਂ ਦੇ ਚਿਹਰੇ ਖੁਸ਼ ਹੁੰਦੇ ਆ ਉਹ ਸਮਾਈਲ ਕਰਦੇ ਹੁੰਦੇ ਆ ਬੱਚੇ ਉਹਨਾਂ ਕੋਲ ਭੱਜ ਕੇ ਆਉਂਦੇ ਆ ਬਿਕੋਜ਼ ਉਹਨਾਂ ਦਾ ਪਰਸਨੈਲਿਟੀ ਇੱਦਾਂ ਦੀ ਬਣ ਜਾਂਦੀ ਆ ਇੱਕ ਬਿਊਟੀਫੁਲ ਪਰਸਨੈਲਿਟੀ ਗੁਰੂ ਜੀ ਇਹ ਵੀ ਕਹਿੰਦਾ ਆ ਮੈਨੂੰ ਇੱਦਾਂ ਦਾ ਗੁਰਸਿੱਖ ਚਾਹੀਦਾ ਜਿਹਨੂੰ ਨਾਮ ਦੀ ਗੱਲ ਕਰੇ ਉਦੋਂ ਦਾ ਗੁਰਸਿੱਖ ਮੈਨੂੰ ਮਿੱਠਾ ਲੱਗਦਾ ਹੈ ਜਿਹੜੀ ਗੁਰੂ ਦੀ ਗੱਲ ਕਰੇ ਅਸੀਂ ਆਪਣੇ ਬੱਚਿਆਂ ਨਾਲ ਗੁਰੂ ਦੀ ਗੱਲ ਕਰਦੇ ਹਾਂ ਜਾਂ ਨਹੀਂ ਸੋਚੀ ਗਈ ਇਹ ਚੀਜ਼ਾਂ ਬਾਰੇ
So, Guru Amar Das Ji, kinne shabd ya tusi sare parh sakde hai, because sama karke, we're going to rush through. On our shabd ya, go back. This shabd is very important. On appa gal karde hai, ki apne bolan da tarika. Guru Nanak Dev Ji da shabd ya. Main tuhanu English translation dena, because aam majority jere mein lecture ya, due language kharide ya, ate aam kor te naujwana li ya. ਤੁਹਾਡੇ ਹਜੇ ਗੁਰਦੁਆਰੇ ਇਦੋਂ ਦੇ ਆ ਜਿਹੜੀ ਤੁਹਾਡੀ ਮੈਜੋਰਟੀ ਜਿਹੜੀ ਸੰਗਤ ਦੇ 40 ਸਾਲਾਂ ਤੋਂ ਉੱਤੇ ਆ ਐਂਡ ਦੈਟਸ ਅ ਪ੍ਰੋਬਲਮ ਤੁਹਾਡੇ ਲਈ ਹਨਾ ਤੁਹਾਡੇ ਬੱਚੇ ਗੁਰਦੁਆਰੇ ਨਹੀਂ ਆਉਂਦੇ ਇਦੋਂ ਦਾ ਲੈਕਚਰ ਔਨ ਐਵਰੀ ਸੰਡੇ ਤੁਹਾਡੇ ਆਪੀ ਬੱਚੇ ਆਉਂਦੇ ਹੁੰਦੇ ਤੁਸੀਂ ਇਦਾਂ ਦਾ ਲੈਕਚਰ ਆਪ ਤਿਆਰ ਕਰੋ ਬੱਚਿਆਂ ਲਈ ਕਰਿਆ ਕਰੋ ਡਿਊ ਲੈਂਗੁਏਜ ਲਈ ਕਰਿਆ ਕਰੋ ਜਿਹੜੇ ਸਾਡੇ ਗੁਰਦੁਆਰੇ ਜਿਹੜੇ 40 ਸਾਲਾਂ ਤੋਂ ਉੱਤੇ ਜਿਹੜੀ ਸੰਗਤ ਹੁੰਦੀ ਸੀ ਤੁਸੀਂ ਕੋਈ ਵੀ ਉੱਥੇ ਸਮਾਗਮ ਦੇਖ ਲਓ ਕੋਈ ਵੀ ਰੈਂਸਵਾ ਦੇਖ ਲਓ ਇੰਗਲੈਂਡ ਦੀ ਮੈਜੋਰਟੀ ਸੰਗਤ ਅੰਡਰ 30 ਆ ਕਿਉਂ Because every Sunday, English nale Punjabi chasi prachar karte. One of the glass on the khali, jere one of the manya, o glass full ho ke janda hai. Phir api wapas aunde hai. Par je thoda glass hai, khali on the khali wapas janda, khali on the khali wapas aunda. Phir banda sochda thodi cher baad, mainu fayda ki si gaddore janda. You need to give them wisdom, you need to give them gyan, you need to give them something that they want to come back for. So, aa shabd ya, Guru Sahib keh rahe ya, kera banda greedy ya, oh kutte angar ya. So Maharaj kinna sochde ya, ke jera banda greed ala ya. Oh kende jera banda chooth bolda ya, oh idan de ya, ke jere road saaf karde ya, gandiyan naliyan saaf karde ya, jera banda chooth bolda ya. Oh tusi aap dekh sakte ke tusi chooth bolda ya ja nahi. Phir je tusi chooth bolda ya, tusi dekh sakte ya, Guru Nanak Ji thode bare ki soch rahe ya. Phir jera banda chalakiyan karda ya, oh idan de ya, ke kera ਗੰਦਾ ਮਾਸ ਆਪਣੇ ਮੂੰਹ ਚ ਪਾ ਰਿਹਾ ਫਿਰ ਮਹਾਰਾਜ ਕਹਿੰਦੇ ਆ ਕਿ ਜਿਹੜਾ ਬੰਦਾ ਨਿੰਦਾ ਚੁਗਲੀ ਕਰਦਾ ਆ ਇਦਾਂ ਦਾ ਆ ਕਿ ਥੱਲਿਓ ਗੰਦ ਕੱਢ ਕੇ ਆਪਣੇ ਮੂੰਹ ਚ ਪਾ ਰਿਹਾ ਫਿਰ ਮਹਾਰਾਜ ਇਹ ਕਹਿੰਦਾ ਆ ਕਿ ਜਿਹੜਾ ਬੰਦਾ ਗੁੱਸੇ ਨਾਲ ਗੱਲ ਕਰਦਾ ਰਹਿੰਦਾ ਆ ਉਹ ਇਦਾਂ ਆਤਮਾ ਬਣ ਜਾਂਦੀ ਆ ਜਿਹੜੀ ਬੰਦਾ ਫਿਊਨਰਲ ਜੋ ਹੈ ਕ੍ਰੈਮਟੋਰੀਅਮ ਵਾਲੀ ਹੁੰਦੀ ਹੈ ਉਹਦੀ ਇਦਾਂ ਦੀ ਆਤਮਾ ਬਣ ਜਾਂਦੀ ਆ ਮਹਾਰਾਜ ਕਹਿੰਦਾ ਮੈਂ ਇੰਨੇ ਸਵਾਦਾਂ ਦੇ ਵਿੱਚ ਫਸਿਆ ਆ ਮੈਂ ਇੰਨੀਆਂ ਚਲਾਕੀਆਂ ਚ ਫਸਿਆ ਆ ਕਿ ਮਹਾਰਾਜ ਮੈਨੂੰ ਬਚਾਓ ਫਿਰ ਕਹਿੰਦੇ ਉਹ ਬਾਬਾ ਸਪੀਕ ਓਨਲੀ ਦੈਟ ਵਿਲ ਬ੍ਰਿੰਗ ਯੂ ਓਨਰ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਜੇ ਤੁਸੀਂ ਆਪਣੀ ਜੀਭ ਵਰਤਣੀ ਆ ਸਿਰਫ ਉਸ ਚੀਜ਼ ਲਈ ਵਰਤੋ ਉਸ ਗੱਲ ਕਰੋ ਜਿਹਦੇ ਨਾਲ ਤੁਹਾਡਾ ਸਤਿਕਾਰ ਵਧੇ ਬਹੁਤ ਸਿੰਪਲ ਗੱਲ ਹੈ ਆਪਾਂ ਗੱਲ ਕਰਦੇ ਹੁੰਦੇ ਰਹਿਤ ਮਰਿਆਦਾ ਦੇ ਉੱਤੇ ਕਿ ਆਹ ਰਹਿਤ ਮਰਿਆਦਾ ਆਹ ਰਹਿਤ ਮਰਿਆਦਾ ਆ ਤੁਸੀਂ ਇਹਨੂੰ ਆਪਣਾ ਆਪਣੀ ਰਹਿਤ ਮਰਿਆਦਾ ਅੰਗ ਸਮਝੋ ਮਹਾਰਾਜ ਨੇ ਹੁਕਮ ਕੀਤਾ ਆ ਕਿ ਜਦੋਂ ਵੀ ਤੁਸੀਂ ਆਪਣਾ ਮੂੰਹ ਖੋਲ੍ਹਣਾ ਆ ਸਿਰਫ ਉਹੀ ਗੱਲ ਕਰੋ ਜਿਹਦੇ ਨਾਲ ਤੁਹਾਡਾ ਸਤਿਕਾਰ ਵਧੇ ਉਹ ਨਹੀਂ ਕਰ ਸਕਦੇ ਤਾਂ ਚੁੱਪ ਰਿਹਾ ਕਰੋ ਫਿਰ ਮਹਾਰਾਜ ਕਹਿੰਦੇ ਆ ਕਿ ਉਹੀ ਚੰਗੇ ਆ ਜਿਹੜੇ ਦਰਗਾਹ ਦੇ ਵਿੱਚ ਚੰਗੇ ਜਿਹੜਾ ਦਰਗਾਹ ਦੇ ਵਿੱਚ ਧਰਮਰਾਜ ਕਹਿੰਦਾ ਕਿ ਉਹ ਚੰਗੇ ਆ ਬਾਕੀ ਸਾਰਿਆਂ ਨੇ ਰੋਣਾ ਹੈ ਫਿਰ ਮਹਾਰਾਜ ਕਹਿੰਦਾ ਮੈਂ ਬਹੁਤ ਸਾਰੇ ਸਵਾਦ ਦੇਖੇ ਆ ਸੋਨੇ ਦਾ ਚਾਂਦੀ ਦਾ ਵਿਮੈਨ ਦਾ ਫਰੇਗਰੈਂਸ ਆਫ ਸੈਂਡਲਵੁੱਡ ਘੋੜਿਆਂ ਦਾ ਘਰਾਂ ਦਾ ਬਿੱਡਾਂ ਦਾ ਪੈਲਸਾਂ ਦਾ ਖਾਣੇ ਦਾ ਸਾਰੀਆਂ ਚੀਜ਼ਾਂ ਦਾ ਸਵਾਦ ਦੇਖਿਆ ਆ ਇੰਨੇ ਸਵਾਦ ਆ ਨਾਮ ਦੀ ਜਗ੍ਹਾ ਕਿੱਥੇ ਰਹੀ ਬਾਣੀ ਦੀ ਜਗ੍ਹਾ ਕਿੱਥੇ ਰਹੀ ਇਹੀ ਆਪਾਂ ਹਾਲ ਆਪਾਂ ਬਾਕੀ ਸਾਰੇ ਸਵਾਦ ਇਕੱਠੇ ਕਰੀ ਜਾਂਦੇ ਹਾਂ ਨਾਮ ਅਤੇ ਬਾਣੀ ਦੀ ਜਗ੍ਹਾ ਨਹੀਂ ਰਹੀ ਫਿਰ ਮਹਾਰਾਜ ਕਹਿੰਦਾ ਆ ਉਹੀ ਲਫ਼ਜ਼ ਐਕਸੈਪਟ ਐਕਸੈਪਟੇਬਲ ਆ ਉਹੀ ਲਫ਼ਜ਼ ਬੋਲੋ ਜਿਹਦੇ ਨਾਲ ਤੁਹਾਡਾ ਸਤਿਕਾਰ ਵਧੇ ਗਲਤ ਲਫ਼ਜ਼ ਬਲਤਨ ਨਾਲ ਹਾਰਸ਼ ਵਰਡਸ ਬ੍ਰਿੰਗ ਆਉਣੀ ਗਰੀਫ ਗਲਤ ਲਫ਼ਜ਼ ਬਲਤਨ ਨਾਲ ਤੁਹਾਨੂੰ ਸਿਰਫ ਦੁੱਖ ਹੀ ਮਿਲਣਾ ਹੈ ਮਹਾਰਾਜ ਕਹਿੰਦਾ ਕਿ ਮੇਰਾ ਮਨ ਸਮਝ ਲਾ ਇਸ ਤੋਂ ਬਾਅਦ ਗੱਲ ਕਰਨ ਦੀ ਲੋੜ ਕੀ ਹੈ ਡਸ ਆ ਮੇਕ ਸੈਂਸ ਇਹ ਆਪਣਾ ਅਸੂਲ ਬਣਾ ਲਓ ਕਿ ਜਦੋਂ ਮੈਂ ਉਹ ਲਫ਼ਜ਼ ਮੈਂ ਜੀ ਵਰਤਨੀ ਆ ਉਹੀ ਚੀਜ਼ ਲਈ ਵਰਤਨੀ ਜਿਹਦੇ ਨਾਲ ਮੇਰਾ ਸਤਿਕਾਰ ਵਧੇ ਜੇ ਨਹੀਂ ਕਰ ਸਕਦੇ ਆ ਤਾਂ ਬੋਲਣਾ ਨਹੀਂ ਹੈਗਾ ਕਮ ਸੇ ਕਮ ਤੁਸੀਂ ਮਾਰਾ ਕਰਮ ਤਾਂ ਨਹੀਂ ਉੱਤੇ ਆਪਣੇ ਸਿਰ ਤੇ ਪਾ ਰਹੇ ਤੁਸੀਂ ਆਪਣੇ ਕੋਈ ਚੰਗੇ ਕਰਮ ਹੀ ਕਰ ਰਹੇ ਫਿਰ ਮਹਾਰਾਜ ਕਹਿੰਦੇ ਵਿਜ਼ਡਮ ਗਿਆਨ ਸਤਕਾਰ ਹੋਨਾ ਐਂਡ ਵੈਲਥ ਆਰ ਇਨ ਦ ਲੈਪਸ ਆਫ ਦੋਸ ਹੂਸ ਹਾਰਟਸ ਰਿਮੇਨ ਪਰਮੀਏਟਡ ਇਨ ਦ ਲੋਰਡ ਗਿਆਨ ਸਤਕਾਰ ਧਨ ਉਹਨਾਂ ਦੇ ਵਿੱਚ ਆਉਂਦਾ ਹੈ ਜਿਹੜੇ ਨਾਮ ਜਪਦੇ ਵਾਟ ਪ੍ਰਾਈਸ ਕੈਨ ਬੀ ਆਫਰਡ ਟੂ ਦਮ ਵਾਟ ਅਦਰ ਅਡੋਰਨਮੈਂਟਸ ਕੈਨ ਬੀ ਬੈਸਟੋਡ ਔਨ ਦਮ ਆਰ ਨੋਟ ਇਟ ਦੋਸ ਹੂ ਲੈਕ ਦ ਗਲਾਂਸ ਆਫ ਦ ਗ੍ਰੇਸ ਆਫ ਦ ਚੈਰਿਸ਼ ਵਿਲ ਨੈਵਰ ਨੀਦਰ ਵਾਹਿਗੁਰੂ ਗਲਾਂਸ ਆਫ ਦ ਗ੍ਰੇਸ ਚੈਰਿਸ਼ ਨੀਦਰ ਚੈਰਿਟੀ ਨੋ ਦ ਲੋਰਡਸ ਨੇਮ ਜਿਹੜੇ ਲੋਕ ਇਦਾਂ ਦੇ ਸਤਿਕਾਰ ਦੇ ਨਾਲ ਨਹੀਂ ਬੋਲਦੇ
ਔਰ ਨਾ ਕਦੀ ਗੁਰੂ ਵੱਲ ਗੁਰੂ ਜੀ ਨੇ ਉਹਨਾਂ ਨਾਲ ਦੇਖਣਾ ਆ ਨਾ ਉਹਦੇ ਦੁਨੀਆਂ 'ਚ ਕਦੀ ਉਹਨਾਂ ਦਾ ਸਤਿਕਾਰ ਹੋਣਾ ਹੈ ਬਹੁਤ ਡਾਇਰੈਕਟ ਗੁਰੂ ਨਾਨਕ ਦੇਵ ਜੀ ਤੁਹਾਡੇ ਨਾਲ ਗੱਲ ਕੀਤੀ ਹੈ ਨਾ ਆਪਣੇ ਸਾਰਿਆਂ ਦੇ ਨਾਲ ਸਿੰਸੇਰਿਟੀ ਐਂਡ ਸਵੀਟ ਵਰਡਸ ਮਹਾਰਾਜ ਕਹਿੰਦੇ ਆ ਜੇ ਤੁਸੀਂ ਬੋਲਣਾ ਆ ਕਿੱਦਾਂ ਬੋਲਣਾ ਨਿਮਰਤਾ ਨਾ ਬੋਲੋ ਸਿੰਸੇਰਿਟੀ ਨਾ ਬੋਲੋ ਤੁਹਾਡੇ ਬੱਚੇ ਵੀ ਤੁਹਾਡੇ ਤੋਂ ਇਹੀ ਆਸ ਕਰਦੇ ਆ ਮਹਾਰਾਜ ਕਹਿੰਦੇ ਮੇਰੀ ਅਰਦਾਸ ਹੀ ਇਹੀ ਆ ਕਿ ਹਰੇਕ ਚੀਜ਼ ਮਿੱਠੇ ਬੋਲਣ ਨਾਲ ਮਿੱਠੇ ਬਚਨ ਨਾਲ ਐਂਡ ਦੋਸ ਗੁਰਮੁਖ ਸੁ ਜਪ ਨਾਮ ਜਿਹੜੇ ਗੁਰਸਿੱਖ ਨਾਮ ਜਪਦੇ ਆ ਮਿੱਠੇ ਬੋਲਦੇ ਆ ਆਟੋਮੈਟਿਕਲੀ ਉਹਨਾਂ ਦੇ ਏਜਿੰਗ ਪ੍ਰੋਸੈਸ ਉਹ ਇੰਨੀ ਜਿਹੜੀ ਮਾੜੀ ਡਿਪਰੈਸ਼ਨ ਵਾਲੀ ਚੀਜ਼ ਆ ਉਹ ਉਹਨਾਂ ਤੋਂ ਦੂਰ ਹੋਣ ਲੱਗ ਪੈਂਦੀ ਆ ਉਹ ਖੁਸ਼ ਹੋਣ ਲੱਗ ਪੈਂਦੇ ਆ ਸਾਫ਼ ਦਿਲ ਵਾਲੇ ਹੋ ਜਾਂਦੇ ਆ ਹਸਮੁੱਖ ਹੋ ਜਾਂਦੇ ਆ ਬਿਕੋਜ਼ ਇਹ ਪ੍ਰੋਸੈਸ ਆ ਉਹ ਕਰਮ ਲੈ ਗਏ ਹੁਣ ਉਹ ਹਸਮੁੱਖ ਹੋ ਗਿਆ ਫੋਲੋ ਦ ਗੁਰੂ ਟੀਚਿੰਗਸ ਦਿਸ ਇਜ਼ ਵੈਰੀ ਇੰਪੋਰਟੈਂਟ ਜੇ ਅਸੀਂ ਆਪਣੇ ਅੱਖਾਂ ਨਾਲ ਸਾਨੂੰ ਦੁਨੀਆ ਸੁੰਦਰ ਲੱਗਦੀ ਹੈ ਜੇ ਤੁਸੀਂ ਨਾਮ ਜਪਦੇ ਆ ਸਾਰੀ ਦੁਨੀਆ ਤੁਹਾਨੂੰ ਸੁੰਦਰ ਦਿਸਣ ਲੱਗ ਪੈਂਦੀ ਆ ਇੱਕ ਦੂਜੇ ਤੁਹਾਨੂੰ ਗੁਰੂ ਦਿਸਣ ਲੱਗ ਪੈਂਦਾ ਆ ਜੇ ਤੁਹਾਨੂੰ ਇਦਾਂ ਦੀ ਦੁਨੀਆ ਤੁਹਾਨੂੰ ਦਿਸਦੀ ਆ ਯੂ ਸੀ ਅ ਬਿਊਟੀਫੁਲ ਵਰਲਡ ਫਿਰ ਤੁਹਾਡੇ ਅੰਦਰ ਵੀ ਤੁਹਾਨੂੰ ਬਿਊਟੀ ਦਿਸਣ ਲੱਗ ਪੈਂਦੀ ਆ ਤੁਹਾਡੇ ਆ ਵੈਸਲ ਦੇ ਵਿੱਚ ਵੀ ਤੁਹਾਨੂੰ ਬਿਊਟੀ ਦਿਸਣ ਲੱਗ ਪੈਂਦੀ ਆ ਦੂਸਰਿਆਂ ਦੇ ਵੈਸਲ ਦੇ ਵਿੱਚ ਤੁਹਾਨੂੰ ਬਿਊਟੀ ਦਿਸਣ ਲੱਗ ਪੈਂਦੀ ਆ ਜਿਹੜੇ ਬੰਦਾ ਇਦਾਂ ਦਾ ਆ ਉਹ ਉਹਨਾਂ ਨੂੰ ਉਹਦੇ ਬੰਦੇ ਬਣ ਜਾਂਦੇ ਆ ਜੇ ਅੰਦਰੋਂ ਤੁਸੀਂ ਬਿਊਟੀਫੁਲ ਆ ਤਾਂ ਫਿਰ ਬਾਹਰ ਕੀ ਨਿਕਲਣਾ ਉਹ ਵੀ ਬਿਊਟੀਫੁਲ ਚੀਜ਼ਾਂ ਨਿਕਲਣੀਆਂ ਗਿਆਨ ਵਾਲੀਆਂ ਗੱਲਾਂ ਹੁਕਮ ਵਾਲੀਆਂ ਗੱਲਾਂ ਤੁਹਾਡੇ ਵਿੱਚੋਂ ਨਿਕਲਣੀਆਂ ਜਿਹੜਾ ਬੰਦਾ ਅੰਦਰੋਂ ਉਹਦਾ ਮਾਇੰਡ ਪੋਲੂਟਿਡ ਆ ਬਾਹਰ ਉਹਦੇ ਮੂੰਹ ਵਿੱਚ ਵੀ ਪੋਲੂਸ਼ਨ ਨਿਕਲਣੀ ਸੋ ਆਲ ਅਬਾਊਟ ਦ ਵੇ ਵੀ ਸਪੀਕ ਇੱਕ ਵਾਰੀ ਸਾਨੂੰ ਇੱਕ ਸੌਥਾਲ ਭਾਈ ਸਾਹਿਬ ਦਾਸ ਇੱਕ ਘਰ ਦੇ ਵਿੱਚ ਉਹ ਸਾਨੂੰ ਲੈ ਗਏ ਸੰਗਤ ਬਹੁਤ ਸਤਿਕਾਰ ਕਰਦੀ ਹੈ ਕਹਿੰਦੇ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਅਸੀਂ ਵਾਰ ਵਾਰ ਕਹਿੰਦੇ ਹਾਂ ਅਸੀਂ ਨਾ ਅਸੀਂ ਕੋਈ ਸੰਤ ਬਾਬੇ ਆ ਨਾ ਅਸੀਂ ਕਿਸੇ ਪ੍ਰਸ਼ਾਦਾ ਛਕਣਾ ਆ ਪਰ ਕਈ ਲੋਕ ਉਹ ਕੁਛ ਕਰਦੇ ਆ ਉਸ ਘਰ ਦੇ ਵਿੱਚ ਚੱਲ ਗਏ ਕਦੀ ਨੌਂ ਨੇ ਖਾਣਾ ਲਿਆਉਣਾ ਕਦੀ ਸੱਸ ਨੇ ਖਾਣਾ ਲਿਆਉਣਾ ਮੈਂ ਤਾਂ ਸੋਚਿਆ ਪੋਲਾਈਟ ਆ ਭਾਈ ਸਾਹਿਬ ਜਦੋਂ ਤੁਸੀਂ ਭਾਈ ਸਾਹਿਬ ਦੇ ਵਿਚਾਰ ਦੇਖਣੇ ਆ ਸਾਰੇ ਹਫ਼ਤੇ ਤੁਹਾਡੇ ਕੋਲ ਹੀ ਆ ਇੱਥੇ ਕ੍ਰੈਗੀ ਬੋਨ ਗੁਰਦੁਆਰੇ ਤੁਸੀਂ ਦੇਖਣਾ ਭਾਈ ਸਾਹਿਬ ਕਾਫ਼ੀ ਡਾਇਰੈਕਟ ਆ ਭਾਈ ਸਾਹਿਬ ਨੇ ਕਿਹਾ ਆ ਜਾਓ ਇੱਥੇ ਬੈਠੋ ਬੈਠੋ ਮੇਰੇ ਕੋਲ ਉਹ ਕਹਿੰਦੇ ਮੇਰੇ ਵਿੱਚ ਤੁਹਾਨੂੰ ਕੀ ਦੱਸਦਾ ਹੈ ਉਹ ਕਹਿੰਦੇ ਗੁਰਸਿੱਖ ਦੱਸਦਾ ਹੈ ਉਹ ਕਹਿੰਦੇ ਇਹਦੇ ਵਿੱਚ ਤੁਹਾਨੂੰ ਕੀ ਦੱਸਦਾ ਹੈ ਕਹਿੰਦੇ ਤੈਨੂੰ ਇਹਦੇ ਵਿੱਚ ਕੀ ਦੱਸਦਾ ਹੈ ਤੁਹਾਨੂੰ ਸਾਡੇ ਵਿੱਚ ਗੁਰਸਿੱਖ ਦੱਸਦਾ ਹੈ ਤੁਹਾਨੂੰ ਇੱਕ ਦੂਜੇ ਦੇ ਵਿੱਚ ਗੁਰਸਿੱਖ ਨਹੀਂ ਦੱਸਦਾ ਸਾਡੀ ਸੇਵਾ ਜਿੰਨੀ ਮਰਜ਼ੀ ਕਰੋ ਜੇ ਤੁਹਾਨੂੰ ਇੱਕ ਦੂਜੇ ਦੇ ਵਿੱਚ ਗੁਰਸਿੱਖ ਨਹੀਂ ਦੱਸਦਾ ਤਾਂ ਤੁਹਾਡਾ ਤਾਂ ਹੀ ਘਰ ਦਾ ਹਾਲ ਆ ਆਪਾਂ ਨੂੰ ਇੱਕ ਦੂਜੇ ਦੇ ਵਿੱਚ ਗੁਰੂ ਨਹੀਂ ਦੱਸਦਾ ਗੁਰਦੁਆਰੇ ਆ ਕੇ ਅਸੀਂ ਇੱਦਾਂ ਸੇਵਾ ਕਰਦੇ ਹਾਂ ਕਿੱਦਾਂ ਅਸੀਂ ਬਹੁਤ ਗੁਰਮੁਖ ਹਾਂ ਭਾਂਡੇ ਇੱਦਾਂ ਸੇਵਾ ਕਰਦੇ ਹਾਂ ਕਿੱਦਾਂ ਅਸੀਂ ਬਹੁਤ ਸੇਵਾ ਕਰਦੀ ਘਰ ਜਾ ਕੇ ਭਾਂਡੇ ਚੱਕਣੇ ਨਹੀਂ ਹੈਗੇ ਕਿ ਸਾਰੇ ਘਰ ਦੇ ਵਿੱਚ ਉਹ ਨਹੀਂ ਗੁਰਸਿੱਖ ਹੈਗੇ ਉਹ ਨਹੀਂ ਸੇਵਾ ਕਰਨੀ ਉਹਨਾਂ ਦੀ ਤੁਹਾਡੇ ਬੱਚੇ ਦੇਖ ਰਹੇ ਆ ਤੁਹਾਡੇ ਤੁਹਾਡੇ ਬੱਚੇ ਸੋਚ ਰਹੇ ਆ ਸਾਰੇ ਇੱਕ ਦੂਜੇ ਨੂੰ ਗੁਰਸਿੱਖ ਸਮਝਣ ਘਰ ਦੇ ਵਿੱਚ ਗੁਰਸਿੱਖੀ ਦਾ ਮਾਹੌਲ ਬਣ ਜਾਂਦਾ ਹੈ ਸਾਰੇ ਇੱਕ ਦੂਜੇ ਦੀ ਸੇਵਾ ਕਰਨ ਇੱਕ ਵਾਰੀ ਮੈਂ ਉੱਥੇ ਸਾਡੇ ਕੋਲ ਸਿੰਘ ਆ ਭਾਈ ਸੋਹਣ ਸਿੰਘ ਉਹ ਪੰਜਾਂ ਸੇਵਾ ਕਰਦਾ ਬਹੁਤ ਉੱਚਾ ਜੀਵਨ ਵਾਲਾ ਸਿੰਘ ਆ ਉਸ ਬਹੁਤ ਸਿਮਰਨ ਭਗਤੀ ਵਾਲਾ ਸਿੰਘ ਆ ਮੈਂ ਉਹਨਾਂ ਦੇ ਘਰ ਗਿਆ ਉਹ ਮੈਂ ਦੇਖਿਆ ਉਹ ਆਪਣੇ ਪੋਤੇ ਦੇ ਨੈਪੀ ਚੇਂਜ ਕਰਦੇ ਮੈਂ ਕਿਹਾ ਭਾਈ ਸਾਹਿਬ ਤੁਸੀਂ ਇੰਨੇ ਗੁਰਸਿੱਖ ਆ ਤੁਸੀਂ ਨੈਪੀ ਚੇਂਜ ਕਰਦੇ ਇੱਥੇ ਕੋਈ ਹੋਰ ਨਹੀਂ ਹੈਗੀ ਮਦਦ ਨਹੀਂ ਹੈਗੀ ਉਹ ਕਹਿੰਦਾ ਪੁੱਤ ਇੱਦਾਂ ਨਹੀਂ ਹੈਗਾ ਉਹ ਕਹਿੰਦਾ ਇਹ ਗੁਰਸਿੱਖ ਆ ਮੈਂ ਇਹਦੀ ਸੇਵਾ ਕਰ ਰਿਹਾ ਮੈਂ ਇਹਦੀ ਸੇਵਾ ਕਰਦੇ ਹੋਰ ਕਿਸਮ ਦੇ ਨਹੀਂ ਆ ਪਰ ਅਸੀਂ ਬੱਚੇ ਨੂੰ ਗੁਰਸਿੱਖ ਨਹੀਂ ਸਮਝਦੇ ਅਸੀਂ ਸੋਚਦੇ ਸਾਡਾ ਬੱਚਾ ਆ ਉਹ ਕਹਿੰਦਾ ਅੱਜ ਇਹ ਮੇਰੀ ਸੇਵਾ ਆ ਮੈਂ ਗੁਰਸਿੱਖ ਦੀ ਸੇਵਾ ਕਰ ਰਿਹਾ ਇੱਦਾਂ ਸਾਰੇ ਆਪਣੇ ਪਰਿਵਾਰ ਦੇ ਵਿੱਚ ਜਿਹਨੂੰ ਗੁਰਸਿੱਖ ਸਮਝਣ ਆਪਣੇ ਤੁਹਾਡੇ ਘਰ 'ਚ ਪਿਆਰ ਆ ਜਾਣਾ ਇੱਦਾਂ ਦੀਜ਼ ਆਰ ਲੈਸਨਸ ਵੀ ਨੀਡ ਟੂ ਲਰਨ ਸੋ ਗੁਰੂ ਵਿਲ ਵਾਈਪ ਆਫ ਜਿੰਨੇ ਵੀ ਤੁਹਾਡੇ ਮਾਰੇ ਚੀਜ਼ਾਂ ਆ ਜਿੰਨੀ ਵੀ ਉਹ ਚਲਾਕੀਆਂ ਵਾਲੀਆਂ ਗੱਲਾਂ ਆ ਜਿੰਨੇ ਵੀ ਉਹ ਹਥਿਆਰ ਵਾਲੀਆਂ ਜੀਵ ਨੂੰ ਵਰਤੀ ਜਾਣਾ ਆ ਗੁਰੂ ਸਾਹਿਬ ਸਾਰਾ ਸਾਫ਼ ਮਾਫ਼ ਕਰਨ ਨੂੰ ਤਿਆਰ ਆ ਜੇ ਤੁਸੀਂ ਆਪਣੇ ਬਿਹੇਵੀਅਰ ਚੇਂਜ ਕਰਨ ਨੂੰ ਤਿਆਰ ਤੁਸੀਂ ਹੁਣ ਸਿਮਰਨ ਵਾਲੇ ਬਣੋ ਹੁਣ ਬੰਦਗੀ ਵਾਲੇ ਬਣੋ ਇੱਦਾਂ ਦਾ ਕੈਰੇਕਟਰਿਸਟਿਕ ਆਪਣੇ ਲਾਈਫ 'ਚੋਂ ਕੱਢੋ ਜੇ ਹੁਣ ਇਹ ਕੈਰੇਕਟਰਿਸਟਿਕ ਆਪਣੇ ਲਾਈਫ 'ਚ ਕੱਢ ਸਕਦੇ ਹਾਂ ਇਸ ਤੋਂ ਬੈਟਰ ਗਿਫਟ ਤੁਸੀਂ ਆਪਣੇ ਬੱਚਿਆਂ ਨੂੰ ਦੇ ਨਹੀਂ ਸਕਦੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਮੇਰੇ ਪੇਰੈਂਟਾਂ ਨੇ ਕਦੀ ਆਹ ਕੀ ਨਹੀਂ ਕੀਤਾ ਉਹਨਾਂ ਨੇ ਮੈਨੂੰ ਇੱਕ ਗਿਫਟ ਦਿੱਤੀ ਆ ਕਿ ਪੁੱਤ ਤੂੰ ਕਦੀ ਆਹ ਕੀ ਨਹੀਂ ਕਰਨਾ ਮੀ ਐਂਡ ਮਾਈ ਵਾਈਫ ਅਸੀਂ ਕਦੀ ਆਹ ਕੀ ਨਹੀਂ ਕਰਦੇ ਮਾਈ ਬ੍ਰਦਰ ਭਾਬੀ ਆਹ ਕੀ ਨਹੀਂ ਕਰਦੇ ਸਾਡੇ ਘਰ 4 ਜਨਰੇਸ਼ਨ ਰਹਿ ਰਹੇ ਆ ਪਿਆਰ ਨਾਲ ਰਹਿ ਰਹੇ ਆ ਬੱਚਿਆਂ ਨੂੰ ਹੋਰ ਬੈਟਰ ਗਿਫਟ ਤੁਸੀਂ ਕੀ ਦੇ ਸਕਦੇ ਹਾਂ ਇਹ ਘਰ ਦਾ ਮਾਹੌਲ ਜਿੱਥੇ ਉਹਨਾਂ ਕੋਲ 4 ਡਿਫਰੈਂਟ ਟਾਈਪਸ ਆਫ ਪੇਰੈਂਟਸ ਆ
ਜਿਹੜੇ ਆਲ ਦ ਟਾਈਮ ਉਹਨਾਂ ਦਾ ਖਿਆਲ ਰੱਖ ਰਹੇ ਹੈ ਦੈਟਸ ਅ ਗਿਫਟ ਇਟਸ ਅ ਗਿਫਟ ਆਫ ਵਿਜ਼ਡਮ ਅ ਗਿਫਟ ਆਫ ਗਿਆਨ ਅ ਗਿਫਟ ਆਫ ਅਭਿਆਸ ਬਿਕੋਜ਼ ਕਿੰਨੇ ਲੋਕ ਆ ਘਰ ਦੇ ਵਿੱਚ ਜਿਹੜੇ ਬੱਚਿਆਂ ਨੂੰ ਟਾਈਮ ਦੇ ਰਹੇ ਹੈ ਤੁਹਾਡੇ ਬੱਚਿਆਂ ਨੂੰ ਕੌਣ ਟਾਈਮ ਦੇ ਰਿਹਾ ਟੈਲੀ ਦੇ ਰਿਹਾ ਸਟਾਰ ਟੀਵੀ ਦੇਖ ਰਿਹਾ ਕਈ ਬੀਬੀਆਂ ਸਟਾਰ ਟੀਵੀ ਦੇਖਣੋਂ ਨਹੀਂ ਹਟ ਜਾਂਦੀਆਂ ਸਾਡੇ ਉੱਥੇ ਇੰਗਲੈਂਡ ਦੇ ਵਿੱਚ ਸਟਾਰ ਟੀਵੀ ਲੋਕ ਬਹੁਤ ਦੇਖਦੇ ਸੀ ਹੁਣ ਸਿੱਖ ਚੈਨਲ ਸ਼ੁਰੂ ਹੋ ਗਈ ਸੰਗਤ ਟੀਵੀ ਹੁੰਦੀ ਸਟਾਰ ਟੀਵੀ ਨੂੰ ਕੋਈ ਦੇਖਣਾ ਨਹੀਂ ਹੁੰਦਾ ਸਾਰੇ ਚੈਨਲਾਂ ਨੂੰ ਦੇਖਦੇ 24 hours ਕੰਟੀਨਿਊਸ ਪ੍ਰਚਾਰ ਚੱਲਦਾ ਹੈ ਪਰ ਕਈ ਬੱਚੇ ਕਈ ਪਰਿਵਾਰ ਇੱਦਾਂ ਦੇ ਹੁੰਦੇ ਆ ਉਹ ਸਟਾਰ ਟੀਵੀ ਦੇਖਦੇ ਆ ਹੁਣ ਜੇ ਤੁਸੀਂ ਆ ਨਾਟਕਾਂ ਦੇਖੋ ਹੈ ਨਾ ਪਹਿਲੀ ਚੀਜ਼ ਆ ਉਹਦੇ 'ਚ ਬੀਬੀਆਂ ਜ਼ਿਆਦਾ ਆ ਤੁਸੀਂ ਨੋਟ ਕੀਤਾ ਜਾਂ ਨਹੀਂ ਫਿਰ ਉਹ ਸਾਰੀਆਂ ਵਿਹਲੀਆਂ ਹੁੰਦੀਆਂ ਆ ਹੈ ਨਾ ਹੁਣ ਇੱਥੇ ਘਰਾਂ 'ਚ ਕਿੰਨੀਆਂ ਬੀਬੀਆਂ ਵਿਹਲੀਆਂ ਹੁੰਦੀਆਂ ਆ ਫਿਰ ਵਿਹਲੀਆਂ ਹੋ ਕੇ ਕੀ ਕਰਦੀਆਂ ਚਲਾਕੀਆਂ ਕਰੀ ਜਾਂਦੀਆਂ ਆ ਤੁਸੀਂ ਉਹ ਚਲਾਕੀਆਂ ਦੇਖੀ ਜਾਂਦੇ ਆ ਉਹ ਤੁਹਾਡੇ ਮਨ ਦੇ ਵਿੱਚ ਅਬਜ਼ੋਰਬ ਹੋਈ ਜਾਂਦਾ ਤੁਹਾਡੇ ਬੱਚੇ ਵੀ ਉੱਥੇ ਦੇਖਦੇ ਆ ਜੇ ਮਾਂ ਦੇ ਬੱਚੇ ਨੇ ਰੌਲਾ ਪਾਉਂਦਾ ਤੁਸੀਂ ਚੁੱਪ ਦੇਖੇ ਮੈਂ ਨਾਟਕ ਦੇਖਣਾ ਤੈਨੂੰ ਪਤਾ ਨਹੀਂ ਨਾਟਕ ਦੇਖਣਾ ਹੈ ਨਾ ਬੱਚੇ ਨੂੰ ਵੀ ਫੋਰਸ ਕਰਦੇ ਉਹ ਵੀ ਨਾਟਕ ਦੇਖੀ ਜਾਵੇ ਬੱਚਾ ਵੀ ਅਬਜ਼ੋਰਬ ਕਰੀ ਜਾਂਦਾ ਹੈ ਉਹਦੇ ਮਾਇੰਡ ਵਿੱਚ ਉਹ ਚਲਾਕੀਆਂ ਇਹਨੇ ਇੱਥੇ ਇਹ ਕਹਿਤਾ ਟਰਨ 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 ਇਹਨੇ ਇੱਥੇ ਇਹ ਕਹਿਤਾ ਟਰਨ 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 ਇੰਨੇ ਡਰਮੈਟਿਕ ਸੀਨਸ ਹੋ ਜਾਂਦੇ ਆ ਤੁਸੀਂ ਨੋਟਿਸ ਨਹੀਂ ਕਰਦੇ ਹੌਲੀ ਹੌਲੀ ਤੁਹਾਡਾ ਬੱਚਿਆਂ ਦੀ ਲਾਈਫ ਉਹਨਾਂ ਕੈਰੇਕਟਰਿਸਟਿਕ ਇੱਦਾਂ ਦੇ ਬਣ ਜਾਂਦੇ ਆ ਅਤੇ ਬਾਅਦ ਤੁਸੀਂ ਦੇਖਣਾ ਤੁਸੀਂ ਨਾਟਕ ਦੇਖਦੇ 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 ਤੁਹਾਡਾ ਘਰ ਵੀ ਨਾਟਕ ਬਣ ਗਿਆ ਬਿਕੋਜ਼ ਜਿਹੜੀਆਂ ਚੀਜ਼ਾਂ ਉਹ ਨਾਟਕ 'ਚ ਹੋ ਰਹੀਆਂ ਚਲਾਕੀਆਂ ਉਹ ਤੁਹਾਡੇ ਘਰ 'ਚ ਹੋਣ ਲੱਗ ਪਈਆਂ ਉਹੀ ਬੋਲਣ ਦਾ ਤਰੀਕਾ ਉਹੀ ਗ੍ਰਹਿਣੀ ਬਹਿਣੀ ਸਾਰਾ ਕੁਛ ਤੁਹਾਡੇ ਘਰ 'ਚ ਹੋਣ ਲੱਗ ਪੈਣਾ ਹੈ ਬਾਅਦ 'ਚ ਤੁਸੀਂ ਰੋਣਾ ਹੈ ਸੋਚੋ ਇਸ ਚੀਜ਼ਾਂ ਬਾਰੇ ਸੋ ਕਮਿੰਗ ਬੈਕ ਟੂ ਚਿਲਡਰਨ ਸਮਾਂ ਕਾਫੀ ਹੋ ਗਿਆ ਆ ਵਿਚਾਰਾਂ ਕਾਫੀ ਹੋ ਗਏ ਵਾਪਸ ਬੱਚਿਆਂ 'ਤੇ ਲਿਆ ਕੇ ਬਹੁਤ ਅੱਛਾ ਨਾ ਜੀ ਤੁਸੀਂ ਸੋਚਦੇ ਆ ਕਿ ਤੁਹਾਡੇ ਬੱਚੇ ਫੇਸ ਕਰ ਰਹੇ ਇੱਥੇ ਵੈਸਟ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਜਨਮ ਆ ਉਹ ਕਿਹੜੇ ਚੈਲੰਜਸ ਫੇਸ ਕਰਦੇ ਆ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੀ ਸਲੂਸ਼ਨ ਲੱਭਣ ਲਈ ਬਿਕੋਜ਼ ਸਾਡੇ ਉੱਥੇ ਬੱਚੇ ਇਹ ਆ ਕਿ ਵੀ ਆਰ ਨਾਓ ਦ ਨੈਕਸਟ ਜਨਰੇਸ਼ਨ ਅਤੇ ਅਸੀਂ ਪ੍ਰੋਫੈਸ਼ਨਲਾਈਜ਼ ਹੋ ਗਏ ਅਸੀਂ ਖਾਲਸਾ ਕੈਂਪ ਕਰਦੇ ਹਾਂ ਸਾਡੇ ਕੋਲ 24 hour ਟੀਵੀ ਆ ਸਾਡੇ ਕੋਲ ਜਿੱਥੇ ਸਾਡੇ ਕੋਲ 5-6 ਸੀਗੇ ਅੰਮ੍ਰਿਤਧਾਰੀ ਪ੍ਰੋਫੈਸ਼ਨਲ ਨੌਜਵਾਨ ਅਸੀਂ 10 years 'ਚ ਉਹਨਾਂ ਨੂੰ 3000 ਬਣਾਤਾ ਤਾਂ ਹੀ ਸਾਡੇ ਕੋਲ ਵੀ ਟੀਵੀ ਚੈਨਲਸ ਤਾਂ ਹੀ ਸਾਡੇ ਕੋਲ ਦਾਸ ਨੇ ਆਪ ਪ੍ਰਾਈਮ ਮਿਨਿਸਟਰ ਦੀ ਇੰਟਰਵਿਊ ਕੀਤੀ ਤੁਸੀਂ ਯੂਟਿਊਬ 'ਤੇ ਦੇਖ ਸਕਦੇ ਹੋ ਵੀ ਡਾਇਰੈਕਟਲੀ ਟੋਕ ਇਨ ਪਾਰਲੀਮੈਂਟ ਅਸੀਂ ਪੋਲਿਸੀਆਂ ਚੇਂਜ ਕੀਤੀਆਂ ਹੈ ਅਸੀਂ ਸਾਰਾ ਯੂਰਪ ਨੂੰ ਕਵਰ ਕਰਦੇ ਹਾਂ ਹੁਣ ਇੱਥੇ ਬਾਹਰ ਵੀ ਆਉਣ ਲੱਗ ਪਏ ਹਾਂ ਵਾਈ ਬਿਕੋਜ਼ ਅਸੀਂ ਆਪਣੀ ਕੌਮ ਨੂੰ ਪ੍ਰੋਫੈਸ਼ਨਲਾਈਜ਼ ਕਰਤੀ ਅਸੀਂ ਐਵਰੀ ਵੀਕ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਉੱਥੇ ਲੈਕਚਰ ਕਰਦੇ ਹਾਂ ਸਾਡੇ ਜਿਹੜੇ ਬੱਚੇ ਕਦੇ ਗੁਰਦੁਆਰੇ ਨਹੀਂ ਆਉਂਦੇ ਸੀ ਉਹ ਸਾਰੇ ਵਾਪਸ ਆ ਗਏ ਭਾਵੇਂ ਉਹਨਾਂ ਨੇ ਕੇਸ ਨਹੀਂ ਰੱਖੇ ਉਹ ਸਿੱਖੀ ਨਾਲ ਬਹੁਤ ਸਤਿਕਾਰ ਕਰਦੇ ਗੁਰਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਬਿਕੋਜ਼ ਦੇ ਸੀ ਵਿਜ਼ਡਮ ਦੇ ਸੀ ਗਿਆਨ ਵਾਟ ਆਰ ਯੂ ਸ਼ੋਇੰਗ ਟੂ ਯੋਰ ਚਿਲਡਰਨ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਕਹਿ ਰਹੇ ਹੋ ਕਈ ਲੋਕ ਕਹਿੰਦੇ ਆ ਕਿ ਨਹੀਂ ਸਾਡੇ ਬੱਚੇ ਕੇਸਕੀਆਂ ਨਾ ਬਣਨ ਸਾਡੀ ਕੁੜੀਆਂ ਕੇਸਕੀਆਂ ਨਾ ਬਣਨ ਉਹਨਾਂ ਦਾ ਬਾਅਦ 'ਚ ਵਿਆਹ ਨਹੀਂ ਹੋਣੇ ਮੈਂ ਤੁਹਾਨੂੰ ਇੱਕ ਚੀਜ਼ ਗਾਰੰਟੀ ਕਰਦਾ ਹਾਂ ਜੇ ਤੁਹਾਡੇ ਬੱਚਿਆਂ ਨੇ ਬਾਅਦ 'ਚ ਅੰਮ੍ਰਿਤ ਛੱਕ ਲਿਆ ਸਿੱਖੀ ਵੱਲ ਹੋ ਗਏ ਤੁਹਾਨੂੰ ਉਹਨਾਂ ਨੂੰ ਇੱਦਾਂ ਦੇ ਬੰਦੇ ਨਾਲ ਵਿਆਹ ਹੋਣਾ ਆ ਜਿਹੜਾ ਘਰ ਆ ਕੇ ਉਹਨਾਂ ਸ਼ਰਾਬ ਪੀ ਕੇ ਉਹਨਾਂ ਨੂੰ ਕੁੱਟਦਾ ਨਹੀਂ ਹੁੰਦਾ ਤੁਸੀਂ ਬੱਚੇ ਦਾ ਭਲਾ ਕਰ ਰਹੇ ਹੋ ਗੁਰੂ 'ਤੇ ਵਿਸ਼ਵਾਸ ਕਰੋ ਆਪਣੇ ਬੱਚਿਆਂ ਨੂੰ ਦੱਸੋ ਸਿੱਖੀ ਬਾਰੇ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਇਹ ਪਤਾ ਹੋਵੇ ਕਿ ਸਭ ਤੋਂ ਪ੍ਰੋਫੈਸ਼ਨਲ ਲੋਕ ਜਦੋਂ ਤੁਸੀਂ ਚੈਨਲ ਦੇਖੋਗੇ ਤੁਸੀਂ ਇੱਕ ਚੀਜ਼ ਰਿਅਲਾਈਜ਼ ਕਰੋਗੇ ਸਭ ਤੋਂ ਵਧੀਆ ਜੋਬਾਂ ਸਭ ਤੋਂ ਪ੍ਰੋਫੈਸ਼ਨਲ ਲੋਕ ਅੰਮ੍ਰਿਤਧਾਰੀ ਨੋਟਿਸ ਕਰਿਓ ਹਜੇ ਤੁਹਾਡੇ ਕੋਲ ਇੰਨਾ ਮਾਹੌਲ ਨਹੀਂ ਹੋਇਆ ਬਿਕੋਜ਼ ਹਜੇ ਤੁਸੀਂ ਇਹ ਕਹੀ ਜਾਂਦੇ ਆ ਕਿ ਅਸੀਂ ਜੇ ਕੇਸ ਕਤਲ ਕਰ ਲਏ ਸਾਨੂੰ ਜੋਬਾਂ ਮਿਲਣੀਆਂ ਹਜੇ ਤੁਸੀਂ ਆਪਣੀ ਰੈਪੂਟੇਸ਼ਨ ਨਹੀਂ ਬਣਾਈ ਪਰ ਤੁਸੀਂ ਬਣਾਉਣ ਨਾ ਬਣੀ ਆਪਣੇ ਕੌਮ ਨੂੰ ਪ੍ਰੋਫੈਸ਼ਨਲਾਈਜ਼ ਕਰੋ ਦੇਖੋ ਤੁਹਾਡੇ ਬੱਚੇ ਕੀ ਚੈਲੰਜ ਫੇਸ ਕਰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਵੱਧ ਤੋਂ ਵੱਧ ਭਗਤੀ ਕਰੋ ਘਰ 'ਚ ਆਪੇ ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਨਾ ਮਹਾਰਾਜ ਆਪੇ ਹੀ ਇਹਨਾਂ ਨੂੰ ਸਭ ਤੋਂ ਵਧੀਆ ਜੋਬਾਂ ਦੇਣੀਆਂ ਮਹਾਰਾਜ ਆਪੇ ਹੀ ਇਹਨਾਂ ਨੂੰ ਸਾਰਾ ਕੁਛ ਦੇਣਾ ਹੈ ਤੁਸੀਂ ਕੀ ਸੋਚਦੇ ਤੁਸੀਂ ਆਸਟ੍ਰੇਲੀਆ ਆਇਆ ਕਰ ਮਹਾਰਾਜ ਨੇ ਤੁਹਾਨੂੰ ਇੱਥੇ ਲਿਆਂਦਾ ਕਾਹਤੇ ਆ ਭਾਈ ਸਾਹਿਬ ਕਈ ਵਾਰੀ ਇਹ ਵਿਚਾਰ ਕਰਦੇ ਮਹਾਰਾਜ ਨੇ ਤੁਹਾਨੂੰ ਉਹ ਪੰਜਾਬ ਦੇ ਪਿੰਡਾਂ 'ਚੋਂ ਚੱਕ ਕੇ ਇੱਥੇ ਆਸਟ੍ਰੇਲੀਆ ਕਾਹਤੇ ਲਿਆਂਦਾ ਹੈ ਤੁਹਾਨੂੰ ਕੈਨੇਡਾ ਤਾਂ ਕਾਹਤੇ ਨਹੀਂ ਭੇਜਿਆ UK ਕਾਹਤੇ ਨਹੀਂ ਭੇਜਿਆ ਤੁਹਾਨੂੰ ਉੱਥੇ ਪੰਜਾਬ 'ਚ ਕਾਹਤੇ ਨਹੀਂ ਰਹਿਣ ਤਾਂ ਸਕਦਾ ਤੁਹਾਨੂੰ ਮਹਾਰਾਜ ਤਾਂ ਇੱਥੇ ਲਿਆਂਦਾ ਹੈ ਕਿ ਤੁਸੀਂ ਆਓਗੇ ਤੁਸੀਂ ਇੱਥੇ ਕੰਮ ਕਰੋਗੇ ਤੁਸੀਂ ਇੱਥੇ ਗੁਰਦੁਆਰੇ ਬਣਾਓਗੇ ਗੁਰਦੁਆਰੇ ਬਣਾਏ ਇੱਥੇ ਗੁਰੂ ਗ੍ਰੰਥ ਸਾਹਿਬ ਆਊਗਾ ਗੁਰੂ ਗ੍ਰੰਥ ਸਾਹਿਬ ਸਾਰੇ ਕੰਟਰੀਆਂ 'ਚ ਫੈਲੂਗਾ ਫਿਰ ਤੁਸੀਂ ਇੱਥੇ ਆ ਕੇ ਭਗਤੀ ਕਰੋਗੇ ਪਰ ਜੇ ਤੁਸੀਂ ਇੱਥੇ ਆ ਕੇ ਉਹੀ ਕੇਸ ਮਨਾ ਲਏ ਉਹੀ ਕੰਮ ਕਰੀ ਜਾਂਦੇ ਉਹੀ ਸ਼ਰਾਬਾਂ ਪੀਣੀਆਂ ਕਿ ਸਾਰੀ ਰਾਤ ਕੰਮ ਸਾਰਾ ਹਫ਼ਤੇ ਕੰਮ ਕਰਨਾ ਆ
ਫਰਾਈਡੇ ਸੈਚਰੇ ਸ਼ਰਾਬਾਂ ਪੀਣੀਆਂ, ਸੰਡੇ ਨੂੰ ਉਲਟੀ ਕਰੀ ਜਾਣੀ ਆ, ਜਦੋਂ ਗੋਰੇ ਕਰਦੇ ਆ ਉਹੀ ਆਦਤਾਂ, ਫਿਰ ਤੁਸੀਂ ਚੇਂਜ ਕੀ ਲਿਆਉਂਦਾ? ਜਿਹੜਾ ਪਿਛਲੇ ਤੁਹਾਡੇ 200 ਸਾਲ ਦਾ ਇਤਿਹਾਸ ਸੀ ਆਸਟ੍ਰੇਲੀਆ ਦਾ, ਉਹਦਾ ਚੇਂਜ ਤਾਂ ਕੋਈ ਹੋਇਆ ਨਹੀਂ ਹੈਗਾ। ਜਿਹੜਾ ਸਾਡਾ ਉੱਥੇ ਇੰਗਲੈਂਡ ਦਾ 2000 ਸਾਲ ਦਾ ਇਤਿਹਾਸ ਆ, ਉਹ ਚੇਂਜ ਤਾਂ ਕੋਈ ਹੋਇਆ ਨਹੀਂ, ਬਿਕੋਜ਼ ਤੁਸੀਂ ਸੇਮ ਆਦਤਾਂ ਗੋਰੀਆਂ ਵਾਲੀਆਂ ਲੈਣੀਆਂ। ਮਹਾਰਾਜ ਇਹ ਨਹੀਂ ਚਾਹੁੰਦਾ ਸੀਗਾ, ਮਹਾਰਾਜ ਚਾਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਇੱਥੇ ਆਵੇ, ਗੁਰਸਿੱਖ ਇੱਥੇ ਪੈਦਾ ਹੋਣ, ਲੋਕਾਂ ਨੂੰ ਪਤਾ ਲੱਗੇ ਕਿ ਨਹੀਂ ਸਾਰਾ ਹਫ਼ਤੇ ਕੰਮ ਕਰਕੇ ਫਰਾਈਡੇ ਸੈਚਰਡੇ ਨੂੰ ਸ਼ਰਾਬਾਂ ਨਹੀਂ ਪੀਣੀਆਂ, ਇਹਦੇ ਨਾਲ ਬੈਟਰ ਲਾਈਫ ਸਟਾਈਲ ਇਹ ਆ ਕਿ ਤੁਸੀਂ ਰਹਿਤ ਰੱਖੋ, ਮਾਸ ਨਾ ਛਕੋ, ਆਪਣੇ ਸਿਗਰਟ ਨਾ ਪੀਓ, ਸ਼ਰਾਬ ਨਾ ਪੀਓ, ਆਪਣੇ ਰਹਿਤ ਚ ਰਹੋ, ਗੋਰਿਆਂ ਨੂੰ ਦੱਸੋ ਆਹ ਬੈਟਰ ਲਾਈਫ ਸਟਾਈਲ ਆ, ਏਦਾਂ ਆਹ ਹੋਰ ਜੀਣ ਦਾ ਤਰੀਕਾ ਆ। ਹੌਲੀ ਹੌਲੀ ਗੋਰਿਆਂ ਨੂੰ ਪਤਾ ਲੱਗੇ ਨਾਮ ਕੀ ਚੀਜ਼ ਆ, ਤੁਹਾਡੇ ਬੱਚਿਆਂ ਨੂੰ ਪਤਾ ਲੱਗੇ ਨਾਮ ਕੀ ਚੀਜ਼ ਆ, ਹੌਲੀ ਹੌਲੀ ਤੁਸੀਂ ਸਾਰੀ ਆਸਟ੍ਰੇਲੀਆ ਦਾ ਇਤਿਹਾਸ ਬਦਲਦਾ ਰਹੋ। ਇਹ ਤੁਹਾਡੇ 'ਤੇ ਰਿਸਪੋਂਸੀਬਿਲਿਟੀ ਆ। ਗੁਰੂ ਸਾਹਿਬ ਨੇ ਤਾਂ ਹੀ ਤੁਹਾਨੂੰ ਲਿਆਂਦਾ ਆ, ਗੁਰੂ ਸਾਹਿਬ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਆਸਟ੍ਰੇਲੀਆ ਲਿਆਂਦਾ ਹੈ, ਤੁਹਾਨੂੰ ਤੁਸੀਂ ਘਰ ਮੰਗਦੇ ਸੀ ਮੈਂ ਤੁਹਾਨੂੰ ਘਰ ਦੇ ਦਿੱਤੇ, ਤੁਸੀਂ ਬੱਚੇ ਮੰਗਦੇ ਸੀ ਮੈਂ ਤੁਹਾਨੂੰ ਬੱਚੇ ਦੇ ਦਿੱਤੇ, ਤੁਸੀਂ ਗੱਡੀਆਂ ਮੰਗਦੇ ਤੁਹਾਨੂੰ ਗੱਡੀਆਂ ਦੇ ਦਿੱਤੀਆਂ, ਤੁਸੀਂ ਜੋਬ ਮੰਗਦੇ ਤੁਹਾਨੂੰ ਜੋਬ ਦੇ ਦਿੱਤੀ, ਜੋ ਵੀ ਤੁਸੀਂ ਮੰਗਦੇ ਸੀ ਮਹਾਰਾਜ ਨੇ ਤੁਹਾਨੂੰ ਦੇ ਦਿੱਤਾ। ਪਰ ਕੀ ਤੁਸੀਂ ਮਹਾਰਾਜ ਨੂੰ 10 ਮਿੰਟ ਦਿੱਤੇ? ਕੀ ਤੁਸੀਂ ਉਹਦੇ ਲਈ ਪਾਠ ਕੀਤਾ? ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲਿਆ? ਮਹਾਰਾਜ ਤੁਹਾਨੂੰ ਬੱਚੇ ਦਿੱਤੇ ਆ ਕਿ ਤੁਸੀਂ ਬੱਚਿਆਂ ਦੇ ਸਿਰਾਂ 'ਤੇ ਕੇਸ ਰੱਖੇ, ਉਹ ਬੱਚਿਆਂ ਨੂੰ ਇੰਨਾ ਵਧੀਆ ਪੜ੍ਹੇ ਲਿਖੇ ਗੁਰਸਿੱਖ ਬਣਾਏ ਕਿ ਸਾਰੀ ਦੁਨੀਆ ਦੇਖਣ ਕਿ ਏਦਾਂ ਦੇ ਗੁਰਸਿੱਖ ਹੋਣੇ ਚਾਹੀਦੇ ਆ, ਟੌਪ ਦੇ ਪਦਵੀਆਂ 'ਤੇ ਗੁਰਸਿੱਖ ਹੋਣੇ ਚਾਹੀਦੇ ਆ, ਸਾਰੇ ਲੋਕਾਂ ਨੂੰ ਪਤਾ ਹੋਵੇ ਗੁਰਸਿੱਖ ਹੈਗਾ ਹੀ ਹੁੰਦਾ ਹੈ। ਇਜ਼ ਪ੍ਰੋਫੈਸ਼ਨਲ, ਇਜ਼ ਯੰਗ, ਇਜ਼ ਆਰਟੀਕੂਲਰ, ਇਜ਼ ਇੰਟੈਲੀਜੈਂਟ, ਇਜ਼ ਅ ਵਿਜ਼ਨਰੀ ਆਫ ਦ ਫਿਊਚਰ, ਐਂਡ ਮੋਸਟ ਇੰਪੋਰਟੈਂਟਲੀ ਹੀ ਇਜ਼ ਹੰਬਲ ਐਂਡ ਇਜ਼ ਫੁੱਲ ਆਫ ਨਾਮ। ਏਦਾਂ ਦੇ ਆਪਣੇ ਬੱਚੇ ਹੋਣੇ ਚਾਹੀਦੇ ਆ, ਇਹੀ ਰਿਸਪੋਂਸੀਬਿਲਿਟੀ ਹੈ ਤੁਹਾਡੇ ਉੱਤੇ। ਸੋ ਆਸਕ ਦੀਸ ਕੁਐਸਚਨਸ ਟੂ ਯੂਰਸੈਲਫ। ਆਰ ਪੇਰੈਂਟਿੰਗ ਦ ਰੂਲਸ? ਫਰਸਟਲੀ ਅਵੋਇਡ ਹਾਰਸ਼ ਡਿਸਿਪਲਿਨ। ਬੱਚਿਆਂ ਨੂੰ ਮੈਂ ਤੁਹਾਨੂੰ ਵੈਸਟਰਨ ਸਾਈਕੋਲੋਜੀ ਨਾਲ ਦੱਸ ਰਿਹਾ, ਕਦ ਅਸੀਂ ਵੈਸਟ ਦੇ ਵਿੱਚ ਜੰਮੇ ਹਾਂ, ਜਿਹੜੇ ਪੰਜਾਬੀ ਮੈਂਟੈਲਿਟੀ ਬੱਚਿਆਂ 'ਤੇ ਇੱਥੇ ਕੰਮ ਨਹੀਂ ਹੋਣੀ। ਜਿੰਨਾ ਮਰਜ਼ੀ ਤੁਸੀਂ ਬੱਚਿਆਂ ਨੂੰ ਕੁੱਟੀ ਜਾਓ, ਕੁੱਟੀ ਜਾਓ, ਕੁੱਟੀ ਜਾਓ, ਬੱਚੇ ਨੂੰ ਹੌਲੀ ਹੌਲੀ ਇਹ ਪਤਾ ਲੱਗ ਜਾਣਾ ਵੱਧ ਤੋਂ ਵੱਧ ਮੰਮੀ ਡੈਡੀ ਨੂੰ ਕੁੱਟਣਾ ਹੀ ਆ, ਫਿਰ ਕੀ ਹੋ ਗਿਆ? ਬੈਟਰ ਦੈਨ ਦੈਟ, ਅਵੋਇਡ ਹਾਰਸ਼ ਡਿਸਿਪਲਿਨ। ਬੈਟਰ ਇਹ ਆ ਕਿ ਬੱਚਿਆਂ ਨੂੰ ਸਮਝਾਓ ਕਿ ਬਹੁਤ ਏਦਾਂ ਨਹੀਂ ਕਰਨਾ, ਜੇ ਤੂੰ ਏਦਾਂ ਕੀਤਾ ਆਹ ਤੇਰਾ ਨਤੀਜਾ ਆ, ਬੈਟਰ ਆ ਤੂੰ ਏਦਾਂ ਕਰਿਆ ਕਰ। ਐਕਸਪਲੇਨ ਯੂਰ ਰੂਲਸ ਐਂਡ ਡਿਸੀਜਨ। ਪਿਆਰ ਨਾਲ, ਨਿਮਰਤਾ ਨਾਲ ਬੱਚਿਆਂ ਨਾਲ ਗੱਲ ਕਰੋ, ਬੱਚਿਆਂ ਨੂੰ ਰਿਸਪੈਕਟ ਦਿਓ, ਬੱਚਿਆਂ ਆਪ ਹੀ ਪਤਾ ਲੱਗ ਜਾਣਾ ਮੇਰਾ ਡੈਡੀ ਮੇਰੀ ਮੰਮੀ ਇੰਨੀ ਮੇਰੀ ਰਿਸਪੈਕਟ ਕਰਦਾ, ਮੈਂ ਵਾਪਸ ਇਹਨਾਂ ਨੂੰ ਵੀ ਰਿਸਪੈਕਟ ਕਰਾਂ। ਜੋ ਤੁਹਾਡੇ ਰੂਲਸ ਆ ਸਾਰੇ ਦੋਸਤ ਉਹਨਾਂ ਨੂੰ ਐਕਸਪਲੇਨ ਕਰੋ ਕਿ ਕਾਹ 'ਤੇ ਬਹੁਤ ਆਪਾਂ ਏਦਾਂ ਕਰਨਾ, ਇਹਦਾ ਰੀਜ਼ਨ ਆਹ ਆ, ਬੱਚਿਆਂ ਨੂੰ ਐਕਸਪਲੇਨ ਕਰਿਆ ਕਰੋ। ਟ੍ਰੀਟ ਯੂਰ ਚਾਈਲਡ ਵਿਦ ਰਿਸਪੈਕਟ। ਬੀ ਕੰਸਿਸਟੈਂਟ। ਇਹ ਨਹੀਂ ਹੋ ਗਈ ਕਿ ਤੁਹਾਡੇ ਰੂਲ ਵੱਖਰੇ, ਬੱਚਿਆਂ ਦੇ ਰੂਲ ਵੱਖਰੇ। ਬੱਚਿਆਂ ਨੂੰ ਕਹਿਣਾ ਕਿ ਇਸ ਟਾਈਮ 'ਤੇ ਸੌਣਾ, ਆਪ ਅੱਧੀ ਰਾਤ ਨੂੰ ਬੈਠੇ ਰਹਿਣਾ। ਬੱਚਿਆਂ ਨੂੰ ਕਹਿਣਾ ਗੁੱਸੇ ਨਾਲ ਬੋਲਣਾ ਨਹੀਂ ਹੈਗਾ, ਆਪ ਗੁੱਸੇ ਨਾਲ ਬੋਲੀ ਜਾਣਾ। ਬੱਚਿਆਂ ਨੂੰ ਕਹਿਣਾ ਗਾਲ ਨਹੀਂ ਕੱਢੀ, ਆਪ ਗਾਲ ਕੱਢੀਆਂ ਜਾਣੀ। ਬੀ ਕੰਸਿਸਟੈਂਟ। ਜਿਹੜੇ ਰੂਲ ਤੁਹਾਡੇ ਲਈ ਆ, ਸੇਮ ਰੂਲ ਬੱਚਿਆਂ ਲਈ। ਵਟ ਯੂ ਡੂ ਮੈਟਰਸ, ਵਟ ਯੂ ਡੂ ਮੈਟਰਸ। ਜੋ ਤੁਸੀਂ ਕਰਦੇ ਬਹੁਤ ਮੈਟਰ ਕਰਦਾ, ਨਿੰਦਾ ਚੁਗਲੀਆਂ ਤੁਸੀਂ ਆਪ ਕਰਦੇ, ਬੱਚੇ ਸਿੱਖਦੇ ਆ। ਆਲ ਦੀਸ ਥਿੰਗਸ ਮੈਟਰ। ਚਿਲਡਰਨ ਸੀ, ਚਿਲਡਰਨ ਡੂ, ਰਿਪੀਟ। ਚਿਲਡਰਨ ਸੀ, ਚਿਲਡਰਨ ਡੂ, ਰਿਪੀਟ ਅਗੇਨ। ਚਿਲਡਰਨ ਸੀ, ਚਿਲਡਰਨ ਡੂ। ਐਂਡ ਵੈਸਟਰਨ ਚਿਲਡਰਨ, ਉਹਨਾਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਪਰ ਉਹ ਇਹ ਕਹਿਣਾ ਆ ਕਿ ਇਹਨੇ ਸਿਰ 'ਤੇ ਦਸਤਾਰ ਸਜਾਈ ਆ, ਬਟ ਹੀ ਇਜ਼ ਅ ਹਿਪੋਕ੍ਰਿਟ। ਅਸੀਂ ਵੀ ਇੱਦਾਂ ਹੀ ਸੋਚਦੇ ਸੀਗੇ। ਮੈਂ 18 ਸਾਲ ਗੁਰਦੁਆਰੇ ਆਉਂਦਾ, ਮੋਨਾ ਹੋ ਕੇ ਮੱਥਾ ਟੇਕ ਕੇ ਚੱਲ ਜਾਂਦਾ ਸੀ। ਕਿਉਂ? ਬਿਕੋਜ਼ ਮੈਨੂੰ ਪਤਾ ਸੀਗਾ ਕਿ ਜਿਹੜੇ ਬੰਦੇ ਸਟੇਜ 'ਤੇ ਕਹੀ ਜਾਂਦੇ ਅਮਰ ਛਕੋ, ਅਮਰ ਛਕੋ, ਅਮਰ ਛਕੋ, ਬਾਅਦ 'ਚ ਪਾਪਾਂ 'ਚ ਬੈਠੇ ਹੁੰਦੇ ਸੀਗੇ। ਉਹਦਾ ਅਸਰ ਸਾਡੇ 'ਤੇ ਹੋਇਆ, ਅਸੀਂ ਗੁਰਦੁਆਰਾ ਜਾਣੋਂ ਹਟ ਗਏ। ਉਹ ਤਾਂ ਬਾਅਦ 'ਚ ਖਾਲਸਾ ਕੈਂਪ ਹੋਇਆ, ਅਸੀਂ ਵਧੀਆ ਗੁਰਸਿੱਖ ਸਾਨੂੰ ਮਿਲੇ, ਸਾਨੂੰ ਪਤਾ ਲੱਗਾ ਨਹੀਂ ਸਿੱਖੀ ਇੱਦਾਂ ਦੀ ਨਹੀਂ ਹੈਗੀ, ਸਿੱਖੀ ਇੱਦਾਂ ਦੀ ਹੈ। ਸੋ ਵਟ ਯੂ ਡੂ ਮੈਟਰਸ। ਯੂ ਕੈਨੋਟ ਬੀ ਲਵਿੰਗ ਇਨਫ। ਕਈ ਲੋਕ ਕਹਿੰਦੇ ਹੁੰਦੇ ਆ ਨਾ, ਜੇ ਤੁਸੀਂ ਜ਼ਿਆਦਾ ਲਾਡ ਪਿਆਰ ਬੱਚੇ ਨਾਲ ਕੀਤਾ ਬੱਚੇ ਵਿਗੜ ਜਾਂਦੇ ਆ। ਨਹੀਂ, ਇਹ ਬਿਲਕੁਲ ਗਲਤ ਗੱਲ ਆ। ਜੇ ਤੁਸੀਂ ਪੈਸੇ ਨੂੰ ਪਿਆਰ ਬਣਾਤਾ, ਤੁਹਾਡੇ ਬੱਚੇ ਵਿਗੜਦੇ ਆ। ਪਰ ਪਿਆਰ ਤਾਂ ਸਾਰੇ ਬੱਚਿਆਂ ਨਾਲ ਕਰਨਾ ਚਾਹੀਦਾ। ਵੱਧ ਤੋਂ ਵੱਧ ਬੱਚਿਆਂ ਨਾਲ ਪਿਆਰ ਕਰੋ, ਵੱਧ ਤੋਂ ਵੱਧ ਬੱਚਿਆਂ ਨੂੰ ਟਾਈਮ ਦਿਓ, ਵੱਧ ਤੋਂ ਵੱਧ ਬੱਚਿਆਂ ਨਾਲ ਗੱਲਾਂ ਕਰੋ। ਪਰ ਉਹਨਾਂ ਨੂੰ ਦੱਸੋ ਪੈਸਾ ਪਿਆਰ ਨਹੀਂ ਹੈਗਾ। ਬੀ ਇਨਵੋਲਵਡ ਇਨ ਯੂਰ ਚਿਲਡਰਨਸ ਲਾਈਫ। ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਬੱਚਾ ਕਿਹਦੇ ਨਾਲ, ਉਹਦੀ ਫਰੈਂਡਸ਼ਿਪਸ ਕਿਹਦੇ ਨਾਲ ਆ।
ਤੁਹਾਨੂੰ ਪਤਾ ਹੋਵੇ ਉਹ ਕਿੱਦਾਂ ਦੀ ਉਹਦੀ ਬੋਲ ਚਾਲ ਹੈ। ਤੁਸੀਂ ਬੱਚਿਆਂ ਦੇ ਆਪਣੇ ਫਰੈਂਡ ਬੱਚਿਆਂ ਦੇ ਫਰੈਂਡਸ ਦੇ ਐਨਲਾਈਜ਼ ਕਰ ਸਕਦੇ ਆ ਉਹ ਕਿੱਦਾਂ ਦੇ ਤਰੀਕੇ ਨਾਲ ਬੋਲਦੇ ਆ, ਉਹਨਾਂ ਦੀ ਰਹਿਣੀ ਬਹਿਣੀ ਕਿੱਦਾਂ ਦੀ ਆ, ਫਿਰ ਤੁਸੀਂ ਉਹਨਾਂ ਦੇਖ ਸਕਦੇ ਆ ਕਿ ਉਹ ਅਸਰ ਤੁਹਾਡੇ ਬੱਚਿਆਂ 'ਤੇ ਕਿੱਦਾਂ ਹੋਣਾ। ਆਪਣੇ ਬੱਚਿਆਂ ਨੂੰ ਵਧੀਆ ਗੁਰਸਿੱਖ ਬੱਚਿਆਂ ਨਾਲ ਉਹਨਾਂ ਦਾ ਮਿਲਾਪ ਕਰੋ, ਗੁਰਦੁਆਰੇ ਲਿਆ ਕਰੋ, ਸੰਗਤ 'ਚ ਲਿਆ ਕਰੋ। ਅਸੀਂ ਇੱਥੇ ਬੱਚਿਆਂ ਨੂੰ ਮੈਂ ਕਿਹਾ ਹੈ ਕਿ ਇੱਥੇ ਵਰਕਸ਼ਾਪਾਂ ਸ਼ੁਰੂ ਕਰੋ ਜਿੱਦਾਂ ਇੰਗਲੈਂਡ 'ਚ ਕਰਦੇ ਆ, ਤੁਹਾਡੇ ਬੱਚਿਆਂ ਨੂੰ ਉਦੋਂ ਦਾ ਮਾਹੌਲ 'ਚ ਪਾਓ, ਤੁਸੀਂ ਆਪ ਇੱਦਾਂ ਦੇ ਵਰਕਸ਼ਾਪਾਂ 'ਤੇ ਹੈਲਪ ਕਰੋ। ਜਦੋਂ ਖਾਲਸਾ ਕੈਂਪ ਹੁੰਦੇ ਜਾਂ ਹੋਰ ਚੀਜ਼ਾਂ, ਤੁਸੀਂ ਆਪ ਉਹਨਾਂ 'ਚ ਹਿੱਸਾ ਲਓ, ਤੁਹਾਨੂੰ ਪਤਾ ਹੋਵੇ ਕਿ ਬੱਚੇ ਕਿੱਦਾਂ ਦੀ ਰਹਿਣੀ ਬਹਿਣੀ ਆ। ਬੀ ਇਨਵੋਲਵਡ ਇਨ ਯੋਰ ਚਿਲਡਰਨਸ ਲਾਈਫ। ਅੱਗੇ ਹੁੰਦਾ ਸੀ ਆਪਣੇ ਘਰਾਂ ਦੇ ਵਿੱਚ, ਗੋਰਿਆਂ ਦੇ ਘਰਾਂ ਦੇ ਵਿੱਚ ਉਹਨਾਂ ਕੋਲ ਡਾਇਨਿੰਗ ਟੇਬਲ ਆ। ਤੁਹਾਡੇ ਘਰਾਂ 'ਚ ਕਿੰਨੇ ਜਾਣੇ ਕੋਲ ਡਾਇਨਿੰਗ ਟੇਬਲ ਹੈ? ਹੱਥ ਕਰੇ ਕਰੋ। ਕਿੰਨੇ ਜਾਣੇ ਡਾਇਨਿੰਗ ਟੇਬਲ 'ਤੇ ਖਾਂਦੇ ਆ? ਉਸੇ ਸ਼ੋਲੀ ਰੱਖਿਆ ਆ, ਕਲ ਪਰਾਹੁਣੇ ਆਉਣੇ ਉਦੋਂ ਵਰਤਣਾ ਆ। ਡਾਇਨਿੰਗ ਟੇਬਲ ਦਾ ਮਤਲਬ ਇਹ ਆ ਕਿ ਜਦੋਂ ਖਾਣਾ ਆ ਟੈਲੀ ਬੰਦ ਹੋਵੇ, ਤੁਸੀਂ ਇੱਕ ਦੂਜੇ ਨਾਲ ਗੱਲਾਂ ਕਰੋ ਕਿ ਪੁੱਤ ਤੇਰੀ ਲਾਈਫ 'ਚ ਅੱਜ ਕੀ ਹੋਇਆ, ਨਾਲੇ ਖਾਣਾ ਖਾਈ ਜਾਣਾ ਆ, ਨਾਲੇ ਇੱਕ ਦੂਜੇ ਨੂੰ ਪੁੱਛਣਾ ਆ ਤੇਰੀ ਲਾਈਫ 'ਚ ਅੱਜ ਕੀ ਹੋਇਆ, ਤੇਰਾ ਦਿਨ ਕਿੱਦਾਂ ਹੋਇਆ। ਤੁਹਾਨੂੰ ਪਤਾ ਹੈ ਇੱਕ ਦੂਜੇ ਦੀ ਲਾਈਫ 'ਚ ਕਿਹੜੇ ਗੁਰਸਿੱਖਿਆ ਪਰਿਵਾਰ ਉਹ ਇਕੱਠੇ ਰਹਿ ਰਾਸ ਕਰਦੇ ਹੁੰਦੇ। ਪਹਿਲਾਂ ਆਪਣਾ ਲੰਗਰ ਆਪਣਾ ਭੋਜਨ ਕਰਨਾ, ਆਪਣੀ ਆਤਮਾ ਲਈ ਇਕੱਠਾ ਰਹਿ ਰਾਸ ਕਰਨਾ ਆ, ਬਾਅਦ 'ਚ ਵੀ ਇਕੱਠੇ ਹੋ ਕੇ ਲੰਗਰ ਛਕਣਾ। ਲੰਗਰ ਛਕਦੇ ਇੱਕ ਦੂਜੇ ਨੂੰ ਪੁੱਛੋ ਅੱਜ ਤੇਰੀ ਲਾਈਫ ਕਿੱਦਾਂ ਰਹੀ, ਇੱਕ ਦੂਜੇ ਨੂੰ ਸਾਂਝ ਕਰੋ। ਜੇ ਕਿਸੇ ਦਾ ਕੋਈ ਦੁੱਖ ਹੈ ਉਹਦੀ ਸਾਂਝ ਕਰੋ, ਅੰਡਰਸਟੈਂਡਿੰਗ ਕਰੋ, ਪਰ ਉਹ ਟੈਲੀ ਨਾਲ ਟਾਈਮ ਨਾ ਵੇਸਟ ਕਰੋ। ਇਸਟੈਬਲਿਸ਼ ਐਂਡ ਸੈਟ ਰੂਲਸ ਐਂਡ ਫੋਸਟਰ ਯੂਰ ਚਾਈਲਡਸ ਇੰਡੀਪੈਂਡੈਂਟ। ਇਹ ਨਾ ਹੋਵੇ ਬੱਚਿਆਂ ਨੂੰ ਇੰਨਾ ਦਬਾਓ ਕਿ ਉਹ ਘਰ 'ਚ ਨਿਕਲ ਜੋਗੇ ਨਹੀਂ ਹੈਗੇ। ਬੱਚਿਆਂ ਨੂੰ ਇੰਡੀਪੈਂਡੈਂਟ ਬਣਾਓ, ਬੱਚਿਆਂ ਨੂੰ ਸਟਰੋਂਗ ਬਣਾਓ, ਬੱਚਿਆਂ ਨੂੰ ਹੈਲਥੀ ਬਣਾਓ, ਬੱਚਿਆਂ ਨੂੰ ਵਾਈਜ਼ ਬਣਾਓ। ਇਹ ਤੁਹਾਡਾ ਰੋਲ ਆ, ਤੁਹਾਡੇ 'ਤੇ ਐਕਸਪੈਕਟੇਸ਼ਨ ਆ। ਇਹ ਹੁਣ ਆਪਾਂ ਵਿਚਾਰਾਂ ਕਾਫੀ ਕਰ ਲਈਆਂ। ਆਈ ਹੋਪ ਯੂ ਫਾਊਂਡ ਦੈਟ ਹੈਲਪਫੁਲ ਕਿ ਤੁਹਾਡੇ 'ਚ ਇੱਥੇ ਕੋਈ ਚੀਜ਼ ਸਾਨੂੰ ਚੰਗੀ ਲੱਗੀ ਹੈ। ਇਫ ਯੂ ਡੂ, ਸਾਡਾ ਏਮ ਹੀ ਆ ਕਿ ਅਸੀਂ ਜਦੋਂ ਕੋਈ ਟੋਪਿਕ ਛੇੜਦੇ ਹਾਂ ਤੁਹਾਨੂੰ ਪ੍ਰੋਬਲਮ ਦੱਸਦੇ ਹਾਂ, ਫਿਰ ਸਲੂਸ਼ਨ ਦੱਸਦੇ ਹਾਂ, ਫਿਰ ਤੁਹਾਨੂੰ ਇੱਕ ਤਰੀਕਾ ਦੱਸਦਾ ਹੈ ਕਿ ਘਰ ਜਾ ਕੇ ਇਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਹੈ, ਘਰ ਜਾ ਕੇ ਕਿੱਦਾਂ ਇੰਪਲੀਮੈਂਟ ਕਰਨਾ ਹੈ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਯੰਗ ਬੱਚਿਆਂ ਨਾਲ ਯੰਗ ਏਜ 'ਤੇ 5 ਵਾਰੀ ਦਾ ਇੰਸਟਰੂਮੈਂਟ ਕਰੋ। ਬੱਚੇ ਕੋਈ ਗਲਤ ਹੀ ਗੱਲ ਕਰਦੇ, ਤੁਸੀਂ ਇਹ ਨਹੀਂ ਬੱਚਿਆਂ ਨੂੰ ਕਹਿਣਾ ਚੁੱਪ ਕਰਕੇ ਬੈਠ ਜਾ, ਡਾਂਟਣਾ ਨਹੀਂ ਬੱਚਿਆਂ ਨੂੰ, ਬੱਚੇ ਨੂੰ ਇਹ ਕਹਿਣਾ ਕਿ ਹੁਣ ਆ ਕੇ 5 ਮਿੰਟ ਸਿਮਰਨ ਕਰ। ਬੱਚੇ ਨੂੰ ਪਤਾ ਹੋਵੇ ਕੋਈ ਵੀ ਮੈਂ ਗਲਤ ਚੀਜ਼ ਕਰਾਂ ਮੈਨੂੰ 5 ਮਿੰਟ ਸਿਮਰਨ ਕਰਨ ਦੀ ਲੋੜ ਆ। ਓਲ ਦਾ ਟਾਈਮ ਤੁਸੀਂ ਵੀ ਗਲਤ ਚੀਜ਼ ਬੋਲੋ, ਗੁੱਸੇ ਨਾਲ ਬੋਲੋ, ਤੁਸੀਂ 5 ਮਿੰਟ ਜਾ ਕੇ ਸਿਮਰਨ ਕਰਨਾ। ਸੇਮ ਰੂਲ ਤੁਹਾਡੇ ਲਈ, ਤੁਹਾਡੇ ਘਰ 'ਚ ਆਦਤ ਪੈਣੀ ਬੱਚਿਆਂ ਨੂੰ ਕਿ ਮੈਂ ਵੀ ਸਿਮਰਨ ਕਰਨਾ, ਮੇਰੀ ਮਾਂ ਨੂੰ ਵੀ ਸਿਮਰਨ ਕਰਨ ਦੀ ਲੋੜ ਆ, ਮੇਰੀ ਪੇਅ ਨੂੰ ਵੀ ਸਿਮਰਨ ਕਰਨ ਦੀ ਲੋੜ ਆ। ਬਾਅਦ 'ਚੋਂ ਬੱਚਿਆਂ ਨੂੰ ਆਪੀ ਜਦੋਂ ਉਹਨਾਂ ਸਟ੍ਰੈਸ ਹੁੰਦਾ ਆਪੀ ਸੋਚਣਾ ਪਏ ਮੈਂ ਹੁਣ ਸਿਮਰਨ ਕਰਾਂ ਥੋੜ੍ਹਾ ਜਿਹਾ, ਉਹਨਾਂ ਲਾਈਫ ਵਿੱਚ ਤੁਸੀਂ ਉਹਨਾਂ ਨੂੰ ਇੱਕ ਗਿਫਟ ਦੇ ਦਿੱਤੀ ਸਿਮਰਨ ਦੀ। ਜਿੱਦਾਂ ਜਦੋਂ ਵੱਡੇ ਹੁੰਦੇ ਅਸੀਂ ਦੇਖਿਆ ਉਹ ਬੱਚੇ ਜਿਹੜੇ 5 ਸਾਲਾਂ ਦੇ ਸੀਗੇ, ਦੈਨ ਆਈ ਹੁਣ 25 ਈਅਰਸ ਆਊਟ, ਦੇ ਡਾਕਟਰਸ, ਦੇ ਫਾਰਮਾਸਿਸਟ, ਦੇ ਪ੍ਰੋਫੈਸ਼ਨਲਸ, ਦਾ ਮੋਸਟ ਇੰਪੋਰਟੈਂਟਲੀ ਦੇ ਕਮਿਊਨਿਟੀ ਲੀਡਰਸ, ਦੇ ਪਿਲਰਸ ਆਫ ਯੂਰ ਸੋਸਾਇਟੀ। ਸਾਡੇ ਲੋਕ ਗੁਰਦੁਆਰੇ 'ਚ ਆਓ, ਸਾਡੀ ਕਮੇਟੀ ਦੇ ਵਿੱਚ ਆਮ ਦੀ ਓਲਡੈਸਟ ਪਰਸਨ, ਸਾਡਾ ਜਿਹੜਾ ਪ੍ਰਧਾਨ ਆ ਇਸ 25 ਈਅਰਸ ਆਊਟ ਐਂਡ ਇਜ਼ ਅ ਫਾਰਮਾਸਿਸਟ UK ਬੋਰਨ। ਸਾਡਾ ਜਿਹੜਾ ਸਟੇਟ ਸਕੱਤਰ ਆ ਇਸ 23 ਈਅਰਸ ਆਊਟ, ਉਹ IT ਕੰਸਲਟੈਂਟ ਆ, ਉਹ ਵੀ UK ਬੋਰਨ ਹੈ। ਦਿਸ ਇਜ਼ ਦ ਫਿਊਚਰ। ਤੁਹਾਡੇ ਗੁਰਦੁਆਰੇ ਹਮੇਸ਼ਾ ਪੇਂਡੂ ਸੋਚਦੇ ਨਹੀਂ ਹੋਣੇ, ਦੇ ਕੈਨ ਬਿਕਮ ਪ੍ਰੋਫੈਸ਼ਨਲ ਇਫ ਯੂ ਬ੍ਰਿੰਗ ਦ ਚਿਲਡਰਨ ਇਨ ਟੂ ਦ ਗੁਰਦੁਆਰੇ ਹੂ ਆਰ ਪ੍ਰੋਫੈਸ਼ਨਲ, ਐਂਡ ਫਿਰ ਤੁਹਾਡਾ ਫਿਊਚਰ ਬਣਨਾ ਆ, ਫਿਰ ਵਰਲਡ ਲੈਵਲ 'ਤੇ ਤੁਹਾਡੀ ਗੱਲ ਹੋਣੀ ਆ। ਅਸੀਂ ਕੋਈ ਗੱਲ ਕਰਦੇ ਯੂਰਪੀਅਨ ਪਾਰਲੀਮੈਂਟ ਤੱਕ ਸਾਡੀ ਗੱਲ ਸੁਣੀ ਜਾਂਦੀ ਆ। ਜੇ ਤੁਸੀਂ ਸਿੱਖ ਚੈਨਲ ਦੇਖੋਗੇ, ਸੰਗਤ TV ਦੇਖੋਗੇ, ਤੁਸੀਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨਾ ਕੁਛ ਉੱਥੇ ਹੋ ਰਿਹਾ ਹੈ, ਕਿੰਨੀ ਚੇਂਜ ਆ ਰਹੀ ਹੈ ਉੱਥੇ। ਤੁਸੀਂ ਵੀ ਇੱਦਾਂ ਦੀ ਚੇਂਜ ਜਿਹੜੀ ਚੀਜ਼ ਸਾਨੂੰ 15 ਸਾਲ ਲੱਗੀ ਆ, ਤੁਸੀਂ ਇੱਥੇ 5 ਸਾਲ 'ਚ ਕਰ ਸਕਦੇ ਹਾਂ, ਬਿਕੋਜ਼ ਤੁਹਾਨੂੰ ਕੋਈ ਚੀਜ਼ ਰੀਇਨਵੈਂਟ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਜਿਹੜੀ ਚੀਜ਼ ਅਸੀਂ ਉੱਥੇ ਕੀਤੀਆਂ ਆ, ਇੱਥੇ ਸਿਰਫ ਡੁਪਲੀਕੇਟ ਕਰਨ ਦੀ ਲੋੜ ਹੈ। ਤਾਂ ਹੀ ਅਸੀਂ ਇੱਥੇ ਖਾਲਸਾ ਕੈਂਪ ਲਿਆਉਂਦਾ ਆ ਕਿ ਤੁਸੀਂ ਜਿਹੜੀ ਚੀਜ਼ ਸਕਸੈਸਫੁਲੀ 15 ਸਾਲਾਂ ਤੋਂ ਉੱਥੇ ਚੱਲਦੀ ਆ ਅਤੇ ਉਹਨਾਂ ਨੇ 10,000 ਨੌਜਵਾਨ ਕ੍ਰੀਏਟ ਕਰਦੇ ਆ, ਉਹ ਚੀਜ਼ ਇੱਥੇ ਵੀ ਹੁਣ ਤੁਹਾਡੇ ਸ਼ੁਰੂ ਹੋ ਗਈ। ਅਗਲੇ ਸਾਲ, ਇਸ ਸਾਲ ਤੁਸੀਂ ਮਿਸ ਕੀਤੀ, ਅਗਲੇ ਸਾਲ ਆਪਣੇ ਬੱਚਿਆਂ ਨੂੰ ਭੇਜੋ, ਆਪ ਜਾਓ। ਇਸ ਤੋਂ ਫੋਰ ਛੋਟੇ ਬੱਚਿਆਂ ਲਈ ਨਹੀਂ ਹੈਗਾ, ਇਸ ਤੋਂ ਬੱਚੇ ਹੂ ਆਰ 16+, ਇਸ ਤੋਂ ਪੀਪਲ ਦੈਟ ਗੋ ਟੂ ਕਾਲਜਿਸ, ਯੂਨੀਵਰਸਿਟੀਜ਼, ਯੰਗ ਪੇਰੈਂਟਸ ਐਂਡ ਪ੍ਰੋਫੈਸ਼ਨਲਸ, ਉਹਨਾਂ ਲਈ ਆ ਇਹ ਕੈਂਪ। ਅਤੇ ਪੂਰਾ ਹਫ਼ਤਾ ਉੱਥੇ ਸੰਗਤ ਵਿੱਚ ਰਹਿਣਾ, ਸਿਮਰਨ ਇੱਦਾਂ ਦੀ ਇੰਟੈਲੀਜੈਂਟ ਵਿਚਾਰ ਹੁੰਦੇ ਆ, ਅੰਮ੍ਰਿਤ ਵੇਲਾ ਹੁੰਦਾ, ਕੀਰਤਨ ਹੁੰਦਾ ਆ। ਇਹਦਾ ਏਮ ਕੀ ਆ? ਸਾਡੇ ਜਿਹੜੇ ਕੌਮ ਨੂੰ, ਜਿਹੜੇ ਸਾਡੇ ਪ੍ਰੋਫੈਸ਼ਨਲ ਲੋਕ ਆ, ਉਹਨਾਂ ਨੂੰ ਗੁਰਸਿੱਖੀ 'ਚ ਲਿਆਉਣਾ। ਇਹਦਾ ਰਿਜ਼ਲਟ ਕੀ ਆ? ਤੁਹਾਡਾ ਕੌਮ ਪ੍ਰੋਫੈਸ਼ਨਲ ਹੋ ਜਾਂਦੀ।
And that's what we need at this time. We need professional Gursikhs. Jere world level te gal kar sakde. Taas ne je koi gal kiti hai pul chik maaf karna. Mere pata thoda sama kaafi le liya hai. But hopefully, ਇਹਦੇ ਵਿੱਚ ਕੋਈ ਚੀਜ਼ ਤੁਸੀਂ ਘਰ ਜਾ ਕੇ ਇੰਪਲੀਮੈਂਟ ਕਰ ਸਕਦੇ ਆ ਜਿੱਥੇ ਵੀ ਥਾਂ ਮੈਨੂੰ ਲੈਕਚਰ ਤੇ ਬੁਲਾਉਂਦੇ ਆ ਮੈਂ ਉੱਥਾਂ ਸਾਲ ਬਾਅਦ ਜਾਂਦਾ ਬਹੁਤ ਸਾਰੇ ਪਰਿਵਾਰ ਵਿੱਚ ਆਉਂਦੇ ਆ ਉਹ ਕਹਿੰਦੇ ਵੀਰ ਜੀ ਜਿਹੜੇ ਲੈਕਚਰ ਨਾਲ ਅਸੀਂ ਆਪਣੇ ਘਰ ਦੀ ਸੈਟਿੰਗ ਚੇਂਜ ਕੀਤੀ ਸਾਡਾ ਹੁਣ ਫਾਇਦਾ ਬਹੁਤ ਹੋਇਆ ਸੀਗਾ ਤੁਸੀਂ ਵੀ ਇਸ ਚੀਜ਼ ਬਾਰੇ ਸੋਚੋ ਭੁੱਲ ਚੁੱਕ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ